ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਮਨ ਇਕਾਗਰ ਕਰਕੇ ਆਪਾਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਸੰਗਤਾਂ ਨੂੰ ਦੱਸਿਆ ਜਾਏਗਾ। ਆਓ ਸਾਰੇ ਮਿਲ ਕੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਆਪਾਂ ਜਾਪ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੁੱਚੀਆਂ ਸੰਗਤਾਂ, 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਸੂਰੇ ਪੂਰੇ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ
ਅਮਰ ਸ਼ਹੀਦ ਜਰਨਲ ਸਰਦਾਰ ਸੁਭੇਗ ਸਿੰਘ ਜੀ, ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ ਅਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਭਟੰਗੀਆਂ ਬਜ਼ੁਰਗਾਂ ਮਾਤਾਵਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ 1 ਜੂਨ ਤੋਂ ਲੈ ਕੇ 10 ਜੂਨ ਦੇ ਪੂਰੇ 10 ਦਿਨਾਂ ਦੇ ਦੌਰਾਨ ਲਗਾਤਾਰ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਇਸ ਵੇਲੇ 35ਵਾਂ ਸ਼ਹੀਦੀ ਸਮਾਗਮ ਕਰਨ ਜਾ ਰਹੇ ਹਾਂ ਔਰ ਉਸ ਸ਼ਹੀਦੀ ਸਮਾਗਮ ਦੀ ਸਮੁੱਚੀ ਰੂਪ ਰੇਖਾ ਉਲੀਕਣ ਵਾਸਤੇ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਪਤਵੰਤੇ ਅਤੇ ਮੁਖੀ ਮੁਖੀ ਸਿੰਘ ਉਚੇਚੇ ਤੌਰ 'ਤੇ ਪਹੁੰਚੇ ਹਨ ਅਤੇ ਸਾਡੇ ਸਨਮਾਨਯੋਗ ਸੰਤ ਮਹਾਂਪੁਰਖ ਵੀ ਧਾਰਮਿਕ ਹਸਤੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਤਿਕਾਰਯੋਗ ਮੈਂਬਰ ਸਾਹਿਬਾਨ ਸ਼ਹੀਦਾਂ ਦੇ ਪਰਿਵਾਰ ਸਮੁੱਚੇ ਰੂਪ ਦੇ ਵਿੱਚ ਇਸ ਵਕਤ ਮੀਟਿੰਗ ਦੇ ਵਿੱਚ ਹਾਜ਼ਰ ਹਨ ਸਾਰਿਆਂ ਨੂੰ ਮੈਂ ਰੋਮ ਰੋਮ ਕਰਕੇ ਜਿਉਂ ਆਇਆ ਆਖਦਾ ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੋਲਣ ਵਾਲਿਆਂ ਨੇ ਕੇਵਲ 2-2 ਮਿੰਟ ਦੇ ਵਿੱਚ ਹੀ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਲੰਮਾ ਸਮਾਂ ਨਹੀਂ ਲਾਉਣਾ ਅੰਮ੍ਰਿਤ ਵੇਲੇ ਤੋਂ ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਆਈਆਂ ਹਨ ਔਰ ਫਿਰ ਸਾਰਿਆਂ ਨੇ ਬੜੀ ਦੂਰ ਦੂਰ ਵਾਪਸ ਸਮੇਂ ਸਿਰ ਪਹੁੰਚਣਾ ਸਾਰੇ ਬੁਲਾਰੇ 2-2 ਮਿੰਟ ਆਪਣੇ ਕੀਮਤੀ ਸੁਝਾਅ ਔਰ ਜੋ ਜੋ ਤੁਸੀਂ ਸੇਵਾਵਾਂ ਲੈ ਸਕਦੇ ਹੋ ਮੁੱਖ ਸੇਵਾਵਾਂ ਹਨ ਕਿ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਸਿੱਖ ਸੰਗਤਾਂ ਨੂੰ ਲਿਆਉਣ ਲਈ ਵਿਸ਼ੇਸ਼ ਆਪਾਂ ਇੰਤਜ਼ਾਮ ਕਰਨੇ ਹਨ ਬੱਸੀਆਂ ਬੱਸਾਂ 'ਤੇ ਸੰਗਤ ਗੱਡੀਆਂ 'ਤੇ ਸੰਗਤ ਸਾਰਿਆਂ ਇਲਾਕਿਆਂ ਦੇ ਵਿੱਚੋਂ ਲੈ ਕੇ ਆਉਣੀ ਹੈ ਦੂਸਰਾ ਸ਼ਹੀਦੀ ਸਮਾਗਮ ਦੇ ਜੋ ਫਲੈਕਸ ਬੋਰਡ ਜਿਨ੍ਹਾਂ ਦੀਆਂ ਸੀਡੀਆਂ ਤਿਆਰ ਕੀਤੀਆਂ ਹੋਈਆਂ ਹਨ ਇਸ ਜਗ੍ਹਾ 'ਤੇ ਨਾਲ ਹੀ ਰੱਖੀਆਂ ਹੋਈਆਂ ਹਨ ਉਹ ਆਪੋ ਆਪਣੇ ਨਾਲ ਆਪੋ ਆਪਣੇ ਇਲਾਕਿਆਂ ਵਿੱਚ ਜ਼ਿੰਮੇਵਾਰ ਸਿੰਘਾਂ ਤੋਂ ਭਾਈ ਹਰਸ਼ਦੀਪ ਸਿੰਘ ਜੀ ਡਾਕਟਰ ਅਵਤਾਰ ਸਿੰਘ ਜੀ ਬੁੱਟਰ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਗਿਆਨੀ ਜੀਵਾ ਸਿੰਘ ਜੀ ਜਥੇਦਾਰ ਭਾਈ ਚਮਕੌਰ ਸਿੰਘ ਜੀ ਇਹਨਾਂ ਸਿੰਘਾਂ ਤੋਂ ਉਹ ਫਲੈਕਸਾਂ ਦੀਆਂ ਸੀਡੀਆਂ ਵੀ ਨਾਲ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਤਾਂ ਕਿ ਪੰਜਾਬ ਦੇ ਕੋਨੇ ਕੋਨੇ ਵਿੱਚ ਆਪਾਂ ਫਲੈਕਸ ਲਾ ਕੇ ਸੰਗਤਾਂ ਨੂੰ ਇਹਨਾਂ ਸ਼ਹੀਦੀ ਸਮਾਗਮਾਂ ਦੀ ਭਰਪੂਰ ਜਾਣਕਾਰੀ ਦੇ ਸਕੀਏ ਦੂਸਰਾ ਸ਼ਹੀਦੀ ਸਮਾਗਮਾਂ ਵਿੱਚ ਜੋ ਲੰਗਰਾਂ ਦੇ ਛਬੀਲਾਂ ਦੇ ਸੰਗਤਾਂ ਦੇ ਜੋੜੇ ਰੱਖਣ ਦੀ ਔਰ ਸੰਗਤਾਂ ਨੂੰ ਲਿਆਉਣ ਦੀ ਜੋ ਸਾਰੀ ਸੁਵਿਧਾਵਾਂ ਹਨ ਸੇਵਾਵਾਂ ਹਨ ਉਹਨਾਂ ਸੇਵਾਵਾਂ ਦਾ ਵੀ ਆਪਾਂ ਤਰਤੀਬਵਾਰ ਸਾਰਿਆਂ ਨੇ ਜੋ ਜੋ ਸੇਵਾ ਕਰਨੀਆਂ ਹਨ ਅੱਜ ਦੀ ਇਕੱਤਰਤਾ ਦੇ ਵਿੱਚ ਉਹਦਾ ਵੀ ਵੇਰਵਾ ਲਿਖਾਉਣ ਦੀ ਕਿਰਪਾਲਤਾ ਕਰਨੀ ਔਰ ਜਿੰਨੀਆਂ ਗੱਡੀਆਂ ਲੈ ਕੇ ਆਉਣੀਆਂ ਜਿੰਨੀ ਸੰਗਤ ਲਿਆਉਣੀ ਹੈ ਉਨਾ ਹੀ ਵੇਰਵਾ ਇੱਥੇ ਲਿਖਾਇਆ ਜਾਏ ਕਈ ਵਾਰੀ ਵੇਰਵੇ ਜ਼ਿਆਦਾ ਦੇ ਦਿੱਤੇ ਜਾਂਦੇ ਹੈ ਸੰਗਤ ਉੱਥੋਂ ਘੱਟ ਆਉਂਦੀ ਹੈ ਔਰ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਹਨ ਇਸ ਕਰਕੇ ਭਾਈ ਜਿੰਨੀ ਵੀ ਸੰਗਤ ਲਿਆਉਣੀ ਹੈ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਲਿਆਓ
ਪਰ ਵੇਰਵਾ ਸਹੀ ਦੇਣ ਦੀ ਕਿਰਪਾਲਤਾ ਕਰਨੀ ਹੈ। ਇਸ ਲਈ ਇਹ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਆਓ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਅੱਜ ਦੀ ਇਕੱਤਰਤਾ ਦੀ ਕਾਰਵਾਈ ਸ਼ੁਰੂ ਕਰ ਰਹੇ ਹਨ ਔਰ ਬੁਲਾਰਿਆਂ ਨੂੰ ਬੋਲਣ ਲਈ ਉਹ ਬੇਨਤੀਆਂ ਵੀ ਕਰਨਗੇ, ਸਮਾਗਮ ਦੀ ਰੂਪ ਰੇਖਾ ਬਾਰੇ ਵੀ ਜਾਣਕਾਰੀ ਦੇਣਗੇ। ਸੋ ਉਹਨਾਂ ਦੇ ਮੁੱਖ ਤੋਂ ਇਹ ਸਾਰੀ ਜਾਣਕਾਰੀ ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਇਕੱਤਰ ਸਾਧ ਸੰਗਤ ਜੀਓ, ਵਿਦਵਾਨ ਸੰਤ ਮਹਾਂਪੁਰਖ, ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾਵਾਂ ਦੇ ਨਾਮ ਮੈਂ ਨਾ ਲਵਾਂ, ਬਹੁਤ ਹੀ ਮਾਣਯੋਗ ਸ਼ਖਸ਼ੀਅਤਾਂ ਅਤੇ ਵਿਸ਼ੇਸ਼ ਹਸਤੀਆਂ ਇੱਥੇ ਪਹੁੰਚੇ। ਮਹਾਂਪੁਰਖਾਂ ਨੇ ਆਪ ਸਭ ਨੂੰ ਜੀ ਆਇਆਂ ਕਹਿਤਾ, ਇਸ ਲਈ ਸਟੇਜ ਸਕੱਤਰ ਹੋਣ ਦੇ ਨਾਤੇ ਫੋਰਮਲੀ ਮੈਂ ਕਹਿੰਦਾ, ਵੈਸੇ ਉਹਨਾਂ ਸਭ ਨੂੰ ਜੀ ਆਇਆਂ ਕਹਿਤਾ। ਆਪ ਦਾ ਬਹੁਤ ਬਹੁਤ ਸਤਿਕਾਰ ਹੈ, ਇੱਥੇ ਪੁੱਜਣ 'ਤੇ ਬਹੁਤ ਬਹੁਤ ਅਭਿਨੰਦਨ ਹੈ। ਸਮਾਂ ਬਹੁਤ ਥੋੜ੍ਹਾ, ਲੰਮੀ ਗੱਲ ਕਰਨੀ ਨਹੀਂ, ਏਜੰਡੇ ਮਹਾਂਪੁਰਖਾਂ ਨੇ ਤੁਹਾਨੂੰ ਤਿੰਨ ਦੱਸ ਦਿੱਤੇ ਨੇ। ਦੇਖੋ ਸੰਨ 84 ਦਾ ਸੰਤਾਪ ਹੰਡਾਰਿਆ, ਦਿਲ 'ਤੇ ਵਲੂੰਦਰਿਆ, ਮਨ ਭਰਿਆ, ਇੱਕ ਨਸੂਰ ਹੈ ਉਹ ਫੁੱਟਿਆ ਪਿਆ, ਅਤੇ ਉਹਦਾ ਵਿਆਖਿਆ 'ਚ ਜੇ ਪੈ ਜਾਈਏ ਤਾਂ ਬਹੁਤ ਸਮਾਂ ਲੱਗੇਗਾ। ਉਹ ਹੈ, ਦੈਟ ਵੀ ਐਗਰੀ, ਹਰ ਥਿਰਦਾ ਬੋਲੂੰਦਰਿਆ ਜਦੋਂ ਇਹ ਦਿਨ ਆਉਂਦੇ, ਜਸ ਜਦੋਂ ਇਹ ਹਫ਼ਤਾ ਆਉਂਦਾ। ਇਸ ਲਈ ਅਸੀਂ ਇੱਧਰ ਇੰਡਲਜ ਨਹੀਂ ਕਰਨਾ, ਇਹ ਪ੍ਰਜ਼ਿਊਮਡ ਹੈ ਕਿ ਅਸੀਂ ਸਤਾਏ ਹੋਏ, ਅਸੀਂ ਤਰ੍ਹਾਂ ਤਰ੍ਹਾਂ ਦੀਆਂ ਫੋਰਸਿਸ ਤੋਂ ਔਖੇ ਇੱਥੇ ਬੈਠੇ ਹਾਂ, ਪਰ ਮਹਾਂਪੁਰਖਾਂ ਦੀ ਇਹ ਬਰਸੀ, ਸ਼ਹੀਦ ਹੋਏ ਸਿੰਘਾਂ ਦੀ ਇਹ ਬਰਸੀ ਮਨਾਉਣਾ ਸਾਡੀ ਮੋਲ ਡਿਊਟੀ ਆ, ਨਹੀਂ ਤਾਂ ਵਿਰਾਸਤ ਨੂੰ ਭੁੱਲ ਬੈਠਾਂਗੇ। ਇਸ ਲਈ ਏਜੰਡਾ 3 ਪੁਆਇੰਟ ਦਾ ਹੀ ਆ, 3 ਪੁਆਇੰਟ ਏਜੰਡਾ ਵਾ। ਇੱਕ ਤਾਂ ਤੁਸੀਂ ਕਿੰਨੀ ਸੰਗਤ ਲੈ ਕੇ ਆਓਗੇ, ਲੰਮਾ ਨਹੀਂ ਬੋਲਣਾ, 2-2 ਮਿੰਟ ਮਿਲਣੇ ਨੇ, ਮਹਾਂਪੁਰਖਾਂ ਨੇ ਕਹਿ ਦਿੱਤਾ। ਇੱਕ ਤਾਂ ਇਹ ਪੁਆਇੰਟ ਵਿੱਚ ਆਵੇ ਜ਼ਰੂਰ ਵੀ ਅਸੀਂ ਕਿੰਨੀ ਕਿੰਨੀ ਸੰਗਤ ਕਿਵੇਂ ਲੈ ਕੇ ਆਵਾਂਗੇ, ਸਾਨੂੰ ਬੱਸਾਂ ਦੀ ਕੋਈ ਰਿਕੁਆਇਰਮੈਂਟ ਹੈ, ਸਾਡਾ ਆਪਣਾ ਪ੍ਰਬੰਧ ਹੈ ਇੱਕ ਸੰਗਤ ਬਾਰੇ। ਦੂਸਰਾ ਫਲੈਕਸ ਬੋਰਡ ਦੀ ਨਿੱਘਰ ਗੱਲ ਕਰਨੀ ਹੈ ਕਿ ਅਸੀਂ ਫਲੈਕਸ ਬੋਰਡ ਇੰਨੀਆਂ ਥਾਵਾਂ 'ਤੇ ਲਗਾਵਾਂਗੇ, ਸਾਨੂੰ ਇੰਨੇ ਫਲੈਕਸ ਬੋਰਡ ਚਾਹੀਦੇ ਨੇ। ਤੀਸਰਾ, ਇਹ ਗੱਲ ਐਗਜੈਗਰੇਟਡ ਨਾ ਹੋਵੇ, ਵਧੀ ਨਾ ਹੋਵੇ, ਨਿੱਗਰ ਹੋਵੇ, ਕੰਕਰੀਟ ਹੋਵੇ। ਜਿੰਨੀ ਸੰਗਤ ਲਿਆਉਣੀ ਆ ਉੰਨੀ ਹੀ ਲਿਖਾਓ, ਜਿੰਨੇ ਫਲੈਕਸ ਬੋਰਡ ਲਾਉਣੇ ਆ ਉੰਨੇ ਹੀ ਦੱਸੋ, ਜੋ ਜੋ ਸੇਵਾਵਾਂ ਲੈਣੀਆਂ ਨੇ ਉਹੀ ਲਿਖਾਓ, ਤਾਂ ਕਿ ਅਸੀਂ ਸਾਰੇ ਇਸ ਸਮਾਗਮ ਨੂੰ ਠੀਕ ਵਿਧੀ ਪੂਰਵਕ ਆਯੋਜਿਤ ਕਰ ਸਕੀਏ। ਇੰਟਰਨੈਸ਼ਨਲ ਲੈਵਲ ਤੋਂ ਸੰਗਤ ਆਉਣੀ ਹੈ, ਇਸ ਲਈ ਮੈਂ ਸਮਾਪਤੀ ਕਰਾਂ। ਮਹਾਂਪੁਰਖਾਂ ਨੇ ਇੰਸਟਰਕਸ਼ਨਾਂ ਦੇ ਦਿੱਤੀਆਂ ਕਿ ਕਿੰਨੀਆਂ ਬੱਸਾਂ, ਕਿੰਨੇ ਫਲੈਕਸ ਬੋਰਡ, ਕਿੰਨੀ ਸੰਗਤ, ਕੀ ਡਿਊਟੀ ਕਰੋਗੇ, ਇਹ ਕੁਝ ਕਰਦੇ ਹੋਏ ਮੈਂ ਬੁਲਾਰਿਆਂ ਨੂੰ ਸਿਰਫ ਬੁਲਾਉਣ ਦੇ ਵਾਸਤੇ ਸੱਦਾ ਦੇਵਾਂਗਾ। ਸਤਿਕਾਰ ਮਹਾਂਪੁਰਖਾਂ ਨੇ ਕਰਤਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਜਥੇਦਾਰ ਅਜੈਬ ਸਿੰਘ ਜੀ ਅਭਿਆਸੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਸੀਮਿਤ ਸਮੇਂ 'ਚ ਬਸ ਸੁਝਾਅ ਦੇਣ, ਦੁੱਖ ਸਾਂਝਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਗੁਰੂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਵਿਖੇ ਅੱਜ ਤੋਂ 35 ਸਾਲ ਪਹਿਲਾਂ ਜੋ ਹਿੰਦੁਸਤਾਨ ਦੀ ਸਰਕਾਰ ਨੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਨ ਯੋਧੇ ਸੂਰਬੀਰ ਉਹਨਾਂ ਦੇ ਨਾਲ ਜਿੰਨੇ ਵੀ ਮਰਜੀ ਵੜੇ ਸਿੰਘ ਸਨ ਉਹਨਾਂ ਨੇ ਪ੍ਰੀ ਪਲੈਨ ਆਪਣੀ ਆਰਮੀ ਨੂੰ ਫੌਜ ਨੂੰ ਚਾੜ ਕਰਕੇ ਔਰ ਉਹ ਜਿਹੜਾ ਸਾਡਾ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਖਾਲਸਾ ਪੰਥ ਦਾ ਤੀਜਾ ਘੱਲੂਘਾਰੇ ਵਜੋਂ ਸਾਰਾ ਸਿੱਖ ਪੰਥ ਜਾਣਦਾ ਹੈ, ਜਿੱਥੇ ਦੋ ਘੱਲੂਘਾਰੇ ਖਾਲਸਾ ਪੰਥ ਦੇ ਵਿੱਚ ਬਹੁਤ ਵੱਡੇ ਹੋਏ ਸਨ, ਤੀਜਾ ਜਿਹੜਾ ਘੱਲੂਘਾਰਾ ਅੱਜ ਤੋਂ 35 ਸਾਲ ਪਹਿਲਾਂ 6 ਜੂਨ 1984 ਨੂੰ ਵਾਪਰਿਆ, ਜਿਸ ਦੇ ਵਿੱਚ ਸਾਰੇ ਸੰਸਾਰ ਭਰ ਦੇ ਸਿੱਖਾਂ ਦੇ ਜੋ ਹਿਰਦੇ ਸਨ ਉਹ ਵਲੂੰਦਰੇ ਗਏ। ਉਹ ਜਿਹੜੇ ਜ਼ਖਮ ਹਨ ਉਹ ਅੱਜ ਵੀ ਹਰ ਇੱਕ ਸਿੱਖ ਦੇ ਸਰੀਰ ਦੇ ਵਿੱਚ, ਆਤਮਾ ਦੇ ਵਿੱਚ ਉਸੇ ਤਰ੍ਹਾਂ ਹੀ ਤਰੋ ਤਾਜ਼ਾ ਹਨ। ਔਰ ਜਦੋਂ ਵੀ ਕੋਈ ਗੱਲਾਂ ਆਉਂਦੀਆਂ ਨੇ ਉਹ ਜਿਹੜਾ ਸਾਕਾ ਕਦੀ ਵੀ ਉਹ ਸਿੱਖ ਭੁੱਲ ਨਹੀਂ ਸਕਦਾ। ਸੋ ਇਸੇ ਤਰ੍ਹਾਂ ਹੀ ਉਹ 6 ਜੂਨ ਦਾ ਜੋ ਸਾਕਾ ਹੈ ਔਰ ਉਸ ਵੇਲੇ ਜਿੰਨੇ ਮਹਾਨ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਉਹਨਾਂ ਨੂੰ ਮਨਾਉਣ ਵਾਸਤੇ ਜਿੱਥੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਹਨ ਅਤੇ ਉਸ ਤੋਂ ਉਪਰੰਤ ਕੀਰਤਨ ਦੇ ਨਾਲ ਸਮਾਪਤੀ ਹੁੰਦੀ ਹੈ, ਸਾਰਾ ਸਿੱਖ ਪੰਥ ਜਿਹੜਾ ਉਹ ਉੱਥੇ ਵੀ ਸ਼ਹੀਦਾਂ ਨੂੰ ਨਤਮਸਤਕ ਹੁੰਦਾ ਹੈ, ਉਹਨਾਂ ਨੂੰ ਯਾਦ ਕਰਦਾ ਹੈ, ਉੱਥੇ ਹਾਜ਼ਰੀਆਂ ਭਰੀਆਂ ਜਾਂਦੀਆਂ ਹਨ। ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜੀ ਦੀ ਅਗਵਾਈ ਹੇਠ ਆਪਾਂ ਉਹ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਨੂੰ ਯਾਦ ਕਰਨ ਵਾਸਤੇ ਹਰ ਸਾਲ ਹੀ ਇਸ ਸਥਾਨ ਦੇ ਉੱਤੇ ਵੱਡਾ ਸਮਾਗਮ ਹੁੰਦਾ ਹੈ। ਔਰ ਉਹ ਸਮਾਗਮ ਦੇ ਵਿੱਚ ਆਪ ਜੀ ਨੂੰ ਭਲੀ ਭਾਂਤ ਪਤਾ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਉਹ 2 ਮਹੀਨੇ ਪਹਿਲਾਂ 1 ਅਪ੍ਰੈਲ ਤੋਂ ਉਹ ਸਮਾਗਮ ਦੀ ਤਿਆਰੀ ਵਾਸਤੇ ਸੰਗਤਾਂ ਦੇ ਵਿੱਚ ਜਾਣਾ ਸ਼ੁਰੂ ਕਰਦੇ ਨੇ। ਸੋ ਅਪ੍ਰੈਲ ਦਾ ਜਿਹੜਾ ਮਹੀਨਾ ਉਹ ਸਾਰਾ ਗੁਰਦਾਸਪੁਰ ਦੇ ਵਿੱਚ ਅਤੇ ਇਸੇ ਤਰ੍ਹਾਂ ਹੀ ਜਿਹੜਾ ਮਈ ਦਾ ਮਹੀਨਾ ਉਹ ਅੰਮ੍ਰਿਤਸਰ ਸਾਹਿਬ ਅਤੇ ਹੋਰ ਲਾਗਲੀਆਂ ਸੰਗਤਾਂ ਦੇ ਵਿੱਚ ਰੋਜ਼ ਜਿਹੜੇ ਕਥਾ ਅਤੇ ਕੀਰਤਨ ਦੇ ਸਮਾਗਮ ਨਿਰੰਤਰ ਚੱਲਦੇ ਨੇ ਤਾਂ ਕਿ ਸੰਗਤਾਂ ਦੇ ਵਿੱਚ ਉਹ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਸਾਰਿਆਂ ਦੇ ਵਿੱਚ ਉਹ ਚੇਤਨਤਾ ਪੈਦਾ ਹੋਵੇ। ਸੋ ਆਪਾਂ ਅੱਜ ਦੀ ਜਿਹੜੀ 71 ਦਾ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ, ਸੋ ਅੱਜ ਦੀ ਜਿਹੜੀ 71 ਦਾ ਮੁੱਖ ਏਜੰਡਾ ਉਹ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਵਿਸਥਾਰ ਸਹਿਤ ਦੱਸ ਵੀ ਦਿੱਤਾ ਗਿਆ, ਉਸ ਤੋਂ ਉਪਰੰਤ ਪ੍ਰਿੰਸੀਪਲ ਸਾਹਿਬ ਜੀ ਨੇ ਵੀ ਆਪ ਜੀ ਨੂੰ ਦੱਸਿਆ ਗਿਆ ਹੈ। ਸੋ ਅੱਜ ਦਾ ਜਿਹੜਾ ਏਜੰਡਾ ਮੇਨ ਹੈ ਵੀ 6 ਜੂਨ ਦਾ ਜਿਹੜਾ ਆਪਣਾ ਸਮਾਗਮ ਹੋਣਾ ਉਹਦੇ ਵਿੱਚ ਇੱਕ ਤਾਂ ਸਾਰੇ ਪੰਜਾਬ ਅਤੇ ਪੰਜਾਬ ਭਰ ਦੇ ਬਾਹਰੋਂ ਵੀ ਜਿਹੜੀਆਂ ਸੰਗਤਾਂ ਆਉਣੀਆਂ,
ਜਿਹੜੇ ਮੁਖੀ ਸੱਜਣ ਨੇ ਜਾਂ ਮਹਾਂਪੁਰਸ਼ ਨੇ, ਹੋਰ ਵੀ ਇਲਾਕੇ ਦੀਆਂ ਸੰਗਤਾਂ, ਉਹ ਜਿਹੜੀਆਂ ਸੰਗਤਾਂ ਨੂੰ ਲੈ ਕੇ ਆਉਂਦੇ ਨੇ, ਉਹਨਾਂ ਦਾ ਜੋ ਪ੍ਰਬੰਧ ਕਰਨਾ, ਉਹ ਜਿੰਨਾ ਜਿੰਨਾ ਨੇ ਵੀ ਲਿਆਉਣਾ, ਜਿਸ ਤਰ੍ਹਾਂ ਦੀ ਹੋਵੇ ਉਸ ਤਰ੍ਹਾਂ ਹੀ ਲਿਖਾਇਆ ਜਾਵੇ ਵੀ ਕਿੰਨੇ ਸਿੰਘਾਂ ਨੇ ਕਿੰਨੀਆਂ ਬੱਸਾਂ ਲੈ ਕੇ ਆਉਣੀਆਂ, ਕਿੰਨੀ ਸੰਗਤ ਲੈ ਕੇ ਆਉਣੀ ਆ, ਤਾਂ ਕਿ ਉਨੀ ਹੀ ਹੋਵੇ। ਕਈ ਵਾਰ ਬੱਸਾਂ ਜਾਂ ਹੋਰ ਵੱਧ ਕਹਿ ਦਿੱਤੀਆਂ ਜਾਂਦੀਆਂ ਅਤੇ ਫਿਰ ਉਹ ਘੱਟ ਹੁੰਦੀਆਂ, ਪਰ ਅੱਗੇ ਨਾਲੋਂ ਆਪਾਂ ਜਿਹੜਾ ਪ੍ਰਬੰਧ ਹੈ ਸੰਗਤਾਂ ਦਾ ਉਹ ਵੱਡੇ ਪੱਧਰ 'ਤੇ ਵੀ ਕਰਨਾ। ਔਰ ਹਰ ਸਾਲ ਹੀ ਦੇਖੀਦਾ ਵੀ ਹਰ ਸਾਲ ਸੰਗਤ ਜਿਹੜੀ ਆ ਅਗਲੇ ਸਾਲ ਨਾਲੋਂ, ਪਿਛਲੇ ਸਾਲ ਨਾਲੋਂ ਜ਼ਿਆਦਾ ਸੰਗਤ ਹੁੰਦੀ ਆ, ਵੱਧ ਸੰਗਤ ਹੁੰਦੀ ਆ, ਪਰ ਐਰਕਾਂ ਵੀ ਜਿਹੜੀ ਹੈਗੀ ਆ ਜਿੱਥੋਂ ਜਿੱਥੋਂ ਵੀ ਸੰਗਤਾਂ, ਉਹ ਆਪਾਂ ਵੱਡੇ ਪੱਧਰ 'ਤੇ ਲਿਆਉਣੀਆਂ ਔਰ ਅੱਜ ਨੋਟ ਕਰਾਈਆਂ ਜਾਣ ਤਾਂ ਕਿ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਅੱਛੇ ਢੰਗ ਨਾਲ ਹੋ ਜਾਵੇ। ਦੂਜੀ ਜਿਹੜੀ ਆ ਆਪਾਂ ਸਾਰੇ ਪੰਜਾਬ ਭਰ ਦੇ ਵਿੱਚ ਛਾਕੇ ਨੂੰ ਉਹ ਆਪਾਂ ਫਲੈਕਸ ਬੋਰਡ ਲੱਗੇ ਜਾਂਦੇ ਆ, ਫਲੈਕਸ ਬੋਰਡ ਵੀ ਜਿੰਨੇ ਲਵਾਉਣੇ ਆ ਉਹਨੇ ਉਹ ਸਾਰੇ ਥਾਵਾਂ ਦੇ ਉੱਤੇ ਲੱਗ ਜਾਣ, ਉਹ ਵੀ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਉਹ ਵੀ ਜਿੰਨੇ ਜ਼ਿੰਮੇਵਾਰੀ ਲਾਉਣੀ ਆ, ਉਹ ਜਿਹੜੇ ਸਾਡੇ ਜ਼ਿੰਮੇਵਾਰ ਸਿੰਘ ਨੇ ਅਰਸ਼ਦੀਪ ਸਿੰਘ ਹੋਣੀ ਬੁੱਟਰ ਸਾਹਿਬ, ਉਹਨਾਂ ਨੂੰ ਉਹ ਚੰਗੀ ਤਰ੍ਹਾਂ ਨੋਟ ਕਰਾ ਦਿੱਤੇ ਜਾਣ ਤਾਂ ਕਿ ਉਹ ਵੀ ਜਿਹੜਾ ਕਾਜ ਆਪਣੇ ਟਾਈਮ ਦੇ ਨਾਲ ਉਹ ਸਾਰਾ ਚੰਗੀ ਤਰ੍ਹਾਂ ਹੋ ਸਕੇ। ਤੀਜਾ ਹੈਗਾ ਜਿਹੜੀਆਂ ਸੰਗਤਾਂ ਨੇ ਇੱਥੇ ਲੰਗਰ ਦਾ ਪ੍ਰਬੰਧ, ਉਹ ਸਾਰੇ ਸਾਲਾਂ ਦੇ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਲਾਗਲੇ ਪਿੰਡ ਨੇ ਉਹ ਲੰਗਰ ਪਕਾ ਕੇ ਲਿਆਉਂਦੇ ਆ, ਔਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਇੱਥੋਂ ਬਾਹਰ ਵੀ ਲੰਗਰ ਲੱਗਦੇ ਆ। ਤੀਜਾ ਹੈਗਾ ਵੀ ਗਰਮੀ ਦੇ ਦਿਨ ਆ, ਉਹ ਪਾਣੀ ਦੇ ਵੀ ਆਪਾਂ ਨੂੰ ਜ਼ਿਆਦੀ ਲੋੜ ਪੈਂਦੀ ਆ, ਉਹ ਵੀ ਜਿਹੜੀਆਂ ਸੰਸਥਾਵਾਂ ਨੇ ਜਾਂ ਕਲੱਬ ਆ ਉਹਨਾਂ ਨੇ ਮਿੱਠੇ ਜਲ ਦੀ ਸੇਵਾ ਵੀ ਉਹ ਲੈਂਦੇ ਆ, ਔਰ ਬਹੁਤ ਅੱਛੀ ਤਰ੍ਹਾਂ ਪੂਰੀ ਜ਼ਿੰਮੇਵਾਰੀ ਦੇ ਨਾਲ ਵੀ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਂਦੇ ਨੇ। ਸੋ ਉਹ ਵੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਆਪ ਲਿਖਾ ਦੇਣ ਤਾਂ ਕਿ ਉਹ ਸਾਰੇ ਪ੍ਰਬੰਧ ਹੋ ਸਕਣ। ਤੀਜਾ ਜਿਹੜਾ ਹੈਗਾ ਵੀ ਇੱਥੇ ਜੋ ਸਾਰਾ ਸਮਾਗਮ ਹੋਣਾ ਉਹ ਬਹੁਤ ਅੱਛੇ ਢੰਗ ਦੇ ਨਾਲ, ਤਰਤੀਬ ਦੇ ਨਾਲ, ਉਹ ਮਹਾਂਪੁਰਸ਼ਾਂ ਦੇ ਆਪਣੇ ਕੋਲ ਹੀ ਸਾਰਾ ਜਿਹੜੇ ਸਿੰਘ ਹੁੰਦੇ ਨੇ ਉਹ ਨਿਭਾਉਂਦੇ ਆ, ਤਾਂ ਕਿ ਇਹਦਾ ਜਿਹੜਾ ਮੈਸੇਜ ਆ ਉਹ ਸਾਰੀ ਦੁਨੀਆ ਭਰ ਦੇ ਵਿੱਚ ਜਾਵੇ ਵੀ ਜਿਹੜਾ ਸਿੱਖ ਪੰਥ ਆ ਉਹ ਆਪਣੇ ਸ਼ਹੀਦਾਂ ਨੂੰ ਕਿਸ ਤਰ੍ਹਾਂ ਯਾਦ ਕਰਦਾ, ਕਿਸ ਤਰ੍ਹਾਂ ਉਹਨਾਂ ਦਾ ਇਤਿਹਾਸ ਜਿਹੜਾ ਉਹ ਆਪਾਂ ਸਾਰਾ ਸੁਣਨਾ। ਸੋ ਬਹੁਤਾ ਨਾਂ ਕਹਿੰਦਿਆਂ ਹੋਇਆਂ ਅਖੀਰ ਦੇ ਵਿੱਚ ਇਹੀ ਸਾਰਿਆਂ ਨੂੰ ਬੇਨਤੀ ਹੈ, ਸਾਰੇ ਹੀ ਜ਼ਿੰਮੇਵਾਰ ਸਿੰਘ ਆਏ ਨੇ, ਸਾਰੇ ਮਹਾਂਪੁਰਸ਼ ਆਏ ਨੇ, ਆਪੋ ਆਪਣੀ ਜ਼ਿੰਮੇਵਾਰੀ ਨੂੰ ਸਾਰਿਆਂ ਨੂੰ ਅਹਿਸਾਸ ਹੈਗਾ। ਸੋ ਇਸ ਕਰਕੇ ਜਿਹੜੀ ਵੀ ਕੋਈ ਜ਼ਿੰਮੇਵਾਰੀ ਜਾਂ ਆਪਣੀ ਡਿਊਟੀ ਲਵਾਉਣ ਉਹਦੇ ਉੱਤੇ ਉਹ ਪੂਰਾ ਜਿਹੜਾ ਪਹਿਰਾ ਦਿੱਤਾ ਜਾਵੇ, ਜਿੰਨੀ ਵੀ ਬੱਸਾਂ ਦੀ ਲੋੜ ਹੋਣ ਉਨੀਆਂ ਭਰ ਕੇ ਆਉਣ। ਕਈ ਵਾਰ ਬੱਸਾਂ ਜ਼ਿਆਦੀਆਂ ਮੰਗ ਲੈਂਦੀਆਂ ਜਾਂਦੀਆਂ ਪਰ ਉਹ ਉਨੀਆਂ ਬੱਸਾਂ ਭਰਦੀਆਂ ਨਹੀਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਦੀ ਲੋੜ ਹੈ। ਸੋ ਇਸ ਕਾਲਾ ਜਿਹੜਾ ਸਮਾਗਮ ਆ ਉਹ ਪਿਛਲੇ ਸਾਲ ਨਾਲੋਂ ਵੀ ਵੱਡੇ ਪੱਧਰ 'ਤੇ ਸੰਗਤਾਂ ਇੱਥੇ ਆਉਣ ਤਾਂ ਕਿ ਇਸ ਅਸਥਾਨ ਦੀ ਔਰ ਸ਼ਹੀਦਾਂ ਨੂੰ ਆਪਾਂ ਅੱਛੇ ਢੰਗ ਨਾਲ ਯਾਦ ਕਰੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੀ ਅਗਵਾਈ ਥੱਲੇ ਉਹਨਾਂ ਦੀ ਡਾਇਰੈਕਸ਼ਨ ਮੁਤਾਬਕ ਸਮੇਂ ਨੂੰ ਸੰਕੋਚਦਿਆਂ ਅਸੀਂ ਛੇਤੀ ਤੋਂ ਛੇਤੀ ਸਮਾਗਮ ਮੁਕਾਉਣਾ, ਵੱਧ ਤੋਂ ਵੱਧ ਬੁਲਾਰੇ ਵੀ ਬੁਲਾਉਣੇ। ਇਹ ਮੇਰੇ ਪਾਸ ਪਹਿਲੀ ਸਲਿੱਪ ਆ ਗਈ ਹੈ ਬਾਬਾ ਸੁੰਦਰ ਸਿੰਘ ਜੀ ਟਾਹਲੀ ਸਾਹਿਬ ਵੱਲੋਂ। ਉਹਨਾਂ ਨੇ ਕਿਹਾ ਮੈਂ ਤਕਰੀਬਨ 20 ਤੋਂ ਲੈ ਕੇ 30 ਦੇ ਕਰੀਬ ਫਲੈਕਸ ਬੋਰਡ ਲਗਾਵਾਂਗਾ, ਕਿਹੜੇ ਰਸਤੇ 'ਤੇ ਮਹਿਤਾ, ਬੋਪਾਰਾ, ਟਾਹਲੀ ਸਾਹਿਬ, ਚੁੰਡਾ ਦੇਵੀ, ਕੱਥੂ ਨੰਗਲ, ਜੈਂਤੀਪੁਰ, ਇਸ ਰੂਟ ਉੱਪਰ। ਇਹਨਾਂ ਨੇ ਕਿਹਾ ਕਿ ਮੈਂ 20 ਤੋਂ ਲੈ ਕੇ 30 ਫਲੈਕਸ ਬੋਰਡ 20 ਤੋਂ 30 ਦੇ ਕਰੀਬ ਫਲੈਕਸ ਬੋਰਡ
20 ਤੋਂ 30 ਦੇ ਕਰੀਬ ਫਲੈਕਸਬੋਟ ਬਾਬਾ ਜੀ ਨੇ ਕਿਹਾ, ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਜੀ ਨੇ, ਕਿਹੜਾ ਰਸਤਾ ਜੀ, ਮਹਿਲ ਦੇ ਚੌਂਕ ਤੋਂ ਸ਼ੁਰੂ ਕਰਕੇ ਅਤੇ ਜੈਂਤੀਪੁਰ ਤੱਕ ਦੇ ਉੱਤੇ ਜਿੱਥੇ ਵੀ ਪੁਆਇੰਟ ਬੜੇ ਪ੍ਰਸਟੀਗੂਅਸ ਪੁਆਇੰਟ ਦੂਰੋਂ ਦਿਸਣ। ਸੋ ਮੈਂ ਸਮਾਂ ਫਿਰ ਸੰਕੋਚਦਾ ਹੋਇਆ ਅਗਲਾ ਟਾਈਮ ਦੇਵਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲਿਆਂ ਨੂੰ, ਜਿਵੇਂ ਕਿ ਇਹਨਾਂ ਨੇ ਵੀ ਦੱਸਿਆ ਤਿੰਨੇ ਪੁਆਇੰਟਾਂ ਦੇ ਵਿਚਾਰ ਦੇਣੇ ਨੇ, ਬੁਲਾਰੇ ਬਹੁਤ ਜ਼ਿਆਦਾ ਨੇ। ਆਓ ਸੰਤ ਮਹਾਂਪੁਰਖ ਸਾਹਿਬ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ। ਗੁਰੂ ਕੀ ਸਾਜੇ ਨਵਾਜੇ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ 6 ਜੂਨ 1984 ਦੇ ਕਲੂਕਾਰੇ ਸੰਬੰਧ ਵਿੱਚ ਇਕੱਤਰ ਹੋਏ ਹਾਂ। ਸਾਰੀਆਂ ਸੰਗਤਾਂ ਨੂੰ ਤੋ ਬਾਬਾ ਜੀ ਵੱਲੋਂ ਜੀ ਆਇਆਂ, ਕਿਉਂਕਿ ਅੱਜ ਉਸ ਕਲੂਕਾਰੇ ਦੀ ਰੂਪਰੇਖਾ ਦੇ ਜਾਣੋ ਬਾਬਾ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ। ਤੋ ਅੱਜ ਅਰਦਾਸ ਤੋ ਸੰਗਤਾਂ ਵੀ ਲਿਖ ਕੇ ਆਵਾਂਗੇ ਅਤੇ ਫਲੈਕਸ ਬੋਰਡ ਵੀ ਟਾਹਲਾ ਸਾਹਿਬ ਵੱਲੋਂ ਸਾਰੇ ਸ਼ਹਿਰ 'ਚ ਲਗਾਏ ਜਾਣਗੇ। ਤੋ ਵੱਧ ਚੜ੍ਹ ਕੇ ਆਪਾਂ ਇਸ ਸਮਾਗਮ ਵਿੱਚ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਆਉਣ ਦੀ ਬੇਨਤੀ ਕਰੀਏ, ਕਿਉਂਕਿ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਸ਼ਹਾਦਤ ਨੂੰ ਜਾਗਰਿਤ ਕੀਤਾ ਗਿਆ ਹੈ। ਤੋ ਉਦਾਸ ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਜਾਜਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਜਹਿਦਾਰ ਸੁਖਦੇਵ ਸਿੰਘ ਜੀ ਆਨੰਦਪੁਰ ਸਾਹਿਬ, ਉਹ ਵੀ 2 ਮਿੰਟ ਲਈ ਆਪਣੇ ਵਿਚਾਰ ਦੱਸਣ। ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਨੇ ਮੀਟਿੰਗ ਦੀ ਇਕੱਤਰਤਾ ਬੁਲਾਈ ਹੈ। ਇੱਕ ਇਹ ਵੀ ਬੇਨਤੀ ਹੈ ਸੰਗਤਾਂ ਨੂੰ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਖਾਲਸਾ ਪੰਥ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਾਸਤੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਹੈ। ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਸਤਿਕਾਰਯੋਗ ਹੈ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਖਾਲਸਾ ਪੰਥ ਵਾਸਤੇ ਹਰਿਮੰਦਰ ਸਾਹਿਬ ਜੀ ਦੀ ਖਾਤਰ ਆਪਣੀ ਸ਼ਹਾਦਤ ਪ੍ਰਾਪਤ ਕੀਤੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ 6 ਜੂਨ ਦਾ ਫਲੈਕਸ ਲਾਉਣੇ, ਕਿਉਂਕਿ ਜਿੰਨੇ ਵੀ ਪੰਜਾਬ ਦੀ ਧਰਤੀ ਹੈ, ਕੋਈ ਸੜਕ, ਕੋਈ ਨਗਰ, ਕੋਈ ਪਿੰਡ, ਕੋਈ ਸ਼ਹਿਰ ਇਹ ਨਹੀਂ ਦੱਸਣਾ ਚਾਹੀਦਾ ਕਿ ਜਿੱਥੇ 6 ਜੂਨ ਦੇ ਫਲੈਕਸ ਨਾ ਲੱਗੇ ਹੋਣ। ਔਰ ਇਹ ਬੇਨਤੀ 6 ਜੂਨ ਦੇ ਜੋ ਸ਼ਹੀਦੀ ਜੋੜ ਮੇਲ ਦੇ ਫਲੈਕਸ ਹੈ, ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਲਾਉਣੇ ਹੈ ਅਤੇ ਨਾਲ ਦੀ ਨਾਲ 28 ਤਰੀਕ ਤੱਕ ਆਪ ਜੀ ਇਹ ਜੋ ਫਲੈਕਸ ਬੋਰਡ ਹੈ ਕਿਰਪਾ ਕਰਕੇ ਕੰਪਲੀਟ ਕਰਕੇ ਲਾਉਣ ਦੀ ਕਿਰਪਾਲਤਾ ਕਰਨੀ ਹੈ। ਸੋ ਦੂਸਰੀ ਬੇਨਤੀ, ਭਗਤ ਬਾਬਾ ਮਿਲਖਾ ਸਿੰਘ ਜੀ ਫਿਰੋਜ਼ਪੁਰ ਮਾਨਪੁਰ ਵਾਲੇ ਮਹਾਂਪੁਰਖਾਂ ਨੇ
ਜੋ ਸਿੰਘ ਭੇਜੇ ਹੈ, ਮਹਾਂਪੁਰਖਾਂ ਨੇ ਇਹ ਬੇਨਤੀ ਭੇਜੀ ਹੈ ਕਿ 15 ਬੱਸਾਂ ਅਤੇ 10 ਛੋਟੀਆਂ ਗੱਡੀਆਂ, 15 ਬੱਸਾਂ ਜਿਹੜੀਆਂ ਸੰਗਤ ਵਾਸਤੇ ਦਿੱਤੀਆਂ ਜਾਣਗੀਆਂ ਅਤੇ 10 ਜਿਹੜੀਆਂ ਛੋਟੀਆਂ ਗੱਡੀਆਂ ਉਹ ਭਗਤ ਬਾਬਾ ਮਿਲਖਾ ਸਿੰਘ ਜੀ ਦੇ ਨਾਲ ਆਉਣਗੀਆਂ। ਇਸੇ ਤਰ੍ਹਾਂ ਹੀ 4 ਬੱਸਾਂ ਸ੍ਰੀ ਮੁਕਤਸਰ ਸਾਹਿਬ ਜੀ ਤੋਂ ਕਵਰਵਾਲਾ ਪਿੰਡ ਭਾਈ ਗੁਰਮੀਤ ਸਿੰਘ ਜੀ, ਅਰੇ 6 ਬੱਸਾਂ ਝੋਗ ਮੋੜੇ ਤੋਂ, ਅਤੇ ਇਸੇ ਤਰ੍ਹਾਂ ਹੀ ਹੋਰ ਵੀ ਥਾਵਾਂ ਥਾਵਾਂ ਤੋਂ, ਜਿਸ ਤਰ੍ਹਾਂ ਕਿ ਸੰਤ ਬਾਬਾ ਮਨਜੀਤ ਸਿੰਘ ਜੀ ਹਰਫਵਾਲ, ਉਹ ਵੀ ਬੱਸਾਂ ਭੇਜ ਰਹੇ ਹਨ ਹਰਫ ਕੇ ਮੱਲਾਂ ਵਾਲਾ ਫਿਰੋਜ਼ਪੁਰ, 15 ਬੱਸਾਂ ਹੋਰ ਜੋ ਭੇਜ ਰਹੇ ਆ, ਗੱਡੀਆਂ ਆਉਣਗੀਆਂ। ਭਾਵ ਥਾਵਾਂ ਥਾਵਾਂ ਤੋਂ ਹੀ ਸਾਡਾ ਸਾਰਿਆਂ ਦਾ ਫਰਜ਼। ਬਾਕੀ ਬੇਨਤੀ, ਜਿੱਥੇ ਕਾਲਜ ਸਕੂਲ ਹੈ ਉਹ ਵੀ ਸਾਡੇ ਕੋਲ ਨੋਟ ਕਰਾ ਦਿਓ, ਅਸੀਂ ਆਪ ਜਾ ਕੇ ਉਹਨਾਂ ਕਾਲਜਾਂ ਸਕੂਲਾਂ ਵਾਲਿਆਂ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਗੱਡੀਆਂ ਦੀ ਸੰਗਤਾਂ ਨੂੰ ਜ਼ਰੂਰਤ ਹੈ, ਇਸ ਕਰਕੇ ਉਹ ਵੀ ਗੱਡੀਆਂ ਅਸੀਂ ਜਾ ਕੇ ਬੇਨਤੀ ਕਰਾਂਗੇ ਕਿ ਜਿਹੜੀਆਂ ਸੰਗਤਾਂ ਲਿਆ ਸਕਣ। 8 ਬੱਸਾਂ ਸੁਖਨਾ ਮੱਲਣ ਮੁਕਤਸਰ ਏਰੀਆ ਜੈਤੋ ਏਰੀਏ ਤੋਂ ਆਉਣਗੀਆਂ। ਸੋ ਇਸੇ ਤਰ੍ਹਾਂ ਹਬੋਰ ਤੋਂ ਵੀ ਭਾਈ ਬੂਟਾ ਸਿੰਘ ਜੀ ਗੱਡੀ ਲਿਆ ਰਹੇ ਹੈ। ਭਾਵ ਹੋਰ ਥਾਵਾਂ ਥਾਵਾਂ ਤੋਂ ਹੀ ਹਬੋਰ ਮਲੋਟ ਚੰਦੋ ਕਲਾਂ ਤੋਂ ਵੀ ਸੋ ਬੱਸ ਲੈ ਕੇ ਆਉਣਗੇ। ਉਹਨਾਂ ਆਉਣਾ ਸੀ, ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ, ਉੱਥੇ ਕੋਈ ਮਰਗ ਹੋ ਗਈ ਹੈ। ਇੱਕ ਬੱਸ ਚੰਦੋ ਕਲਾਂ ਪਿੰਡ ਜੋ ਇਤਿਹਾਸ ਪਿੰਡ ਹੈ ਔਰ ਉੱਥੋਂ ਵੀ ਆਉਣੀ ਹੈ। ਔਰ ਇਸੇ ਤਰ੍ਹਾਂ ਜਿੰਨੇ ਵੀ ਮਹਾਂਪੁਰਖ ਆਏ ਆ, ਸੰਤ ਮਹਾਤਮਾ ਜਿੰਨੇ ਵੀ ਗੁਰਮੁਖ ਪਿਆਰੇ ਆਏ ਹੈ, ਸਾਰਿਆਂ ਨੂੰ ਇਹੋ ਬੇਨਤੀ ਹੈ ਕਿ 28 ਤਰੀਕ ਤੱਕ ਜਿਹੜੇ ਫਲੈਕਸ ਬੋਰਡ ਹੈ ਸਾਰੇ ਕੰਪਲੀਟ ਕਰ ਦੇਣੇ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਹਿਜ਼ਾਦ ਜੀ ਬਹੁਤ ਸੰਖੇਪਤ ਬੋਲੇ ਨੇ, ਇਹ ਸਲਿੱਪਾਂ ਆਪ ਸਭ ਦੀ ਸੇਵਾ 'ਚ ਆਉਣ ਲੱਗੀਆਂ ਨੇ, ਐਡੀਆਂ ਇਹਨਾਂ 'ਤੇ ਆਪ ਜੀ ਨੇ ਫਿਲ ਅਪ ਕਰ ਦੇਣਾ। ਸਭ ਤੋਂ ਪਹਿਲਾਂ ਜ਼ਿੰਮੇਵਾਰ ਸਿੰਘ ਦਾ ਨਾਮ, ਜਿਹਨੇ ਜ਼ਿੰਮੇਵਾਰੀ ਲਈ ਹੈ। ਦੂਸਰਾ ਕਾਲਮ ਹੈ ਉਹਦਾ ਮੋਬਾਈਲ ਨੰਬਰ ਕੀ ਆ, ਉਹਦਾ ਪਿੰਡ ਕੀ ਆ। ਤੀਸਰਾ ਕੀ ਆ ਕਿ ਫਲੈਕਸ ਬੋਰਡ ਦੀ ਕਿੰਨੀ ਸੇਵਾ ਕਿੰਨੇ ਲੱਗਣਗੇ। ਚੌਥਾ ਹੈ ਸੰਗਤ ਕਿੰਨੀ ਲੈ ਕੇ ਆਉਣਗੇ ਸੰਗਤਾਂ ਦੀ ਸੇਵਾ, ਬੱਸਾਂ ਦੀ ਗਿਣਤੀ। ਇਹ ਹਰ ਇੱਕ ਸੁਸ਼ੋਭਿਤ ਸਿੰਘ ਦੇ ਕੋਲ ਸਲਿੱਪਾਂ ਆਉਣ ਲੱਗੀਆਂ ਨੇ। ਇਹ ਬੈਠੇ ਬੈਠੇ ਪੈਨ ਲੈ ਕੇ ਪਲੀਜ਼ ਭਰ ਦਿਓ ਤਾਂ ਕਿ ਸੰਗਤ ਅੱਗੇ ਨੂੰ ਵੱਧ ਆਉਣੀ ਆ। ਅਸੀਂ ਵੈਲ ਪਲੈਨਡ ਵੇ ਨਾਲ ਸੰਗਤਾਂ ਦੀ ਸੇਵਾ ਅਤੇ ਬੱਸਾਂ ਦੀ ਪਾਰਕਿੰਗ ਕਰ ਸਕੀਏ। ਇਹ ਪ੍ਰਵਾਨ ਕਰੋ, ਸਲਿੱਪਾਂ ਆਪ ਜੀ ਪਾਸ ਆ ਦੇ ਦਿਓ ਜੀ। ਮੈਂ ਥੋੜ੍ਹਾ ਜਿਹਾ 2 ਮਿੰਟ ਦਾ ਸਮਾਂ ਲੱਗ ਕੇ ਪਿਛਲੇ ਸਾਲ ਦੀ ਲਿਸਟ ਬੋਲਣ ਲੱਗਾ। ਵਾਰੀ ਵੈਸੇ ਹੁਣ ਹੈ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ, ਉਹ ਵੀ ਤਿਆਰ ਰਹਿਣ। ਪਰ ਉਸ ਤੋਂ ਪਹਿਲਾਂ ਕਿ ਲਾਸਟ ਈਅਰ ਕੀ ਸੇਵਾਵਾਂ ਚੱਲੀਆਂ ਸੀ ਤਾਂ ਕਿ ਇੱਕ ਆਈਡੀਆ ਹੋ ਜਾਵੇ, ਸਲਿੱਪਾਂ ਭਰਨ ਦੇ ਨਾਲ ਨਾਲ ਤੁਹਾਨੂੰ ਆਈਡੀਆ ਹੋ ਜਾਵੇ ਕੀ ਸੀ ਪਿਛਲੇ ਸਾਲ ਅਸੀਂ ਕੀਤਾ। ਗੁਰੂ ਕੇ ਲੰਗਰ 5 ਲੱਗੇ ਸਨ, ਇੱਕ ਮੁੱਖ ਲੰਗਰ ਹਾਲ ਗੁਰਦੁਆਰਾ ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਕੰਟਰੋਲ ਥੱਲੇ, ਦੂਸਰਾ ਸੀ ਸੰਤ ਬਾਬਾ ਬਲਵਿੰਦਰ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਹੱਜੋਵਾਲ, ਸਮੂਹ ਸੰਗਤ, ਇਹ ਸੰਤ ਮਹਾਂਪੁਰਖਾਂ ਲਈ ਨਾਲ ਭਾਈ ਬਲਵਿੰਦਰ ਸਿੰਘ ਜੀ ਗੁਰਮਤਿ ਸਹਿਤ ਸਦਨ ਵਾਲੇ ਵੀ ਸਨ। ਗੁਰਦੁਆਰਾ ਸਾਹਿਬ ਦੇ ਬਾਹਰ ਅਜਸਟ ਬਿਲਕੁਲ ਨਾਲ ਲੱਗਦਾ ਹੋਲਾ ਮਹੱਲਾ ਲੰਗਰ ਕਮੇਟੀ, ਮਹਿਤਾ ਚੌਂਕ ਅਤੇ ਮਹਿਤਾ ਪਿੰਡ ਦਾ ਲੰਗਰ ਸੀ। ਫਿਰ ਸਮੂਹ ਸਾਧ ਸੰਗਤ ਪਿੰਡ ਧਦਿਓ ਦਾ ਵੀ ਲੰਗਰ, ਆੜਤੀਆ ਐਸੋਸੀਏਸ਼ਨ ਵਪਾਰ ਮੰਦਰ ਅਤੇ ਸਮੂਹ ਸਾਧ ਸੰਗਤ ਕਸਬਾ ਮਹਿਤਾ ਚੌਂਕ, ਇਸ ਪ੍ਰਕਾਰ 5 ਲੰਗਰ ਸਨ।
ਐਰਕੀ ਘੱਟੋ ਘੱਟ 5 ਡੇਢਾਂ 7.5 ਲੰਗਰ ਚਾਹੀਦੇ ਨੇ। ਛਬੀਲਾਂ ਦੀ ਸੇਵਾ 13 ਛਬੀਲਾਂ ਸੀ, 13 ਛਬੀਲਾਂ ਕਿਵੇਂ ਕਿਵੇਂ, ਪਹਿਲੀ ਛਬੀਲ ਅਕਾਲ ਜੋਤ ਸੰਸਥਾ ਮੁੰਬਈ, ਦੂਸਰੀ ਦਿੱਲੀ ਦੀ ਸਮੂਸਾ ਸੰਗਤ ਵੱਲੋਂ, ਤੀਸਰੀ ਖਾਲਸਾ ਅਕੈਡਮੀ ਮਹਿਤਾ ਚੌਂਕ, ਚੌਥੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੋਸ਼ਲ ਵੈਲਫੇਅਰ ਕਲੱਬ ਮਹਿਤਾ ਚੌਂਕ ਸਾਦਾ ਜਲ, ਇਸੇ ਤਰ੍ਹਾਂ NRI ਵੀਰਾਂ ਦੀ ਛਬੀਲ ਬੰਬੀ ਵਾਲੇ ਮੋੜ 'ਤੇ, ਫਿਰ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਸਮੂਹ ਸਾਧ ਸੰਗਤ ਜੱਫਰਵਾਲ ਅਗਵਾਈ ਕੀਤੀ ਸੀ, ਬਾਬਾ ਸਤਨਾਮ ਸਿੰਘ ਜੀ ਜੱਫਰਵਾਲ, ਭਾਈ ਜੋਗਿੰਦਰ ਸਿੰਘ ਜੀ ਬੱਬਰੀ, ਫਿਰ 8ਵੀਂ ਛਬੀਲ ਸੀ ਜਲ ਜੀਰਾ ਅਤੇ ਸਰਦਈ ਦੀ ਛਬੀਲ ਸਮੂਹ ਸਾਧ ਸੰਗਤ ਭਲਾਈ ਪੁਲ ਪੂਰਬਾਂ, 9ਵੀਂ ਛਬੀਲ ਸੀ ਸਰਦਾਈ ਦੀ ਛਬੀਲ ਫਿਰ ਭਾਈ ਬਚਿੱਤਰ ਸਿੰਘ, ਭਾਈ ਲੱਖਾ ਸਿੰਘ ਪਿੰਡ ਕੰਗ, 10ਵੀਂ ਛਬੀਲ ਸੀ ਬ੍ਰਹਮੀ ਬੂਟੀ ਦੀ ਛਬੀਲ ਜਥੇਦਾਰ ਸ਼ਪਾਲ ਸਿੰਘ ਜੀ ਝੋਕ ਮੋਹੜੇ, 11ਵੀਂ ਛਬੀਲ ਸੀ ਜਲ ਜੀਰਾ ਛਬੀਲ ਸੰਤ ਬਾਬਾ ਲੱਖਾ ਸਿੰਘ ਜੀ ਰਾਮ ਥੰਬੜ, 12ਵੀਂ ਛਬੀਲ ਸੀ ਗੰਨੇ ਦੇ ਰਸ ਦੀ ਛਬੀਲ ਭਾਈ ਗੁਰਦੇਵ ਸਿੰਘ ਜੀ ਬਡਿਆਣਾ ਹਵੇਲੀ ਦੇ ਅੰਦਰ, ਅਤੇ ਇਸੇ ਤਰ੍ਹਾਂ ਸੀ ਗੁਰੂ ਨਾਨਕ ਸਕੂਲ ਮੋੜ ਛਬੀਲਾ ਅੰਮ੍ਰਿਤ ਗਾਰਮੈਂਟ ਸਟੋਰ ਮਹਿਤਾ ਚੌਂਕ, ਚਾਹ ਪਕੌੜਿਆਂ ਦੇ ਲੰਗਰ ਲੱਗੇ ਸਨ 2 ਲੰਗਰ, ਸੰਤ ਬਾਬਾ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਵਾਲੇ ਜਿਨ੍ਹਾਂ ਨੇ ਲਗਾਤਾਰ 1 ਜੂਨ ਤੋਂ ਲੈ ਕੇ 6 ਜੂਨ ਤੱਕ 6 ਦੇ 6 ਦਿਨ ਆਨੰਦ ਦੇ ਗੱਫੇ ਦੇ ਕੇ ਸੰਗਤ ਨੂੰ ਪਕੌੜਿਆਂ ਨਾਲ ਸੇਵਾ ਕੀਤੀ ਸੀ, ਚਾਹ ਦੇ ਲੰਗਰ ਲੱਗੇ ਸੀ, ਸਮੂਹ ਸਾਧ ਸੰਗਤ ਪਿੰਡ ਧਦਿਓ ਨੇ ਵੀ ਪਕੌੜਿਆਂ ਦੇ ਲੰਗਰ ਲਾਏ ਸੀ, ਜੋੜਿਆਂ ਦੀ ਸੇਵਾ 3 ਸੰਸਥਾਵਾਂ ਸਨ, ਦਸ਼ਮੇਸ਼ ਸੇਵਕ ਜਥਾ ਆਦੋਵਾਲੀ ਅਤੇ ਬੂੜੇ ਨੰਗਲ, ਜਥੇਦਾਰ ਜਸਦੇਵ ਸਿੰਘ ਮੁਕੰਦ ਸਿੰਘ ਵਾਲਾ ਸਾਧਕ ਮੁਕਤਸਰ ਅਤੇ ਸਮੂਹ ਸੰਗਤ, ਤੀਸਰੀ ਸੀ ਜੋੜਿਆਂ ਦੀ ਸੇਵਾ ਜਾਂਡਲਾ ਨਵਾਂ ਸ਼ਹਿਰ ਦੀ ਸਮੂਹ ਸੰਗਤ, ਜਲੇਬਾਂ ਦੇ ਲੰਗਰ ਲੱਗੇ ਸਨ ਖੁੱਲ੍ਹੇ ਗੱਫਿਆਂ 'ਚ ਵਰਤਾਏ ਗਏ ਸੀ, ਸਮੂਹ ਸੰਗਤ ਪਿੰਡ ਖੱਬੇ ਰਾਜਪੂਤਾਂ ਮੁੱਖ ਲੰਗਰ ਦੇ ਨਾਲ ਹੀ ਉਹਨਾਂ ਨੂੰ ਅਸਥਾਨ ਦਿੱਤਾ ਗਿਆ ਸੀ, ਮਾਝਾ ਜੀਰ ਜਗਬਾਣੀ ਅਤੇ ਬਾਕੀ ਸਪਲੀਮੈਂਟ ਕੱਢੇ ਸਨ, ਐਰਕੀ ਵੀ ਸਪਲੀਮੈਂਟ ਸਾਰੇ ਨਿਕਲਣਗੇ ਭਾਈ ਜਗਦੀਪ ਸਿੰਘ ਜੀ ਬੰਮਰਾ ਨਾਲ ਰਾਬਤਾ ਕੀਤਾ ਜਾਵੇ, ਸਪਲੀਮੈਂਟਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਐਡਵਰਟਾਈਜਮੈਂਟ, ਵਿਸ਼ੇਸ਼ ਤੌਰ 'ਤੇ ਲੇਖ ਜਾਣਕਾਰੀ ਹੋਏਗੀ, ਮੁੱਖ ਲੰਗਰ ਜਾਣਾ 1 ਤੋਂ 6 ਇਹ ਸਫਾਈ ਕੀਤੀ ਜਾਂਦੀ ਸੀ, ਲੰਗਰ ਵਰਤਾਏ ਜਾਂਦੇ ਸੀ, ਇਹ ਪਿੰਡ ਮਹਿਤੇ ਦੀ ਮੁਖੀ ਸਮੁਖੀ ਸੱਜਣਾ ਨੇ ਸੇਵਾ ਲਈ ਸੀ, ਕਾਰ ਬੱਸਾਂ ਅਤੇ ਭਾਈ ਵਾਹਨਾਂ ਦੀ ਟਰੱਕ ਗੱਡੀਆਂ ਜਿੰਨੀਆਂ ਵੀ ਗੱਡੀਆਂ ਆਈਆਂ ਸਨ ਉਹਨਾਂ ਦਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ ਅਗਵਾਈ ਕੈਪਟਨ ਬਲਬੀਰ ਸਿੰਘ ਜੀ ਬਾਠ, ਸਾਬਕਾ ਕੈਬਨਿਟ ਮੰਤਰੀ ਹਲਕਾ ਸ਼੍ਰੀ ਹਰਗੋਬਿੰਦਪੁਰ ਅਗਵਾਈ ਜਹੇਦਾਰ ਮੰਗਲ ਸਿੰਘ ਜੀ ਬਾਬਾ ਬਕਾਲਾ ਰੋਡ 'ਤੇ ਕੀਤੀ, 2-ਵੀਲਰਸ ਦੀ ਪਾਰਕਿੰਗ ਵਾਸਤੇ ਸਮੂਹ ਸੰਗਤ ਗੁਰੂ ਨਾਨਕ ਸੇਵ ਜਥਾ ਪਿੰਡ ਮਹਿਸੋਪੁਰ, ਮੀਡੀਆ ਕੋਆਰਡੀਨੇਟਰ ਸਨ ਸੰਤ ਕਰਤਾਰ ਸਿੰਘ ਕਲਾ ਮਹਿਤਾ ਚੌਂਕ, ਸਮੁੱਚੀ ਨਿਗਰਾਨੀ ਵੀ ਤੁਸੀਂ ਰਲ ਮਿਲ ਕੇ ਕੀਤੀ ਸੀ। ਹੁਣ ਮੈਂ ਸੰਤ ਬਾਬਾ ਬੁੱਧ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਉਹ ਸਟੇਜ 'ਤੇ ਆ ਕੇ 2 ਮਿੰਟ 'ਚ ਸੰਸਥਾ ਦੇ ਮੁਖੀ ਨੇ ਆਪਣੀਆਂ ਸੇਵਾਵਾਂ ਦਾ ਇਜ਼ਹਾਰ ਕਰਨ ਅਤੇ ਸੇਵਾ ਪ੍ਰਾਪਤ ਕਰਨ, ਬਹੁਤ ਬਹੁਤ ਮਿਹਰਬਾਨੀ ਸੰਤ ਮਹਾਂਪੁਰਖ। ਬਹੁਤ ਹੀ ਪਵਿੱਤਰ ਸਥਾਨ ਦਮਦਮਿੰਡ ਕਸਾਲ ਦੇ ਹੈੱਡਕੁਆਟਰ ਦੇ ਅੰਦਰ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਹੋ ਰਿਹਾ ਹੈ ਉਹਦੀ ਰੂਪ ਰੇਖਾ ਅਲੀਕਣ ਵਾਸਤੇ 71 ਹੋਈ ਸਾਧ ਸੰਗਤ ਜੀਓ, ਰਸਨਾ ਪਵਿੱਤਰ ਕਰੋ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੂੰ ਬੜੇ ਵਿਸਥਾਰ ਦੇ ਨਾਲ ਦਮ ਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਅੱਜ ਦੀ ਇਸ ਮੀਟਿੰਗ ਦਾ ਜੋ ਏਜੰਡਾ ਹੈ ਉਹ ਵਿਸਥਾਰ ਪੂਰਵ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਕਿ ਜੋ 1984 ਵਿੱਚ ਤੀਜਾ ਘੱਲੂਘਾਰਾ ਕੌਮ ਨੇ ਸਾਈਨ ਕੀਤਾ ਹੈ ਜਿਹਦੇ ਵਿੱਚ ਸਿੱਖਾਂ ਦੇ ਜਾਨਾਂ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ ਤੇ ਅਨੇਕਾਂ ਸਿੰਘ ਗੁਰੂ ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਇਹਨਾਂ ਸਮੁੱਚੇ ਸ਼ਹੀਦਾਂ ਦੀ ਪਾਵਨ ਯਾਦ ਦੇ ਵਿੱਚ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਵਿਖੇ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹੁੰਦਾ ਹੈ ਜਿਹਦੇ ਵਿੱਚ ਪੰਜਾਬ ਭਰ ਹਿੰਦੁਸਤਾਨ ਦੇ ਵਿੱਚੋਂ ਵੱਡੇ ਰੂਪ 'ਚ ਸੰਗਤਾਂ ਪਹੁੰਚਦੀਆਂ ਨੇ। ਉਸ ਸਮਾਗਮ ਦੀ ਰੂਪ ਰੇਖਾ ਲਿਖਣ ਲਈ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਮੈਂ ਆਪਣੇ ਅਸਥਾਨ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਸਦਕਾ ਮਹਾਂਪੁਰਸ਼ਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਮੇਨ ਮੇਨ ਅਸਥਾਨ ਨੇ ਉੱਥੇ ਹੋਲਡਿੰਗ ਵੀ ਲਵਾਏ ਜਾਣਗੇ ਅਤੇ ਛੋਟੇ ਫਲੈਕਸ ਜਿਹੜੀਆਂ ਪਬਲਿਕ ਪਲੇਸ ਨੇ ਜਿਵੇਂ ਹੌਸਪੀਟਲ ਨੇ, ਕੋਈ ਡਾਕਖਾਨਾ ਏ, ਦਾਣਾ ਮੰਡੀ ਏ, ਥਾਣਾ ਚੌਂਕੀ ਏ, ਬੀ ਡੀ ਓ ਦਫ਼ਤਰ ਏ, ਜਿੱਥੇ ਬਿਜਲੀ ਦੇ ਬਿੱਲ ਤਰਦੇ ਨੇ ਦਫ਼ਤਰ ਨੇ, ਜਾਣੀ ਕਿ ਉੱਥੇ ਛੋਟੇ ਫਲੈਕਸ ਵੀ ਲਾਏ ਜਾਣ ਤਾਂ ਕਿ ਸੰਗਤਾਂ ਨੂੰ ਵੱਧ ਜਾਣਕਾਰੀ ਮਿਲ ਸਕੇ ਇਸ ਸਮਾਗਮ ਦੀ। ਇਹ ਉਪਰਾਲਾ ਅਸੀਂ ਆਪਣੀ ਸੰਸਥਾ ਵੱਲੋਂ ਕਰਾਂਗੇ ਅਤੇ ਨਾਲ ਹੀ 6 ਜੂਨ ਦੇ ਇਸ ਸਮਾਗਮ ਦੇ ਵਿੱਚ 100 ਗੱਡੀਆਂ ਦਾ ਕਾਫਲਾ ਜਿਹੜਾ ਹੈ ਉਹ ਨਿੱਕੇ ਘੁੰਮਣਾ ਸੰਪਰਦਾ ਵੱਲੋਂ ਇਸ ਪਾਵਨ ਅਸਥਾਨ ਦੇ ਉੱਤੇ ਪਹੁੰਚੇਗਾ। ਇਸ ਤੋਂ ਇਲਾਵਾ ਵੀ ਜੋ ਮਹਾਂਪੁਰਸ਼ ਡਿਊਟੀ ਲਾਉਣਗੇ ਉਹ ਤਨਦੇਈ ਦੇ ਨਾਲ ਨਿਭਾਈ ਜਾਏਗੀ। ਨਾਲ ਹੀ ਮੈਂ ਸਮੁੱਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਇਹ ਬੇਨਤੀ ਕਰਾਂਗਾ ਕਿ ਜਿੱਥੇ ਮਹਾਂਪੁਰਸ਼ਾਂ ਵੱਲੋਂ ਇਹ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਉੱਥੇ ਸਾਡਾ ਆਪਣਾ ਇਖਲਾਕੀ ਫਰਜ਼ ਵੀ ਬਣਦਾ ਹੈ ਕਿ ਅਸੀਂ ਜਿਹੜੀ ਸਾਡੀ ਕੌਮ ਦੇ ਮਰਜੀਵੜੇ ਮਹਾਨ ਸੂਰਬੀਰ ਆਪਣੇ ਸ਼ਹੀਦੀਆਂ ਪ੍ਰਾਪਤ ਕਰ ਗਏ ਅਸੀਂ ਵੀ ਉਹਨਾਂ ਦੀ ਇਸ ਯਾਦ ਵਿੱਚ ਨਸਤਮਤੰਗ ਹੁੰਦੇ ਹੋਏ ਵੱਡੇ ਪ੍ਰਬੰਧਕਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਹੀ ਖਿਮਾ ਦੀ ਜਾਚਨਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਭਾਈ ਸੁਖ ਹਰਪ੍ਰੀਤ ਸਿੰਘ ਜੀ ਰੋਡੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਉਣ। ਉਹਨਾਂ ਤੋਂ ਬਾਅਦ ਫਿਰ ਮੈਂ ਅਗਲੇ ਬੁਲਾਰੇ ਨੂੰ 2 ਮਿੰਟ ਦਾ ਸਮਾਂ ਦੇਵਾਂਗਾ। ਸਮਾਂ ਉਹੀ ਆ, ਪੁਆਇੰਟ ਉਹੀ ਹੈ, ਕਿੰਨੀਆਂ ਬੱਸਾਂ, ਕਿੰਨੇ ਫਲੈਕਸ ਬੋਰਡ, ਕੀ ਡਿਊਟੀ,
ਕਿੰਨੇ ਵਜੇ ਪਹੁੰਚਾਂਗੇ, ਕਿੰਨੀ ਤਰੀਕ ਨੂੰ ਪਹੁੰਚਾਂਗੇ ਇਤਾਦਿ। ਸੋ ਮੈਂ ਜਲਦੀ ਬੇਨਤੀ ਕਰਾਂ ਭਾਈ ਸੁਖਪ੍ਰੀਤ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ। ਅੱਜ 1984 ਦੇ ਸਿੰਘਾਂ ਦੀ ਸ਼ਹੀਦੀ ਨੂੰ 6 ਜੂਨ ਨੂੰ ਆਪਾਂ ਸਮਾਗਮਾਂ ਨੂੰ ਜੋ ਨੇਪਰੇ ਜਾਣ ਲਈ ਉਹਨਾਂ ਉਸ ਮੀਟਿੰਗ ਦੇ ਵਿੱਚ ਸਾਡੇ ਅਤਿ ਸਤਿਕਾਰਯੋਗ ਬਾਬਾ ਜੀ ਹਰਨਾਮ ਸਿੰਘ ਜੀ ਅਤੇ ਸਾਰੀ ਸਮੁੱਚੀ ਸਾਧ ਸੰਗਤ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਮਾਗਮ ਜੋ ਬਾਬਾ ਹਰਨਾਮ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਆ ਪਹਿਲਾਂ ਤੋਂ ਹੀ, ਸਾਨੂੰ ਇਸ ਸਮਾਗਮਾਂ ਦੇ ਵਿੱਚ ਸ਼ਹੀਦੀ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਿਆ ਕੇ ਇਹਨਾਂ ਨੂੰ ਨੌਜਵਾਨ ਨੂੰ ਆਪਾਂ ਦੱਸ ਸਕੀਏ ਜੋ ਸਾਡੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਸ ਤਰ੍ਹਾਂ ਸਿੱਖੀ ਨੂੰ ਬਚਾਇਆ, ਕਿਸ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਜੋ ਅਸੀਂ ਸਿੱਖ ਕੌਮ ਨੂੰ ਅੱਗੇ ਵਧਾ ਸਕੀਏ। ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਵੱਧ ਚੜ੍ਹ ਕੇ ਹਿੱਸਾ ਪਾਈਏ ਤਾਂ ਜੋ ਇਹ ਸਮਾਗਮ ਸਾਰੀ ਦੁਨੀਆਂ ਦੇ ਵਿੱਚ ਦੱਸ ਸਕੀਏ, ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡਾ ਸਿੱਖ ਧਰਮ ਕੀ ਹੈ, ਕਿਵੇਂ ਕੁਰਬਾਨੀਆਂ ਨਾਲ ਅਸੀਂ ਅੱਗੇ ਲਿਜਾ ਸਕਦੇ ਹਾਂ। ਇੰਨਾ ਕੁਛ ਕਹਿੰਦਾ ਹੋਇਆ ਖਿਮਾ ਦਾ ਜੱਚ ਖਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂ, ਹੱਥ ਜੋੜ ਕੇ ਨਿਮਰਤਾ ਸਾਹਿਬ, ਪਲੀਜ਼ ਪੰਡਾਲ 'ਚੋਂ ਉੱਠ ਕੇ ਨਾ ਜਾਣ ਦੀ ਕਿਰਪਾ ਕਰੋ। ਕੰਮ ਬੜੇ ਨੇ, ਹੁੰਦੇ ਨੇ, ਪਰ ਐਦੋ ਵੱਡਾ ਕੰਮ ਹੋਰ ਕੋਈ ਨਹੀਂ। ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਸਿਮਰਤੀ 'ਚ ਬੈਠ ਕੇ ਪ੍ਰੋਗਰਾਮ ਉਲੀਕਣੇ। ਸੋ ਸੰਗਤ ਜਲ ਪੀਣ ਪਤਾ ਨਹੀਂ ਜਾਂਦੀ ਕਿਵੇਂ ਉੱਠਦੀ ਹੈ, ਪਲੀਜ਼ ਡਿਸਟਰਬ ਨਾ ਕਰੋ। ਮੇਰਾ ਖਿਆਲ ਹੈ ਮੈਂ ਹੱਥ ਜੋੜ ਕੇ ਨਿਮਰਤਾ ਸਾਹਿਬ ਬੜੇ ਹੀ ਨਿਮਾਣੇ ਨਿਤਾਣੇ ਤਰੀਕੇ ਨਾਲ ਕਹਿ ਰਿਹਾ ਕਿ ਆਪ ਮਹਿਸੂਸ ਨਾ ਕਰੋ, ਜਿੰਨੇ ਸਿੰਘ ਖਲੋਤੇ ਹੋ, ਕਈ ਖਲੋਤੇ ਨੇ, ਕਈ ਜਾ ਰਹੇ ਨੇ, ਪਲੀਜ਼ ਅਵਾਇਡ ਕਰੋ। ਹੁਣ ਮੈਂ ਬੇਨਤੀ ਕਰਾਂ ਭਾਈ ਰਜਿੰਦਰ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਮਾਈਕ 'ਤੇ ਆਉਣ। ਭਾਈ ਰਜਿੰਦਰ ਸਿੰਘ ਜੀ ਮਹਿਤਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਣ ਆ ਇੱਥੇ ਜੰਮੇ, ਇੱਥੇ ਨਿੰਮੇ, ਇੱਥੇ ਵੱਡੇ ਹੋਏ, ਇੱਥੇ ਪੜ੍ਹੇ, ਇੱਥੋਂ ਹੀ ਬਾਬਾ ਦੇ ਚਰਨ ਬਾਬਾ ਜੀ ਦੇ ਚਰਨੀ ਲੱਗੇ ਅਤੇ ਫਿਰ ਜੋਧਪੁਰ 'ਤੇ ਵਾਇਆ, ਕਈ ਕੁਝ ਕਰਦੇ ਅੱਜ ਸਾਡੇ ਪਾਸੇ ਸ਼ੋਭਤ ਨੇ। ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਹੁਤ ਹੀ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਮੁਖੀ ਦਮਦਮ ਟਕਸਾਲ ਅਤੇ ਅੱਜ ਦੀ ਇਸ ਵਿਸ਼ੇਸ਼ ਇਕੱਲਤਾ ਵਿੱਚ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਬਹੁਤ ਹੀ ਸਤਿਕਾਰ ਸ਼ਖਸੀਅਤਾਂ, ਪਤਵੰਤੇ ਸੱਜਣ, ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੀ ਬੇਨਤੀ ਸਵੀਕਾਰ ਕਰਦਿਆਂ ਹੋਇਆਂ ਸਾਰੇ 6 ਜੂਨ ਦੇ ਇਸ ਸ਼ਹੀਦੀ ਸਾਕੇ ਨੂੰ ਮਨਾਉਣ ਵਾਸਤੇ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਨੇ ਸਾਰਿਆਂ ਨੂੰ ਬੜੇ ਸਤਿਕਾਰ ਨਾਲ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੜੀ ਮਾਣ ਵਾਲੀ ਗੱਲ ਹੈ ਕਿ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮ ਟਕਸਾਲ ਜਿਨ੍ਹਾਂ ਨੇ ਬੜੇ ਸਿਰ ਤੋੜ ਯਤਨਾਂ ਦਾ ਸਦਕਾ 6 ਜੂਨ ਦਾ 1984 ਦਾ ਜਿਹੜਾ ਸਾਕਾ ਕੌਮ ਨੇ 1984 ਨੂੰ ਜਿਹੜਾ ਆਪਣੇ ਪਿੰਡੇ 'ਤੇ ਹੰਢਾਇਆ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਜਨ ਸ਼ਬੇਕ ਸਿੰਘ ਔਰ ਆਪਣੇ ਅਨੇਕ ਸੈਂਕੜੇ ਸਾਥੀਆਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੀ ਦਹਿਲੀ ਦੇ ਉੱਤੇ ਉਸ ਵੇਲੇ ਦੀ ਜ਼ਾਲਮ ਹਕੂਮਤ ਦਿੱਲੀ ਦੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਨਾਲ ਕੀਤੇ ਗਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ। ਔਰ ਬੜੀ ਮਾਣ ਵਾਲੀ ਗੱਲ ਹੈ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਵੇਰ ਦੇ ਵੇਲੇ 7 ਵਜੇ ਤੋਂ ਲੈ ਕੇ 8:30 ਤੱਕ ਘੰਟਾ ਡੇਢ ਘੰਟਾ ਕੀਰਤਨ ਦੇ ਰਾਹੀਂ ਆਪਣਾ ਸਤਿਕਾਰ ਆਪਣੀ ਸ਼ਰਧਾਂਜਲੀ ਉਹਨਾਂ ਮਹਾਨ ਸ਼ਹੀਦਾਂ ਨੂੰ ਭੇਟ ਕਰਦੀ ਰਹੀ ਔਰ ਕਰਦੀ ਆ ਰਹੀ ਹੈ। ਪਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਦਮਦਮ ਟਕਸਾਲ ਦਾ ਜਿਹੜਾ ਹੈੱਡਕੁਆਟਰ ਹੈ ਕੇਂਦਰੀ ਅਸਥਾਨ ਹੈ ਇੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ ਸਾਕੇ ਦੀ ਯਾਦ ਵਿੱਚ ਸਮਾਗਮ ਹੋਣਾ ਔਰ ਹਰ ਆਏ ਸਾਲ ਉਸ ਸਮਾਗਮ ਦੇ ਵਿੱਚ ਸੰਗਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੋਣੀ ਇਹ ਬੜੇ ਵੱਡੇ ਮਾਣ ਵਾਲੀ ਗੱਲ ਹੈ। ਔਰ ਇਹ ਸਮੁੱਚੀ ਕੌਮ ਵਾਸਤੇ ਰਾਹ ਦਸੇਰਾ ਜਿਹੜਾ ਉਹ ਸਾਡੇ ਸਾਹਮਣੇ ਆ ਰਿਹਾ। ਬਾਬਾ ਜੀ ਨੇ ਤਕਰੀਬਨ ਇਸ ਸਮਾਗਮ ਤੋਂ 6 ਜੂਨ ਦੇ ਇਸ ਸਮਾਗਮ ਤੋਂ ਪਹਿਲਾਂ 2-2.5 ਮਹੀਨੇ ਲਗਾਤਾਰ ਇਸ ਇਲਾਕੇ ਦੀ ਸੰਗਤਾਂ ਨੂੰ ਪ੍ਰੇਰਨਾ ਦੇਣ ਵਾਸਤੇ ਬੇਨਤੀ ਕਰਨ ਵਾਸਤੇ ਕਿ ਵੱਡੇ ਤੋਂ ਵੱਡੇ ਪੱਧਰ ਵਿੱਚ ਆਪਣੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇਸ ਸਾਕੇ ਦੀ ਜਿਹੜੀ ਯਾਦਗਾਰ ਮਨਾਈ ਜਾ ਰਹੀ ਹੈ ਉਹਦੇ ਵਿੱਚ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਬੜਾ ਸਿਰ ਤੋੜ ਯਤਨ ਕੀਤਾ ਜਾਂਦਾ ਮਹਾਂਪੁਰਸ਼ਾਂ ਵੱਲੋਂ ਔਰ ਗੁਰਮਤਿ ਸਮਾਗਮ ਕਰਾ ਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਅੱਜ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਐਡੇ ਵੱਡੇ ਸਮਾਗਮ ਹੁੰਦੇ ਨੇ ਇਹ ਕੇਵਲ ਦਮਦਮ ਟਕਸਾਲ ਦੇ ਸਮੁੱਚੇ ਸਿੰਘ ਜਾਂ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਵੇਂ ਕਿ ਬੜੀ ਮਿਹਨਤ ਮੁਸ਼ੱਕਤ ਕਰਦੇ ਨੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਮਿਹਨਤ ਕਰਨੀ ਪੈਂਦੀ ਹੈ ਇਸ ਸਮਾਗਮ ਦੀ ਕਾਮਯਾਬੀ ਵਾਸਤੇ ਪਰ ਫਿਰ ਵੀ ਕਿਉਂਕਿ ਸੰਗਤਾਂ ਦੇ ਸਹਿਯੋਗ ਔਰ ਪੰਥ ਦੀਆਂ ਸਤਿਕਾਰ ਸ਼ਖਸੀਅਤਾਂ ਅਤੇ ਜਥੇਬੰਦੀਆਂ ਦੇ ਪੂਰਨ ਸਹਿਯੋਗ ਤੋਂ ਬਿਨਾਂ ਅਜਿਹੇ ਵੱਡੇ ਸਮਾਗਮ ਜਿਹੜੇ ਮਨਾਉਣੇ ਔਰ ਪ੍ਰਵਾਨ ਚੜਾਉਣੇ ਔਖੇ ਹੁੰਦੇ ਆ। ਇਸੇ ਵਾਸਤੇ ਮਹਾਂਪੁਰਸ਼ ਹਰ ਸਾਲ ਹੀ ਇਸ ਸਮਾਗਮ ਤੋਂ ਪਹਿਲਾਂ 1-2 ਮੀਟਿੰਗਾਂ ਕਰਕੇ ਸਾਰੇ ਜ਼ਿੰਮੇਵਾਰ ਜਥੇਬੰਦੀਆਂ ਦੇ ਮੁਖੀ ਜਿਹੜੇ ਨੇ ਕਿਉਂਕਿ ਅੱਜ ਦੀ ਜਿਹੜੀ ਇਕੱਤਰਤਾ ਇਹ ਪ੍ਰਤੀਨਿਧਿਤ ਇਕੱਤਰਤਾ ਹੈ ਜਿਹਦੇ ਵਿੱਚ ਪੰਥ ਦੀਆਂ ਮਹਾਨ ਜਥੇਬੰਦੀਆਂ ਦੇ ਨੁਮਾਇੰਦੇ ਉਚੇਚੇ ਤੌਰ 'ਤੇ ਆਏ ਆ ਔਰ ਇਲਾਕੇ ਦੀਆਂ ਸਿੱਖ ਸੰਗਤਾਂ ਔਰ ਹੋਰ ਪਤਵੰਤੇ ਸੱਜਣਾਂ ਨੇ ਮਹਾਂਪੁਰਸ਼ਾਂ ਦਾ ਹੁਕਮ ਮੰਨਦਿਆਂ ਹੋਇਆਂ ਆਪਣੀ ਹਾਜ਼ਰੀ ਦਿੱਤੀ ਹੈ। ਨਿਰਸੰਦੇਹ ਇਹਨੂੰ ਕਾਮਯਾਬ ਕਰਨਾ ਸਾਡੀ ਸਾਰਿਆਂ ਦੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਜਿਵੇਂ ਜਿਵੇਂ ਮਹਾਂਪੁਰਸ਼ ਜਿਸ ਤਰ੍ਹਾਂ ਦੀ ਵੀ ਡਿਊਟੀ ਲਾਉਣਗੇ ਮੈਂ ਔਰ ਮੇਰੇ ਨਾਲ ਸਰਦਾਰ ਅਮਰਵੀਰ ਸਿੰਘ ਢੋਟ ਜਿਹੜੇ ਪ੍ਰਧਾਨ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲਖਵੀਰ ਸਿੰਘ ਸੇਖੋਂ ਉਹ ਵੀ ਆਏ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਮਹਾਂਪੁਰਸ਼ ਹੁਣ ਡਿਊਟੀ ਲਾਉਣ ਚੜ੍ਹਦੀ ਕਲਾ ਦੇ ਨਾਲ ਆਪਾਂ ਡਿਊਟੀ ਨਿਭਾਉਣੀ ਹੈ। ਔਰ ਢੋਟ ਸਾਹਿਬ ਕਹਿ ਰਹੇ ਸੀ ਕਿ ਬਾਬਾ ਜੀ ਹੁਕਮ ਕਰਨ ਅਸੀਂ ਜਿਹੜੇ ਫਲੈਕਸ ਬੋਰਡਾਂ ਦੀ ਜ਼ਿੰਮੇਵਾਰੀ ਹੈ ਉਹ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਜਿਹੜੇ ਕੇਂਦਰੀ ਅਸਥਾਨ ਨੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਵੱਡੇ ਔਰ ਹੋਰ ਵੀ ਜਿੰਨੇ ਕੇਂਦਰੀ ਅਸਥਾਨ ਨੇ ਉਹਨਾਂ ਦੇ ਉੱਤੇ ਫਲੈਕਸ ਬੋਰਡਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਢੋਟ ਸਾਹਿਬ ਕਹਿੰਦੇ ਕਿ ਅਸੀਂ ਆਪਣੇ ਵੱਲੋਂ ਨਿਭਾਵਾਂਗੇ ਜਥੇਬੰਦੀ ਵੱਲੋਂ
ਔਰ ਘੱਟੋ ਘੱਟ 50 ਜਿਹੜੇ ਫਲੈਕਸ ਬੋਰਡ ਨੇ ਉਹ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਕੋਨਿਆਂ 'ਚ ਵੱਖ ਵੱਖ ਸਥਾਨਾਂ 'ਤੇ ਪਬਲਿਕ ਪਲੇਸਿਸ ਦੇ ਵਿੱਚ ਉਹ ਵੀ ਲਾਏ ਜਾਣਗੇ ਔਰ ਇਸ ਤੋਂ ਇਲਾਵਾ ਸੰਗਤ ਨੂੰ ਬੇਨਤੀ ਕਰਕੇ ਵੱਧ ਤੋਂ ਗਿਣਤੀ ਵਿੱਚ ਕਿਉਂਕਿ ਅੰਮ੍ਰਿਤਸਰ ਸਾਹਿਬ ਤਕਰੀਬਨ 40-45 ਕਿਲੋਮੀਟਰ ਦਾ ਪਿੰਡ ਆ, ਜ਼ਿਆਦਾ ਵੱਡਾ ਨਹੀਂ, ਔਰ ਉੱਥੋਂ ਕਿਉਂਕਿ 10 ਵਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਜਿਹੜੇ ਸਮੁੱਚੇ ਸਮਾਗਮ ਸਮਾਪਤ ਹੋ ਜਾਂਦੇ ਨੇ। ਬਾਬਾ ਜੀ ਮਹਾਂਪੁਰਸ਼ ਵੀ ਉਹ ਸਵੇਰੇ ਉਸ ਸਮਾਗਮ ਵਿੱਚ ਵੀ ਹਾਜ਼ਰੀ ਭਰਦੇ ਆ। ਉਸ ਤੋਂ ਬਾਅਦ ਫਿਰ ਇੱਥੇ ਅਗਲੇ ਪ੍ਰੋਗਰਾਮ ਦੀ ਅਗਵਾਈ ਕਰਨ ਵਾਸਤੇ ਬਾਬਾ ਜੀ ਉਚੇਚੇ ਤੌਰ 'ਤੇ ਪਹੁੰਚ ਜਾਂਦੇ ਨੇ ਪਹਿਲਾਂ ਸਾਰਿਆਂ ਤੋਂ। ਔਰ ਮੈਂ ਮਹਾਂਪੁਰਸ਼ਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਸ ਤਰ੍ਹਾਂ ਦਾ ਸਿੱਖ ਸੰਗਤ ਬੱਸਾਂ ਦੇ ਰੂਪ ਵਿੱਚ ਸਹਿਯੋਗ ਮੰਗੇ ਉਸ ਤਰ੍ਹਾਂ ਦਾ ਕੋਸ਼ਿਸ਼ ਕਰਕੇ ਉਹਨਾਂ ਨੂੰ ਬਣਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਵੀ ਭਾਵੇਂ ਕਿ ਸਾਰੇ ਇਲਾਕੇ ਵਿੱਚ ਬੜੀ ਸੰਗਤ ਆਉਣੀ ਹੈ, ਅੰਮ੍ਰਿਤਸਰ ਸ਼ਹਿਰ ਜਿੱਥੇ ਸਾਰਾ ਸਾਕਾ ਵਾਪਰਿਆ ਉੱਥੋਂ ਵੀ ਸੰਗਤ ਜਿਹੜੀ ਵੱਧ ਤੋਂ ਵੱਧ ਇੱਥੇ ਇਸ ਸਮਾਗਮ ਵਿੱਚ ਪਹੁੰਚਣੀ ਚਾਹੀਦੀ ਹੈ। ਔਰ ਉਹਦੇ ਬਾਅਦ ਜਿਸ ਤਰ੍ਹਾਂ ਦਾ ਮਹਾਂਪੁਰਸ਼ ਹੁਕਮ ਲਾਉਣਗੇ ਅਸੀਂ ਪੂਰੀ ਤਨਦੇਹੀ ਦੇ ਨਾਲ, ਸੰਜੀਦਗੀ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ। ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸਹਿਯੋਗ ਦੇਣ ਦਾ, ਉਚੇਚੇ ਤੌਰ 'ਤੇ ਪਹੁੰਚਣ ਦਾ, ਔਰ ਬਹੁਤ ਹੀ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਸ਼ ਮੁਖੀ ਦਮਦਮ ਟਸਾਲ ਮਹਾਂਪੁਰਸ਼ਾਂ ਨੇ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਉਹਨਾਂ ਦੇ ਦਿਲ ਦੇ ਘਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਸਮੁੱਚੇ ਤੌਰ 'ਤੇ ਮਹਾਂਪੁਰਸ਼ਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਇਆ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਬੇਨਤੀ ਕਰਾਂਗਾ ਭਾਈ ਸੁਖਵਿੰਦਰ ਸਿੰਘ ਜੀ ਗਵਾਨ ਭਤੀਜਾ ਮਹਾਨ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਉਹ ਵੀ ਸਟੇਜ 'ਤੇ ਆ ਕੇ ਆਪਣੇ ਵਲਵਲੇ ਆਪਣੀ ਕੰਟਰੀਬਿਊਸ਼ਨ ਆਪਣੀ ਸੇਵਾ ਦਾ ਵਰਣਨ ਕਰਨਗੇ ਭਾਈ ਸੁਖਵਿੰਦਰ ਸਿੰਘ ਜੀ ਗਵਾਨ। ਬਹੁਤ ਹੀ ਪਵਿੱਤਰ ਅਸਥਾਨ ਕੇਂਦਰੀ ਸਥਾਨ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ ਜਿਨ੍ਹਾਂ ਦੀ ਅਗਵਾਈ ਹੇਠ ਜੋ 6 ਜੂਨ ਦੇ ਸੰਬੰਧ ਵਿੱਚ ਪੂਰੇ ਪੰਜਾਬ ਭਰ ਤੋਂ ਨੁਮਾਇੰਦਾ ਜਥੇਬੰਦੀਆਂ ਵੱਲੋਂ ਮੀਟਿੰਗ ਰੱਖੀ ਗਈ ਹੈ ਜੋ 6 ਜੂਨ ਦੇ ਸੰਬੰਧ ਵਿੱਚ ਮੈਂ ਸੰਗਤ ਨੂੰ ਬੇਨਤੀ ਕਰਨ ਤੋਂ ਪਹਿਲਾਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ 6 ਜੂਨ ਦਾ ਸਮਾਗਮ ਆ ਉਸ ਵਿੱਚ ਹਰੇਕ ਸਿੱਖ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਸੰਘਰਸ਼ ਆਰੰਭਿਆ ਸੀ ਉਸ ਸੰਘਰਸ਼ ਵਿੱਚ ਅਨੇਕ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ। ਸੋ ਆਪਾਂ 6 ਜੂਨ ਵਾਸਤੇ ਮੈਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਮੁੱਚੇ ਰੂਪ ਵਿੱਚ ਜਿੰਨੇ ਫਲੈਕਸ ਬੋਰਡ ਉੱਥੇ ਲੱਗਣਗੇ ਉਹ ਲਾਵਾਂਗੇ। ਉਸ ਤੋਂ ਬਾਅਦ ਜਿਹੜੀਆਂ ਬੱਸਾਂ ਆਪਾਂ ਆਪਣੇ ਸਥਾਨ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਅਰ ਸਿੰਘ ਦੇ ਸਥਾਨ ਤੋਂ ਘੱਟ 15 ਬੱਸਾਂ ਦਾ ਕਾਫਲਾ ਲੈ ਕੇ ਆਪਾਂ ਇੱਥੇ ਪਹੁੰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਨੂੰ ਸੰਕੋਚਦਾ ਬੇਨਤੀ ਕਰਾਂ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਉਹ ਹਲਕਾ ਮੈਂਬਰ ਨੇ, ਇੱਥੋਂ ਦੇ ਨੋਮਨੀ ਨੇ, ਇੱਥੋਂ ਦੇ ਇਲਾਕੇ ਦੇ ਪ੍ਰਤੀਨਿਧਤਾ ਕਰਦੇ ਨੇ, ਹਲਕੇ ਦੇ ਵਿੱਚ ਸਮੁੱਚੀਆਂ ਗਤੀਵਿਧੀਆਂ ਉਹਨਾਂ ਦੀ ਅਗਵਾਈ 'ਚ ਚੱਲਦੀਆਂ ਨੇ। ਉਹਨਾਂ ਨੂੰ ਬੇਨਤੀ ਕਰਾਂਗਾ ਨਿੱਗਰ ਰੂਪ 'ਚ ਸਥੂਲ ਰੂਪ 'ਚ ਉਹ ਕੀ ਸੇਵਾਵਾਂ ਲੈ ਰਹੇ ਹਨ ਐਡਵੋਕੇਟ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ
ਜੂਨ 1984 ਦੇ ਉਪਰੰਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਉਸ ਘੱਲੂਘਰ ਦੇ ਵਿੱਚ ਸਮੁੱਚੇ ਸਿੰਘ ਸਿੰਘਣੀਆਂ ਭਜਾਈਆਂ ਦੀ ਯਾਦ ਦੇ ਵਿੱਚ ਜਿਹੜਾ ਇਹ ਜੋੜ ਮੇਲਾ ਇੱਥੇ ਮਨਾਉਣਾ ਸ਼ੁਰੂ ਕੀਤਾ ਗਿਆ ਸੀ 6 ਜੂਨ ਦਾ, ਜਿਹਦੇ ਵਿੱਚ ਸਮੁੱਚੇ ਸੰਤ ਸਮਾਜ ਇਲਾਕੇ ਦੇ ਸੰਤ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਸੰਗਤਾਂ ਮੈਂਬਰ ਸਾਹਿਬਾਨ ਹਾਜ਼ਰੀਆਂ ਵੀ ਭਰਦੇ ਨੇ, ਸਹਿਯੋਗ ਵੀ ਦਿੰਦੇ ਨੇ ਉਸ ਸਮਾਗਮ ਦੇ ਪ੍ਰਬੰਧਾਂ ਵਾਸਤੇ। ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ ਸਾਰੀਆਂ ਹੀ ਜਥੇਬੰਦੀਆਂ ਦੇ ਮੁਖੀ ਜਿਹੜੇ ਇੱਥੇ ਪਹੁੰਚੇ ਨੇ, ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਫਲੈਕਸਾਂ ਦੀ, ਬੱਸਾਂ ਦੀ, ਸੰਗਤ ਲਿਆਉਣ ਦੀ, ਲੰਗਰਾਂ ਦੀ, ਛਬੀਲਾਂ ਦੀ ਜ਼ਿੰਮੇਵਾਰੀ ਲਈ ਆ। ਮੈਂ ਸਮਝਦਾ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਪਿਛਲੇ ਦਿਨੀਂ ਸੂਸਾਂ ਵਿਖੇ ਗਏ ਅਤੇ ਐਡਾ ਵੱਡਾ ਸਮਾਗਮ ਜਿ ਬਾਬਾ ਜੀ ਨੇ ਉੱਥੇ ਕੀਤਾ ਜਿਹੜਾ ਆਪਣੀ ਮਿਸਾਲ ਉਸ ਇਲਾਕੇ ਵਿੱਚ ਆਪ ਬਣਿਆ। ਉੱਥੇ ਵੀ ਸਾਡੇ ਇਲਾਕੇ ਦੇ ਸੰਤ ਮਹਾਂਪੁਰਖ ਬਾਬਾ ਸੱਜਣ ਸਿੰਘ ਜੀ, ਬਾਬਾ ਗੁਰਭੇਗ ਸਿੰਘ ਜੀ ਖਜਾਲੇ ਵਾਲੇ, ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਬਾਬਾ ਸੁਰਿੰਦਰ ਸਿੰਘ ਜੀ ਹੋਰ ਮਹਾਂਪੁਰਖ ਉੱਥੇ ਹਾਜ਼ਰ ਹੋਏ। ਅੱਜ ਵੀ ਇਹ ਸਾਰੇ ਮਹਾਂਪੁਰਖ ਇੱਥੇ ਹਾਜ਼ਰ ਨੇ। ਸਾਹਿਬ ਬੱਜੂਮਾਨ ਸਾਹਿਬ, ਮਹਿਤਾ ਸਾਹਿਬ, ਰੋਡੇ ਸਾਹਿਬ, ਭਾਈ ਅਜਾਇਬ ਸਿੰਘ ਜੀ ਅਭਿਆਸੀ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਨੇ। ਮੈਂ ਸਮਝਦਾ ਜਿੰਨੀਆਂ ਜ਼ਿੰਮੇਵਾਰੀਆਂ ਜਥੇਬੰਦੀ ਵੱਲੋਂ ਲਾਈਆਂ ਗਈਆਂ ਨੇ ਉਹ ਸਾਰੇ ਨੇ ਆਪੋ ਆਪਣੇ ਤਰੀਕੇ ਨਾਲ ਦੱਸੀਆਂ ਨੇ। ਜਿਹੜੀ ਫਲੈਕਸ ਬੋਰਡਾਂ ਦੀ ਜ਼ਿੰਮੇਵਾਰੀ ਆ, ਕਿਉਂਕਿ ਮਹਿਤੇ ਦੇ ਆਲੇ ਦੁਆਲੇ ਬਹੁਤੇ ਮਹਾਂਪੁਰਖਾਂ ਨੇ ਜ਼ਿੰਮੇਵਾਰੀ ਲਈ, ਬਹੁਤੇ ਸੰਤ ਮਹਾਂਪੁਰਖਾਂ ਨੇ ਜ਼ਿੰਮੇਵਾਰੀ ਲਈ ਆ। ਸਾਡੀ ਜ਼ਿੰਮੇਵਾਰੀ ਮੈਂ ਸਮਝਦਾ ਇੱਥੋਂ ਮਹਿਤੇ ਤੋਂ ਲੈ ਕੇ ਬਟਾਲੇ ਵੱਲ ਨੂੰ, ਮਹਿਤੇ ਤੋਂ ਲੈ ਕੇ ਕੱਥੂ ਨੰਗਲ ਵੱਲ ਨੂੰ, ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਵੱਲ ਨੂੰ, ਇੱਧਰੋਂ ਰਈਏ ਵੱਲ ਨੂੰ, ਅੰਮ੍ਰਿਤਸਰ ਸਾਹਿਬ ਵੱਲ ਨੂੰ, ਜਿੱਥੇ ਜਿੱਥੇ ਵੀ ਅਸਥਾਨ ਉਹ ਹੈਗੇ ਜਿੱਥੇ ਉਹਨਾਂ ਫਲੈਕਸ ਬੋਰਡਾਂ ਦੀ ਹਿਫਾਜ਼ਤ ਹੋ ਸਕਦੀ, ਜਿੱਥੇ ਉਹਨਾਂ ਸਤਿਕਾਰ ਹੋ ਸਕਦਾ, ਉੱਥੇ ਵੱਡੇ ਪੱਧਰ 'ਤੇ ਲਾਵਾਂਗੇ। ਇੱਕ ਬੇਨਤੀ ਮੈਂ ਹੋਰ ਜ਼ਰੂਰ ਕਰਨੀ ਹਾਂ, ਕਿਉਂਕਿ ਕਈ ਵਾਰੀ ਫਲੈਕਸ ਬੋਰਡ ਜਦੋਂ ਆਪਾਂ ਲਾਉਂਦੇ ਨਹੀਂ ਤਾਂ ਉਹ ਸਮੇਂ ਨਾਲ ਜਾਂ ਹਨੇਰੀ ਨਾਲ ਖਰਾਬ ਹੋ ਜਾਂਦੇ। ਮੈਂ ਸਮਝਦਾ ਸਤਿਕਾਰ ਰੱਖਣਾ ਚਾਹੀਦਾ ਸ਼ਹੀਦਾਂ ਦਾ। ਜੂਨ ਦੇ ਸਮਾਗਮਾਂ ਦੇ ਲੱਗਣ ਤੋਂ ਬਾਅਦ ਹੱਥੋਂ ਹੱਥ 30 ਜੂਨ ਤੱਕ ਉਹ ਜਿਹੜੇ ਫਲੈਕਸ ਬੋਰਡ ਨੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਸਨਮਾਨ ਨਾਲ ਜਿਹੜਾ ਉਹ ਸੰਭਾਲ ਲੈਣਾ ਚਾਹੀਦਾ। ਇਹ ਬੜੀ ਖਾਸ ਤੌਰ 'ਤੇ ਮੈਂ ਬੇਨਤੀ ਕਰਨੀ ਚਾਹੁੰਦਾ। ਉਪਰੰਤ ਜਿਹੜਾ ਲੰਗਰ ਦੀ ਸੇਵਾ ਜਿਸ ਤਰ੍ਹਾਂ ਪਹਿਲੀ ਵਾਰਾਂ ਅਸੀਂ ਕਰਦੇ ਆ ਰਹੇ ਹਾਂ ਉਸੇ ਤਰ੍ਹਾਂ ਕਰਾਂਗੇ। ਜਿਹੜੀ ਸਟੇਜ ਦੀ ਜ਼ਿੰਮੇਵਾਰੀ ਜਿਸ ਤਰ੍ਹਾਂ ਬਾਬਾ ਜੀ ਆਇਆ ਸੰਗਤਾਂ ਦੀ, ਆਏ ਮਹਾਂਪੁਰਖਾਂ ਦੀ ਸੇਵਾ ਵਾਸਤੇ ਲਾਉਂਦੇ ਨੇ, ਜਿਸ ਤਰ੍ਹਾਂ ਜਥੇਬੰਦੀ ਦੇ ਸਿੰਘ ਉਸ ਸੇਵਾ ਦੇ ਵਿੱਚ ਉਹ ਸੇਵਾ ਨਿਭਾਉਂਦੇ ਨੇ, ਅਸੀਂ ਵੀ ਆਪਣਾ ਜਿਹੜੇ ਸਾਡੇ ਸਾਥੀ ਸਹਿਯੋਗੀ ਨੇ ਉਹਨਾਂ ਨੂੰ ਨਾਲ ਦੇ ਕੇ ਉਸ ਸੇਵਾ ਨੂੰ ਉਸ ਨਿਭਾਵਾਂਗੇ। ਲੰਗਰਾਂ ਦੀ ਜਿਹੜੀ ਵੱਡੇ ਪੱਧਰ ਦੇ ਉੱਤੇ ਸੇਵਾ ਕਰਨੀ ਪੈਂਦੀ ਹੈ, ਬੱਸਾਂ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਹੋ ਸਕਦੇ ਨੇ ਪਿੱਛੇ ਕਰਦੇ ਰਹੇ, ਇਸ ਵਾਰ ਹੋਰ ਵੱਡੇ ਪੱਧਰ 'ਤੇ ਕਰਨ ਦੇ ਯਤਨ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਜਿਹੜੀਆਂ ਸੇਵਾਵਾਂ ਲੈਣੀਆਂ ਹੁੰਦੀਆਂ ਨੇ ਉਹ ਜਿਸ ਤਰ੍ਹਾਂ ਪਹਿਲਾਂ ਆਪਾਂ ਕਰਦੇ ਰਹੇ, ਇਸ ਵਾਰੀ ਕਿਉਂਕਿ ਡਿਸਟ੍ਰਿਕਟ ਅੰਮ੍ਰਿਤਸਰ ਦੇ ਨਾਲ ਨਾਲ ਡਿਸਟ੍ਰਿਕਟ ਗੁਰਦਾਸਪੁਰ ਤੋਂ ਵੀ ਸਾਨੂੰ ਜਿਹੜਾ ਉਹ ਸੇਵਾਵਾਂ ਲੈਣੀਆਂ ਪੈਂਦੀਆਂ ਨੇ ਤਰਨ ਤਾਰਨ ਵੱਲੋਂ, ਉਹ ਸਾਰੀਆਂ ਜਿਹੜੀਆਂ ਉਹ ਸਾਡੇ ਉਹਦੇ ਨਾਲ ਵੀ ਵੱਡੇ ਯਤਨ ਹੋਣਗੇ ਕਿ ਅਸੀਂ ਉਹ ਜਿਹੜਾ ਉਸੇ ਤਰ੍ਹਾਂ ਹੀ
ਉਹ ਪ੍ਰਬੰਧ ਜਿਹੜੇ ਆ ਉਹਨਾਂ ਨੂੰ ਹੋਰ ਸੁਚਾਰੂ ਰੂਪ ਨਾਲ ਕਰੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ 6 ਜੂਨ ਨੂੰ ਜਿਹੜਾ ਇਹ ਦਿਹਾੜਾ, ਜਿਸ ਦਿਹਾੜੇ ਨੂੰ ਮਨਾਉਣ ਤੋਂ ਸਰਕਾਰ ਦੀਆਂ ਏਜੰਸੀਆਂ ਨੇ ਅਜਿਹੇ ਹੱਥ ਕੰਡੇ ਅਪਣਾਏ ਕਿ 6 ਜੂਨ ਦਾ ਜਿਹੜਾ ਅੰਮ੍ਰਿਤਸਰ ਵਿਖੇ ਆਪਾਂ ਦਿਹਾੜਾ ਮਨਾਉਂਦੇ ਸਾਂ, ਉੱਥੇ ਉਹ ਖਲਾਰਾ ਜਿਹਾ ਪੈ ਜਾਂਦਾ ਰਿਹਾ, ਉਪਰੰਤ ਇੱਥੇ ਅਸਥਾਨ 'ਤੇ ਸ਼ਹੀਦਾਂ ਦੇ ਆਪਣੇ ਅਸਥਾਨ 'ਤੇ 6 ਜੂਨ ਦਾ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ। ਉਹਨੂੰ ਹੋਰ ਵੱਡੇ ਪੱਧਰ 'ਤੇ ਹੋਰ ਜ਼ਿਆਦਾ ਸੰਗਤ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕਰੀਏ। ਇਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਸਹਿਯੋਗ ਕਰਨ। ਇੰਨੀਆਂ ਬੇਨਤੀਆਂ ਕਰਦਾ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਐਡਵੋਕੇਟ ਸੀਬੀ ਦਾ। ਮੈਂ ਗਿਆਨੀ ਹਰਦੀਪ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ, ਗਿਆਨੀ ਹਰਦੀਪ ਸਿੰਘ ਜੀ ਸਟੇਜ 'ਤੇ ਆਉਣ ਅਤੇ ਕੁਝ ਸ਼ਬਦ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਮੁੱਚੀਆਂ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਦਮਦਮੀ ਟਕਸਾਲ ਨਾਲ ਪਿਆਰ ਰੱਖਣ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਸਾਰੇ ਪਹੁੰਚੇ ਹੋ। ਇੱਕ ਬੇਨਤੀ ਮੈਂ ਸਾਰੇ ਪ੍ਰਬੰਧਕਾਂ ਦੇ ਧਿਆਨ 'ਚ ਲਿਆਉਣੀ ਚਾਹਾਂਗਾ ਵੀ ਇਕੱਠ ਇੱਥੇ ਬਹੁਤ ਵੱਡੇ ਪੱਧਰ 'ਤੇ ਹੋ ਜਾਂਦਾ ਹੈ, ਲੇਕਿਨ ਉਸ ਇਕੱਠ ਨੂੰ ਅਸੀਂ ਵੱਧ ਤੋਂ ਵੱਧ ਸੰਗਤ ਨੂੰ ਸਮਝਾ ਕੇ ਜਾਂ ਸੰਗਤ ਨੂੰ ਪਹਿਲਾਂ ਪ੍ਰੇਰਨਾ ਕਰਕੇ ਵੱਧ ਤੋਂ ਵੱਧ ਦੀਵਾਨ 'ਚ ਬਿਠਾਉਣ ਦੀ ਅਸੀਂ ਕਿਰਪਾਲਤਾ ਕਰਿਆ ਕਰੀਏ, ਕਿਉਂਕਿ ਸੰਗਤ ਤਕਰੀਬਨ ਇੱਧਰ ਉੱਧਰ ਖਿਲਰ ਜਾਂਦੀ ਹੈ ਜ਼ਿਆਦਾ। ਜਿੱਡਾ ਇਕੱਠ ਇੱਥੇ ਵੱਡਾ ਹੁੰਦਾ ਹੈ, ਸਾਡੇ ਕੌਮੀ ਮੇਲੇ ਹੈ ਹੋਲਾ ਮਹੱਲਾ ਆਨੰਦਪੁਰ ਸਾਹਿਬ, ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ, ਉਹਨਾਂ ਤੋਂ ਬਾਅਦ ਜੇ ਕੋਈ ਪੰਥ ਦਾ ਸਿੱਖ ਧਰਮ ਦਾ ਪ੍ਰਸਿੱਧ ਜੋੜ ਮੇਲਾ ਆਉਂਦਾ ਹੈ ਤਾਂ ਉਹ ਇਹ 6 ਜੂਨ ਜਿਹੜਾ ਇਹ ਮਹਿਤਾ ਚੌਂਕ ਦਾ ਜੋੜ ਮੇਲਾ ਇਹ ਆਉਂਦਾ ਹੈ। ਅਤੇ ਇਹਦੇ 'ਤੇ ਨਜ਼ਰਾਂ ਜਿਹੜੀਆਂ ਉਹ ਤਕਰੀਬਨ ਭਾਰਤ ਦੀਆਂ ਸਾਰੀਆਂ ਏਜੰਸੀਆਂ ਦੀਆਂ ਲੱਗੀਆਂ ਰਹਿੰਦੀਆਂ, ਕਿਉਂਕਿ ਇਹ ਜੋੜ ਮੇਲਾ ਜਿਹੜਾ ਹੈ ਇਹ ਸਿਰਫ ਜੋੜ ਮੇਲਾ ਨਹੀਂ, ਜਿਹੜੀ ਚੰਗਿਆੜੀ ਸਿੱਖ ਹਿਰਦਿਆਂ ਅੰਦਰ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਪ੍ਰਜਵੱਲਿਤ ਕੀਤੀ ਸੀ, ਇਹ ਉਸ ਚੰਗਿਆੜੀ ਨੂੰ ਸਿੱਖ ਕੌਮ ਦੇ ਹੱਕਾਂ ਨੂੰ ਲੈਣ ਦੇ ਲਈ ਸਿੱਖ ਕੌਮ ਦੇ ਅੰਦਰ ਉਸ ਚੰਗਿਆੜੀ ਨੂੰ ਬੁਝਣ ਨਹੀਂ ਦੇ ਰਿਹਾ, ਸਗੋਂ ਉਹਨੂੰ ਹਵਾ ਦੇ ਕੇ ਪ੍ਰਜਵੱਲਿਤ ਕਰ ਰਿਹਾ ਹੈ। ਇਸ ਕਰਕੇ ਬਹੁਤ ਸਾਰੀਆਂ ਪਿਛਲੇ ਸਾਲਾਂ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ ਵੀ ਫਲੈਕਸ ਬੋਰਡ ਪਾੜ ਦੇਣੇ ਜਾਂ ਇਸ ਤਰ੍ਹਾਂ ਦਾ ਵਿਰੋਧ ਕਰ ਦੇਣਾ ਜਾਂ ਕਈ ਇਸ ਤਰ੍ਹਾਂ ਦੇ ਸਰਕਾਰੀ ਹੱਥ ਕੰਡੇ ਜਿਹੜੇ ਸਰਕਾਰੀ ਉਹਨਾਂ ਨੇ ਠੋਕੇ ਰੱਖੇ ਹੁੰਦੇ ਹੱਥ ਠੋਕੇ, ਉਹਨਾਂ ਨੇ 6 ਜੂਨ ਦਾ ਵਿਰੋਧ ਕਰ ਦੇਣਾ ਜਾਂ ਬਿਆਨ, ਉਹ ਹੁੰਦੀ ਬਿਆਨਬਾਜ਼ੀ ਹੈ ਵੀ ਸੰਤਾਂ ਦਾ ਜਿਹੜਾ ਹੈ ਉਹ ਪੁਤਲਾ ਫੂਕਾਂਗੇ ਜਾਂ ਇਸ ਤਰ੍ਹਾਂ ਕਰਾਂਗੇ, ਉਹ ਸਿਰਫ ਇਸ ਕਰਕੇ ਹੁੰਦਾ ਹੈ ਕਿ ਸੰਗਤ ਵਿੱਚ 6 ਜੂਨ ਦੇ ਪ੍ਰਤੀ ਇੱਕ ਭੌਏ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ। ਇਸ ਕਰਕੇ ਸਾਨੂੰ ਸੰਗਤ ਨੂੰ ਸਾਵਧਾਨ ਕਰਕੇ ਸੰਗਤ ਨੂੰ ਸੁਹਿਰਦਤਾ ਦੇ ਨਾਲ ਇਹ ਸਮਝਾਉਣਾ ਚਾਹੀਦਾ ਕਿ ਅਸੀਂ ਉੱਥੇ ਸਿਰਫ ਮੇਲਾ ਵੇਖਣ ਨਹੀਂ, ਸਟੇਜ ਤੋਂ ਬਹੁਤ ਭਾਵਨਾਤਮਕ ਜਿਹੜੀਆਂ ਹਨ ਅਤੇ ਕੌਮ ਦਾ ਮਾਰਗ ਦਰਸ਼ਨ ਕਰਨ ਵਾਲੀਆਂ ਤਕਰੀਰਾਂ ਅਤੇ ਫੈਸਲੇ ਅਤੇ ਵਿਚਾਰ ਆਪ ਨੂੰ ਦੱਸੇ ਜਾਂਦੇ ਹਨ।
ਤੇ ਜਿੰਨੀ ਵੀ ਸੰਗਤ ਆਵੇ ਉਹ ਵਿਚਾਰ ਲੈ ਕੇ ਇੱਥੋਂ ਜਾਵੇ। ਇਹ ਬੇਨਤੀ ਹੈ ਕਿ ਸਾਰੇ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਇੱਥੇ ਦੀਵਾਨ ਵਿੱਚ ਪਾਉਣ ਦਾ ਯਤਨ ਕਰੀਏ। ਇਹ ਬੇਨਤੀ ਸੀ। ਹੁਣ ਮੈਂ ਦੁਆਬੇ ਦਾ ਇੱਕ ਪ੍ਰਸਿੱਧ ਸਥਾਨ ਜੋ ਪਿਛਲੇ ਸਾਲ ਦਮਦਮੀ ਟਕਸਾਲ ਨੂੰ ਸਥਾਪਿਤ ਹੋ ਦਮਦਮੀ ਟਕਸਾਲ ਨੂੰ ਨਗਰ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੌਂਪਿਆ, ਜਿੱਥੇ ਪਿੱਛੇ ਵੀ ਆ 14-15 ਤਰੀਕ ਨੂੰ ਦੁਆਬੇ ਦਾ ਬਹੁਤ ਵੱਡਾ ਮੇਲਾ ਡੇਰਾ ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਉੱਥੇ ਮਨਾ ਕੇ ਮਹਾਂਪੁਰਖ ਵੀ ਗਏ ਸੀ, ਸਾਰੇ ਸਮੁੱਚੀ ਜਥੇਬੰਦੀ ਨੇ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ। ਬਹੁਤ ਵੱਡਾ ਅਸਥਾਨ ਹੈ, ਬਹੁਤ ਸੰਗਤ ਦੀਆਂ ਤਕਰੀਬਨ ਸਾਰੇ ਦੁਆਬੇ ਦੇ ਸੰਗਤ ਦੀਆਂ ਭਾਵਨਾਵਾਂ ਉਸ ਅਸਥਾਨ ਨਾਲ ਜੁੜੀਆਂ ਔਰ ਦਮਦਮੀ ਟਕਸਾਲ ਦਾ ਕੇਂਦਰ ਗੁਰਮਤ ਦਾ ਇੱਕ ਵੱਡਾ ਕੇਂਦਰ ਸਥਾਪਿਤ ਹੋਇਆ ਉਸ ਨਗਰ ਤੋਂ, ਜਿਨ੍ਹਾਂ ਨੇ ਬਹੁਤ ਉਸ ਅਸਥਾਨ ਨੂੰ ਇਸ ਅਸਥਾਨ ਨਾਲ ਜੋੜਨ ਦੇ ਲਈ ਬੜੀ ਵੱਡੀ ਮਿਹਨਤ ਕੀਤੀ, ਮੁਸ਼ਕਤ ਕੀਤੀ, ਅੱਜ ਵੀ ਮਹਾਂਪੁਰਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਔਰ ਹਰ ਕੰਮ ਵਿੱਚ ਸਹਿਯੋਗ ਦੇਣ ਵਾਲੇ ਗੁਰਮੁਖ ਸਾਰੇ ਸਿੰਘ ਉੱਥੋਂ ਆਏ ਹੈ। ਉਹਨਾਂ 'ਚੋਂ ਮੈਂ ਬੇਨਤੀ ਕਰਾਂਗਾ ਰਵਿੰਦਰਪਾਲ ਸਿੰਘ ਜੀ ਰਾਜੂ, ਉਹ ਆਪ ਸਿੱਖ ਸੰਗਤਾਂ ਦੇ ਨਾਲ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਨਗੇ। ਨਗਰ ਸੂਸਾਂ ਦੇ ਰਵਿੰਦਰਪਾਲ ਸਿੰਘ ਜੀ ਰਾਜੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਜੂਨ 1984 'ਚ ਵਾਪਰੇ ਘੱਲੂਘਾਰੇ, ਉਸ ਦੇ ਸੰਬੰਧ ਵਿੱਚ ਜੋ ਸਮਾਗਮ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਉਣ ਦਾ ਇੰਤਜ਼ਾਮ ਕੀਤਾ, ਉਹਦੇ ਸੰਬੰਧ ਵਿੱਚ ਅੱਜ ਜੋ ਮੀਟਿੰਗ ਬੁਲਾਈ ਹੈ ਉਸ ਵਿੱਚ ਪਹੁੰਚੀ ਪੰਜਾਬ ਤੋਂ ਦੂਰ ਦੂਰ ਤੋਂ ਸੰਤ ਮਹਾਂਪੁਰਖ ਸਾਧ ਸੰਗਤ ਜੀ, ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੋ 6 ਜੂਨ 1984 ਨੂੰ ਵਾਪਰਿਆ ਉਸ ਨੂੰ ਪੂਰੀ ਸਿੱਖ ਕੌਮ ਕਦੀ ਭੁਲਾ ਨਹੀਂ ਸਕਦੀ। ਮੈਂ ਆਪਣੇ ਵੱਲੋਂ ਬਾਬਾ ਜੀ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦਾ ਅਤੇ ਇਸ ਸਮਾਗਮ ਵਿੱਚ ਆਪਣੇ ਇਲਾਕੇ ਦੀ ਸੰਗਤ ਵੱਲੋਂ 25 ਬੱਸਾਂ ਅਤੇ 50 ਫਲੈਕਸ ਹੁਸ਼ਿਆਰਪੁਰ ਤੋਂ ਜਲੰਧਰ ਵਾਲੀ ਸਾਈਡ ਨੂੰ, ਬੁੱਲੋਵਾਲ ਭੋਪੁਰ ਵਾਲੀ ਸਾਈਡ ਨੂੰ ਅਸੀਂ ਲਗਵਾਵਾਂਗੇ ਅਤੇ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਹੁਣ ਬਾਬਾ ਪਾਲ ਸਿੰਘ ਜੀ, ਉਹ 2 ਮਿੰਟ ਵਾਸਤੇ ਸਿੱਖ ਸੰਗਤਾਂ ਦੇ ਸਨਮੁੱਖ ਹੋਣ ਅਤੇ ਆਪਣੇ ਵੱਲੋਂ, ਕਿਉਂਕਿ ਉਹਨਾਂ ਦਾ ਵੀ ਪਟਿਆਲੇ ਵਿੱਚ ਬੜਾ ਵੱਡਾ ਆਧਾਰ ਹੈ ਅਤੇ ਦਮਦਮੀ ਟਕਸਾਲ ਨਾਲ ਵੀ ਬੜਾ ਪਿਆਰ ਹੈ ਅਤੇ ਹਰ ਸਾਲ ਹੀ ਉਹ ਬੜੇ ਵੱਡੇ ਪੱਧਰ ਦਾ ਸਹਿਯੋਗ ਦੇ ਕੇ ਅਤੇ ਸਾਰਾ ਇਸ ਸਮਾਗਮ ਵਿੱਚ ਹਿੱਸਾ ਲੈਂਦੇ ਆ। ਬਾਬਾ ਪਾਲ ਸਿੰਘ ਜੀ ਪਟਿਆਲੇ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਦੇ ਸੱਦੇ 'ਤੇ ਪਹੁੰਚੇ ਸਾਰੇ ਸਨਮਾਨਯੋਗ ਮਹਾਂਪੁਰਖ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਨਾਲ ਆਏ ਜੋ ਹਿੰਦੂ ਵੀਰ ਨੇ, ਸਾਰਿਆਂ ਨੂੰ ਹਰ ਜੋੜ ਕਰਕੇ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਨੇ ਮੂਲ ਮੰਤਰ ਦਾ ਜਾਪ ਕਰਕੇ ਕਾਰਵਾਈ ਆਰੰਭ ਕੀਤੀ ਹੈ। ਬਹੁਤ
ਇਹ ਨਿਵੇਕਲੀ ਸਾਨੂੰ ਸਿੱਖਿਆ ਮਿਲੀ ਹੈ। ਸਟੇਜ ਵੱਲੋਂ ਇੱਕ ਛੋਟੀ ਜਿਹੀ ਪਰਚੀ ਅਨਾਊਂਸ ਕੀਤੀ ਗਈ ਹੈ ਕਿ ਥੋੜ੍ਹੇ ਮਿੰਟਾਂ ਵਿੱਚ ਇਹ ਪਹੁੰਚ ਜਾਵੇਗੀ। ਮੈਂ ਵੀ ਉਸ ਪਰਚੀ ਦੀ ਬੈਠਿਆ ਉਡੀਕ ਕਰਦਾ ਸਾਂ, ਮੈਨੂੰ ਪਰਚੀ ਮਿਲ ਜਾਵੇਗੀ। ਪਰ ਸਟੇਜ ਵੱਲੋਂ ਹੁਕਮ ਹੋਇਆ ਹੈ ਕਿ ਜ਼ਰੂਰ ਸਟੇਜ 'ਤੇ ਬਚਨ ਸਾਂਝੇ ਕੀਤੇ ਜਾਣ। ਸਾਧ ਸੰਗਤ ਜੀ, ਉਹ ਗਿਆਨੀ ਹਰਦੀਪ ਸਿੰਘ ਜੀ ਨੇ ਇੱਕ ਬਚਨ ਕੀਤਾ ਹੈ ਵੀ ਸਰਕਾਰਾਂ ਅਤੇ ਕੁਝ ਹੱਥ ਠੋਕੇ ਜਿਹੜੇ ਹੁੰਦੇ ਨੇ ਉਹ ਮਾਹੌਲ ਨੂੰ ਦਹਿਸ਼ਤ ਵਾਲਾ ਬਣਾ ਦਿੰਦੇ ਨੇ। ਇਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਨੀ ਪੈਵੇਗੀ, ਇਹ ਗੱਲ ਸੱਚ ਹੈ। ਸਾਧ ਸੰਗਤ ਜੀ, ਮੈਂ ਤੁਹਾਡੇ ਵਿੱਚ ਹੀ ਹਾਂ। 1984 ਤੋਂ ਬਾਅਦ 86 ਜਦੋਂ ਸ਼ੁਰੂਆਤ ਖਾਲਸਾ ਹੋਇਆ ਸੀ ਤਾਂ ਕੋਈ ਵੀ ਵੀਰ ਭੈਣ ਭਰਾ ਇਸ਼ਤਿਹਾਰ ਦੇ ਵਿੱਚ ਆਪਣਾ ਨਾਮ ਅਤੇ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਣ ਨੂੰ ਤਿਆਰ ਨਹੀਂ ਸੀ। ਮੈਨੂੰ ਇਹ ਤਿੰਨੇ ਚੀਜ਼ਾਂ ਲਿਖਣ ਦੀ ਆਗਿਆ ਸੱਚਖੰਡ ਵਾਸੀ ਮੂਲ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਨੇ ਆਗਿਆ ਦਿੱਤੀ ਵੀ ਲਿਖ ਦਿਓ, ਕੋਈ ਬਾਲ ਨਹੀਂ ਬੀਂਗਾ ਹੋਵੇਗਾ। ਸਾਧ ਸੰਗਤ ਜੀ, ਜਦੋਂ ਵੀ ਇਸ਼ਤਿਹਾਰ ਲਿਖਿਆ ਜਾਂਦਾ ਸੀ ਮੈਂ ਆਪਣਾ ਪੂਰਾ ਘਰ ਦਾ ਐਡਰੈਸ ਔਰ ਪੂਰਾ ਟੈਲੀਫੋਨ ਨੰਬਰ ਇਹ ਲਿਖਿਆ ਜਾਂਦਾ ਸੀ ਅਤੇ ਸਰਕਾਰ ਵੱਲੋਂ ਕਈ ਵਾਰੀ ਸਾਧ ਸੰਗਤ ਜੀ ਇਹ ਪ੍ਰੋਬਲਮ ਆਉਂਦੀ ਸੀ। ਪਰ ਉਦੋਂ ਵੱਧ ਹੁਣ ਪਿਛਲੇ 3 ਸਾਲਾਂ ਤੋਂ ਪ੍ਰੋਬਲਮ ਆਈ ਸਾਧ ਸੰਗਤ ਜੀ, ਫਲੈਕਸ ਬੋਰਡਾਂ ਦੇ ਮੈਂ ਆਪਣਾ ਟੈਲੀਫੋਨ ਨੰਬਰ ਲਿਖਿਆ ਸੀ, ਐਡਰੈਸ ਲਿਖਿਆ ਹੋਇਆ ਸੀ, ਮੈਂ ਉਹਨਾਂ ਦੇ ਨੰਬਰ ਵੀ ਕੁਝ ਅਧਿਕਾਰੀਆਂ ਦੇ ਸੇਵ ਕੀਤੇ ਨੇ। ਮੈਂ ਦਫ਼ਤਰ ਦੇ ਵਿੱਚ ਤਕਰੀਬਨ 35 ਸਾਲ ਜੋਬ ਕੀਤੀ ਸਾਧ ਸਿੰਘ ਪ੍ਰਬੰਧਕੀ ਤੌਰ 'ਤੇ, ਔਰ ਇਹ ਮੈਨੂੰ ਬਹੁਤ ਢੰਗ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਮੈਂ ਨੰਬਰ ਵੀ ਸੇਵ ਕੀਤੇ ਨੇ। ਮੈਂ ਉਹਨਾਂ ਅਧਿਕਾਰੀਆਂ ਨੂੰ ਮਿਲਿਆ ਵੀ ਇਹ ਕੀ ਕਾਰਨ ਹੈ, ਫਿਰ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਹੈ ਵੀ ਸਾਨੂੰ ਉੱਪਰੋਂ ਹੈ ਖਾਨਾ ਪੂਰੀ ਕਰਨੀ ਬਹੁਤ ਜ਼ਰੂਰੀ ਹੈ। ਮੈਂ ਕਿਹਾ ਵੀ ਖਾਨਾ ਪੂਰੀ ਤਾਂ ਅਸੀਂ ਕਰ ਲਈ ਪਰ ਅਸੀਂ ਥੋੜ੍ਹਾ ਡਰ ਜਾਂਦੇ ਹਾਂ। ਕਹਿਣ ਲੱਗੇ ਨਹੀਂ, ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣੀ ਖਾਨਾ ਪੂਰੀ ਕਰਨੀ ਹੈ। ਇਸੇ ਪ੍ਰਕਾਰ ਹੀ ਸਾਧ ਸੰਗਤ ਜੀ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਮੈਂ ਕਈ ਵਾਰੀ ਕਥਾ 'ਤੇ ਹਾਜ਼ਰੀ ਭਰ ਦਿੰਦਾ ਹਾਂ। ਪਹਿਲੀ ਵਾਰੀ ਜਦੋਂ ਬਾਬਾ ਜੀ ਨੇ ਪ੍ਰੋਗਰਾਮ ਰੱਖੇ, ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਗੱਲ ਇਸ ਤਰ੍ਹਾਂ, ਥੋੜ੍ਹੀ ਜਿਹੀ ਸਾਨੂੰ ਵੀ ਅਣਖ ਜੀ ਆ ਜਾਂਦੀ ਹੈ ਵੀ ਇਹ 3 ਦਿਨ ਕਥਾ ਕੀਤੀ ਤਾਂ ਫਿਰ ਵੀ ਚੌਥਾ ਦਿਨ ਜੇ ਮੈਨੂੰ ਰੋਕ ਦਿੱਤਾ ਗਿਆ ਫਿਰ ਔਖਾ ਹੋ। ਬਾਬਾ ਜੀ ਕਹਿੰਦੇ ਨਹੀਂ ਤੁਸੀਂ ਕਰੀ ਚਲੋ ਹਫ਼ਤਾ, ਸ਼ਾਮ ਨੂੰ ਮੈਂ ਹਾਜ਼ਰੀ ਭਰਾਂਗਾ, ਫਿਰ ਇਸ ਤਰ੍ਹਾਂ ਫਿਰ ਸਵੇਰ ਵੇਲੇ ਤੁਸੀਂ ਹਾਜ਼ਰੀ ਭਰਿਓ। ਜਦੋਂ ਇਸ ਤਰ੍ਹਾਂ ਮਹਾਂਪੁਰਖ ਸਾਡੇ 'ਤੇ ਹੱਥ ਰੱਖ ਦਿੰਦੇ ਨੇ ਅਤੇ ਫਿਰ ਸਾਧ ਸਿੰਘ ਜੀ ਕੁਝ ਸਾਡੇ ਵਿੱਚ ਸ਼ਕਤੀ ਆ ਜਾਂਦੀ ਹੈ ਕਿਉਂਕਿ ਇਹਨਾਂ ਦਾ ਸਿਮਰਨ ਭਜਨ ਹੈ। ਹੁਣ ਮੈਂ ਬੇਨਤੀ ਕਰਾਂਗਾ ਵੀ ਬਾਬਾ ਜੀ ਵੱਲੋਂ ਟਕਸਾਲ ਵੱਲੋਂ ਤਾਂ ਪੂਰੀ ਸਾਨੂੰ ਮਿਲ ਜਾਂਦੀ ਹੈ। ਹੁਣ ਮੈਂ ਆਪਣੇ ਵੀਰਾਂ ਨੂੰ, ਮੈਂਬਰ ਸਾਹਿਬਾਨ ਬੈਠੇ ਨੇ, ਅਭਿਆਸੀ ਜੀ ਬੈਠੇ ਨੇ ਅਤੇ ਮਹਿਤਾ ਸਾਹਿਬ ਬੈਠੇ ਨੇ, ਸਾਰੇ ਬੈਠੇ ਨੇ, ਮੈਂ ਇਹ ਬੇਨਤੀ ਬਾਬਾ ਜੀ ਕਰ ਰਿਹਾ ਹਾਂ ਵੀ ਇਹ ਸਾਰੇ ਮੈਂਬਰ ਜਿੰਨੇ ਵੀ ਸਾਡੇ ਸਾਰੇ ਰਾਜਪੁਰਾ ਤਹਿਸੀਲ ਦੇ ਪਟਿਆਲੇ ਦੇ ਆਲੇ ਦੁਆਲੇ ਇਤਿਹਾਸਕ ਸਥਾਨ ਨੇ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜਿਹੜੀ ਸ਼ਹੀਦੀ ਦਿੱਤੀ ਹੈ ਇਤਿਹਾਸਕ ਅਤਿਆਨਾਂ ਦੀ ਪਵਿੱਤਰਤਾ ਵਾਸਤੇ ਦਿੱਤੀ ਹੈ, ਵੀ ਉੱਥੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕਿਤੇ ਇਸ਼ਤਿਹਾਰ ਬਾਇਆ ਮੈਨੇਜਰ ਲੱਗ ਜਾਣ ਫੋਨ ਲੱਗ ਚਲਾ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ। ਅਤੇ 50 ਜਿਹੜੇ ਨੇ ਆਪਣੇ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਪਟਿਆਲੇ ਤੋਂ ਆਏ ਨੇ, ਨਿਰਮਲਜੀਤ ਸਿੰਘ ਜੀ, ਅਤੇ ਸਾਰਾ ਪ੍ਰਬੰਧ 50 ਫਲੈਕਸੀ ਬੋਰਡ ਲਾਉਣਗੇ ਅਤੇ 11 ਗੱਡੀਆਂ ਜਿਹੜੀਆਂ ਸਾਧ ਸੰਗਤ ਜੀ ਅਸੀਂ ਲੈ ਕਰਕੇ ਆਵਾਂਗੇ। ਅਤੇ ਜਿਹੜੀਆਂ ਬੇਨਤੀਆਂ ਮੈਂ SGP ਦੇ ਮੈਂਬਰਾਂ ਨੂੰ ਕੀਤੀਆਂ ਹੈ
ਉਹਨਾਂ ਨੂੰ ਵੀ ਥੋੜ੍ਹਾ ਜਿਹਾ ਜ਼ਰੂਰ ਧਿਆਨ ਦੇਣ। ਸਾਧ ਸੰਗਤ ਜੀ, ਇਹ ਕੌਮ ਦੇ ਮਹਾਨ ਸ਼ਹੀਦ ਨੇ, ਕਿਸੇ ਇੱਕ ਜਥੇਬੰਦੀ ਦੇ ਸਾਂਦੇ ਨਹੀਂ ਹੈਗੇ, ਔਰ ਇਹਨਾਂ ਦੀ ਜਿਹੜੀ ਤਸਵੀਰ ਹੈ ਉਹ ਸਾਸੀ ਅਜਾਇਬ ਘਰ ਦੇ ਵਿੱਚ ਲੱਗ ਗਈ। ਇਸ ਕਰਕੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਏ ਸਿੰਘ ਸਾਹਿਬਾਨ ਨੇ ਉਹਨਾਂ ਸਾਰੀਆਂ ਥਾਵਾਂ 'ਤੇ SGPC ਵੱਲੋਂ ਜੇ ਕਿਤੇ ਇਸ਼ਤਿਹਾਰ ਲੱਗ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਬਾਕੀ ਗਿਆਨੀ ਹਰਦੀਪ ਸਿੰਘ ਨੇ ਬਹੁਤ ਸੋਹਣਾ ਵਿਚਾਰ ਦੱਸਿਆ ਹੈ ਵੀ ਜਦੋਂ ਇੱਥੇ ਅਸੀਂ ਆਉਂਦੇ ਹਾਂ ਤਾਂ ਕੁਝ ਲੈ ਕਰਕੇ ਜਾਈਏ, ਲਿਜਾਣ ਦੇ ਵਾਸਤੇ ਛੋਟਾ ਜਿਹਾ ਪੰਫਲੈਂਟ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ, ਆਪਰੇਸ਼ਨ ਬਿਲੂ ਸਟਾਰ ਕਿਉਂ ਹੋਇਆ, ਕੀ ਕਾਰਨ ਸੀਗੇ, ਇਹ ਛੋਟਾ ਜਿਹਾ ਇਸ਼ਤਿਹਾਰ ਕਈ ਦਿਨ ਹੈਗੇ ਆ, ਜੇ ਉਹਦੇ ਨਾਲ ਇੱਥੇ ਛਬੀਲ ਦੇ ਨਾਲ ਨਾਲ ਵੰਡਿਆ ਜਾਵੇ ਤਾਂ ਬਹੁਤ ਸੋਹਣਾ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ, ਜੋ ਅਸੀਂ ਵਚਨ ਕੀਤੇ ਨੇ ਇਹ ਸੇਵਾ ਸੱਚੇ ਪਾਤਸ਼ਾਹ ਮਹਾਰਾਜ ਜੀ ਲੈ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਸਮਾਂ ਬਚਾਉਂਦਾ ਹੋਇਆ ਅਗਲੀ ਸ਼ਖਸੀਅਤ ਸਰਦਾਰ ਗੁਰਦੇਵ ਸਿੰਘ ਜੀ ਰਜਬ ਜਲੰਧਰ ਵਾਲੇ, ਉਹ ਵੀ ਸਟੇਜ 'ਤੇ ਆ ਜਾਣ। ਉਹਨਾਂ ਤੋਂ ਬਾਅਦ ਫਿਰ ਮੈਂ ਬੁਲਾਵਾ ਦੇਵਾਂਗਾ ਤਾਂ ਕਿ ਅਸੀਂ 2 ਵਜੇ ਤੱਕ ਸਮਾਪਤੀ ਕਰ ਸਕੀਏ ਫੰਕਸ਼ਨ ਦੀ। ਅੱਛਾ ਜੀ, ਖੁੱਲ੍ਹਾ ਟਾਈਮ ਹੈ ਜੀ ਮਹਾਂਪੁਰਖਾਂ। ਅੱਛਾ ਜੀ, ਸਤਿਵਚਨ। ਆਦਰ ਦੇ ਸਤਿਕਾਰਯੋਗ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅੱਜ ਦੀ ਇਹ ਜਿਹੜੀ ਮੀਟਿੰਗ ਦਾ ਆਯੋਜਨ ਕੀਤਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਪਹੁੰਚੇ। ਉਹਨਾਂ ਸਾਰਿਆਂ ਨੂੰ ਪਹਿਲੋਂ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 6 ਜੂਨ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਆ। ਮੈਂ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਕਰਤਾਰਪੁਰ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਰਤਾਰਪੁਰ ਵੱਲੋਂ ਇਹ ਯਕੀਨ ਵੀ ਦਵਾਉਂਦਾ ਅਤੇ ਵਿਸ਼ਵਾਸ ਦਵਾਉਣਾ ਕਿ ਵੱਧ ਤੋਂ ਵੱਧ ਅਸੀਂ ਬਹੁਤ ਵੱਡੀਆਂ ਗੱਡੀਆਂ ਦੇ ਕਾਫਲੇ ਦੇ ਨਾਲ 6 ਜੂਨ ਨੂੰ ਇੱਥੇ ਪਹੁੰਚਾਂਗੇ ਅਤੇ ਜਿਹੜੀ ਫਲੈਕਸ ਬੋਰਡ ਦੀ ਸੇਵਾ ਹੈਗੀ ਆ ਉਹ ਸਾਰੇ ਕਰਤਾਰਪੁਰ ਦੇ ਵਿੱਚ ਉਹ ਇੱਕ ਜਗ੍ਹਾ ਜਿਹੜੇ ਬੋਰਡ ਬਣਦੇ ਆ ਉਹ ਸਾਰੇ ਕਰਤਾਰਪੁਰ ਹਲਕੇ ਦੇ ਛਾਪ ਲੈ ਜਾਣ ਅਤੇ ਉਹ ਸੇਵਾ ਜਿਹੜੀ ਆ ਉਹ ਅਸੀਂ ਦੇ ਦਾਂਗੇ ਪ੍ਰਬੰਧਕਾਂ ਨੂੰ, ਆਪ ਉੱਪੜਦੀ ਕਰਾਂਗੇ। ਅਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਤੁਸੀਂ ਹਮੇਸ਼ਾ 6 ਜੂਨ ਦੇ ਪ੍ਰੋਗਰਾਮ ਦੇ ਵੱਡਾ ਸਹਿਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਦਿੰਦੇ ਹਾਂ ਉੱਥੇ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਹਮੇਸ਼ਾ ਹੀ ਜਿੱਥੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੇ ਪਿਆਰ ਦੇ ਸਤਿਕਾਰ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਸਾਰੇ ਸੰਤ ਸਮਾਜ ਦੇ ਮੁਖੀ ਸਾਹਿਬਾਨਾਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਦਮਦਮੀ ਟਕਸਾਲ ਕਰਦੀ ਆ ਉਹ ਵੀ ਵਧਾਈ ਦੇ ਪਾਤਰ ਨੇ। ਪਿਛਲੇ ਦਿਨੀ ਜਿਹੜੇ ਸੂਸਾਂ ਦੇ ਵਿੱਚ ਬਹੁਤ ਵੱਡਾ ਇੱਕ ਪੰਥ ਇਕੱਠ ਹੋਇਆ ਉਸ ਦਿਨ ਦੇ ਸਾਰੀ ਵਧਾਈ ਉਸ ਬਾਬਾ ਜੀ ਨੂੰ ਮੈਂ ਉਸ ਦਿਨ ਦੀ ਵਧਾਈ ਵੀ ਦਿੰਦਾ ਕਿ ਉਹ ਇੱਕ ਬਹੁਤ ਵੱਡਾ ਪ੍ਰੋਗਰਾਮ ਦੁਆਬੇ ਦਾ ਸੀ ਜਿਹੜਾ ਬਹੁਤ ਵੱਡਾ ਇਕੱਠ ਕਰਕੇ ਗੁਰਮਤਿ ਸਮਾਗਮ ਕਰਕੇ ਇਹਨਾਂ ਨੇ ਉਸ ਕਾਰਜ ਨੂੰ ਵੀ ਨੇਪਰੇ ਚਾੜਿਆ ਅਤੇ ਮੈਂ
ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬਿੱਲਾਂ ਜਥੇਬੰਦੀ ਵੱਲੋਂ ਵੀ ਇਹ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਉਸ ਜਥੇਬੰਦੀ ਦੇ ਸਾਰੇ ਸਿੰਘ ਜਿੱਥੇ ਦਮਦਮੀ ਟਕਸਾਲ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਆ, ਉੱਥੇ ਹਰ ਗੁਰਸਿੱਖ ਦਾ ਫਰਜ਼ ਬਣਦਾ ਕਿ ਦਮਦਮੀ ਟਕਸਾਲ ਦੁਨੀਆਂ 'ਤੇ ਇਤਿਹਾਸ ਦੇ ਵਿੱਚ ਇੱਕ ਆਪਣੀ ਆਪ ਪਛਾਣ ਲੈ ਕੇ ਇੱਕ ਵੱਖਰੇ ਤੌਰ 'ਤੇ ਖੜ੍ਹੀ ਆ। ਆਪਾਂ ਸਾਰਿਆਂ ਨੂੰ ਜਿੱਥੇ ਮਹਾਂਪੁਰਖਾਂ ਦਾ ਸਤਿਕਾਰ ਕਰਨਾ, ਉੱਥੇ ਦਮਦਮੀ ਟਕਸਾਲ ਦਾ ਸਹਿਯੋਗ ਦੇਣਾ। ਮੈਂ ਆਪਣੇ ਵੱਲੋਂ 10 ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਲੈ ਕੇ ਹਾਜ਼ਰ ਹੋਵਾਂਗਾ ਅਤੇ ਫਲੈਕਸ ਬੋਰਡ ਦੀ 10 ਜਿੰਨਾ ਵੀ ਕਰਤਾਰਪੁਰ ਦੇ ਵਿੱਚ ਫਲੈਕਸ ਬੋਰਡ ਲੱਗਣਗੇ ਉਹਦੀ ਸੇਵਾ ਜਿਹੜੀ ਕਰਤਾਰਪੁਰ ਵੱਲੋਂ ਕੀਤੀ ਜਾਵੇਗੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਇਸ ਸ਼ਖਸੀਅਤ ਦਾ ਜਿਹਨਾਂ ਨੇ ਇੰਨੀ ਔਫਰ ਕੀਤੀ ਹੈ। ਮੈਂ ਹੁਣ ਅਗਲੀ ਬੇਨਤੀ ਕਰਾਂ, ਜਥੇਦਾਰ ਸੱਜਣ ਸਿੰਘ ਜੀ ਬੱਜੂਮਾਨ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ, ਉਹ ਵੀ ਹਲਕੇ ਦੀ ਪ੍ਰਤੀਨਿਧਤਾ ਕਰਦੇ ਨੇ। ਉਹ ਵੀ ਹਮੇਸ਼ਾ ਹਮੇਸ਼ਾ ਟਕਸਾਲ ਦੇ ਸਹਿਯੋਗੀ ਰਹਿ ਕੇ ਬੜੀਆਂ ਮਹਾਨ ਕੰਟਰੀਬਿਊਸ਼ਨਸ ਕਰਦੇ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨ ਜਾ ਰਿਹਾ ਕਿ ਸਟੇਜ 'ਤੇ ਆ ਕੇ ਆਪਣੇ ਸ਼ਬਦਾਂ ਰਾਹੀਂ ਫਿਰ ਐਰਕੀ ਜੋ ਯੋਗਦਾਨ ਹੈ ਉਹਦੇ ਬਾਰੇ ਦੱਸਣ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਮੁਖੀ ਦਸਮਵੀਂ ਟਕਸਾਲ, ਮੈਂਬਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਮਹਾਰਾਜ, ਧਰਮ ਸਮਾਜ ਦੇ ਸੰਤ ਸਮਾਜ ਦੇ ਅਤੇ ਹੋਰ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਸਾਕਾ ਜਿਸ ਦੇ ਸੰਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਹੈ, ਇੱਕ ਮਹਾਨ ਇਤਿਹਾਸ ਹੈ। ਉਹ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਨੇ ਅਕਾਲ ਪੁਰਖ ਨੇ ਮੈਨੂੰ ਨਹੀਂ ਸਮਝ ਵੀ ਉਹ ਕਿੰਨੀ ਕੁ ਕਿਰਪਾ ਉਹਨਾਂ ਦੇ ਕੀਤੀ ਸੀ, ਜਿਹਦੀ ਵਜ੍ਹਾ ਕਰਕੇ ਇਹਨਾਂ ਉਹਨਾਂ ਨੂੰ ਸ਼ਕਤੀ ਬਖਸ਼ੀ ਕਿ ਉਹਨਾਂ ਇੰਨਾ ਜ਼ੋਰਦਾਰ ਸਿੱਖ ਧਰਮ ਦਾ ਪ੍ਰਚਾਰ ਕੀਤਾ। ਅਸੀਂ ਵੇਖਦੇ ਸੀ, ਕੋਈ ਬੱਚਾ ਉਦੋਂ ਦਸਤਾਰ ਤੋਂ ਬਗੈਰ ਨਹੀਂ ਸੀ ਦਿਸਦਾ, ਲੇਕਿਨ ਮੌਕੇ ਦੀ ਸਰਕਾਰ ਨੂੰ ਉਹ ਮਨਜ਼ੂਰ ਨਹੀਂ ਹੋਇਆ ਵੀ ਇਹ ਕੀ ਬਣ ਰਿਹਾ ਵਾ, ਸਾਡੀਆਂ ਪਾਲਸੀਆਂ ਕੀ ਆ ਅਤੇ ਸਿੱਖ ਧਰਮ ਕਿੱਧਰ ਨੂੰ ਜਾ ਰਿਹਾ। ਉਹਦੀ ਵਜ੍ਹਾ ਕਰਕੇ ਸ਼ਹੀਦੀ ਸਾਕਾ ਵਾਪਰਿਆ ਔਰ ਉਹਦੇ ਵਿੱਚ ਸੰਤ ਮਹਾਰਾਜ ਜੀ ਅਤੇ ਹੋਰ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦਮਦਮੀ ਟਕਸਾਲ ਦੇ ਮੁਖੀਆਂ ਨੇ ਦਮਦਮੀ ਟਕਸਾਲ ਨੂੰ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਵਡਮੁੱਲੇ ਯਤਨ ਕਰ ਰਹੇ ਹਨ, ਯਤਨ ਕਰਕੇ ਫਿਰ ਉਸਨੂੰ ਉਸੇ ਤਰ੍ਹਾਂ ਹੀ ਉਸ ਲਹਿਰ ਨੂੰ ਉਸ ਧਰਮ ਪ੍ਰਚਾਰ ਨੂੰ ਚਲਾਇਆ। ਉਸਦੇ ਸੰਬੰਧ ਦੇ ਵਿੱਚ ਇਹ ਦਿਨ ਮਨਾਉਣਾ ਇੱਕ ਬਹੁਤ ਹੀ ਮਹਾਨ ਗੱਲ ਹੈ ਔਰ ਸਿੱਖ ਕੌਮ ਦੇ ਵਿੱਚ ਬੜੀ ਮਹੱਤਤਾ ਰੱਖਦਾ ਹੈ। ਇਸ ਵਾਸਤੇ ਸਾਨੂੰ ਸਾਰੀਆਂ ਸੰਗਤਾਂ ਨੂੰ ਜਿਸ ਤਰ੍ਹਾਂ ਦੱਸਿਆ ਸਹਿਯੋਗ ਦੇਣਾ ਬਣਦਾ, ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਲਕੇ ਦੇ ਵਿੱਚ ਪ੍ਰਚਾਰਕਾਂ ਦੀ ਡਿਊਟੀ ਲਾ ਕੇ ਸਾਰੀ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਨਾ ਕਰਕੇ ਅਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਇੱਥੇ ਲਿਆਵਾਂਗਾ। ਇਹਨਾਂ ਖੀਦਾ ਖਿਮਾ ਮੰਗਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹਨਾਂ ਤੋਂ ਬਾਅਦ ਸਟੇਜ 'ਤੇ ਆਉਣ ਦਾ ਦਰਬੰਤਰ ਦਿੰਦਾ ਹੈ ਗਿਆਨੀ ਸਰਬਜੀਤ ਸਿੰਘ ਜੀ ਟੋਟੀਆਂ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪ੍ਰਵਾਨੋ, ਸੂਰੇ ਸੇਈ ਆਗੇ ਆਖੀਐ ਦਰਗੇ ਪਾਵੈ ਸਾਚੀ ਮਾਨ। ਸਿੱਖ ਕੌਮ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਵਿਖੇ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮੁਜਾਹਦ ਨੌਜਵਾਨ ਦਿਲਾਂ ਦੀ ਧੜਕਣ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੰਘ ਸਿੰਘਣੀਆਂ, ਜਿਨ੍ਹਾਂ ਦੀ ਯਾਦ ਵਿੱਚ ਹਰੇਕ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸਾਧ ਸੰਗਤ ਜੀ ਉਹਨਾਂ ਦੀ ਅਗਵਾਈ ਵਿੱਚ ਆਪਾਂ ਘੱਲੂਘਾਰਾ ਦਿਵਸ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ। ਇਹ ਵੱਡੇ ਵੱਡੇ ਸਮਾਗਮ ਜਿੰਦਾ ਕੌਮ ਦੀ ਨਿਸ਼ਾਨੀ ਹੁੰਦੀ ਹੈ, ਔਰ ਖਾਸ ਕਰਕੇ ਜਦੋਂ ਸਾਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਵਰਗੇ ਉਹ ਮਹਾਨ ਪਰਉਪਕਾਰੀ ਮਹਾਂਪੁਰਖ ਜਿਨ੍ਹਾਂ ਦੀ ਅਗਵਾਈ ਵਿੱਚ ਚੱਲਣ ਦਾ ਮੌਕਾ ਮਿਲਦਾ ਹੋਵੇ। ਅੱਜ ਸਮਾਜ ਦੇ ਵਿੱਚ ਵੇਖੋ ਸਾਧ ਸੰਗਤ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਔਰ ਇੱਕ ਨਿਯਮਬੱਧ ਅਤੇ ਯੋਜਨਾਬੱਧ ਤਰੀਕੇ ਦੇ ਨਾਲ ਗੁਰਮਤਿ ਪ੍ਰਚਾਰ ਕਰਨਾ ਅਤੇ ਕਰਵਾਉਣਾ ਉਹ ਜੇ ਕਿਸੇ ਜਥੇਬੰਦੀ ਦੇ ਹਿੱਸੇ ਆਇਆ ਹੈ, ਉਹ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਯਤਨ ਕਰਦੀ, ਉੱਥੇ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਬਹੁਤ ਵੱਡੇ ਵੱਡੇ ਉਪਰਾਲੇ ਕਰਦੇ ਨੇ। ਮੈਂ ਕਈ ਵਾਰ ਸੋਚਦਾ ਅਤੇ ਹੈਰਾਨ ਵੀ ਹੁੰਦਾ ਸਾਧ ਸੰਗਤ ਕਿ ਕਿੱਦਾਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਹਾਂਪੁਰਖਾਂ ਨੂੰ ਸੋਚ ਵਿਵੇਕ ਬੁੱਧੀ ਬਖਸ਼ਿਸ਼ ਕੀਤੀ ਹੈ ਕਿ ਚਾਹੇ ਉਹ ਕਾਰ ਸੇਵਾ ਦਾ ਖੇਤਰ ਹੈ, ਚਾਹੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਦਾ ਖੇਤਰ ਹੈ, ਚਾਹੇ ਸਾਧ ਸੰਗਤ ਜੀ ਸੋਸ਼ਲ ਮੀਡੀਆ 'ਤੇ ਬੈਠੇ ਹੋਏ ਭੰਡ ਜਿਹੜੇ ਸਿੱਖੀ ਦੇ ਵਿੱਚ ਦੁਵਿਧਾ ਪਾਉਣ ਦਾ ਯਤਨ ਕਰ ਰਹੇ ਨੇ ਉਹਨਾਂ ਨਾਲ ਨਜਿੱਠਣ ਦੀ ਗੱਲ ਹੈ। ਹਰੇਕ ਪੱਖ ਤੋਂ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹ ਮੋਹਰੀ ਕਤਾਰ ਵਿੱਚ ਆ ਕੇ ਸਿੱਖੀ ਦੇ ਪ੍ਰਚਾਰ ਲਈ ਤਤਪਰ ਨੇ ਅਤੇ ਜਿਹੜਾ 6 ਜੂਨ ਦਾ ਦਿਨ ਹੈ ਇਹ ਵੀ ਉਸੇ ਕੜੀ ਦੇ ਨਾਲ ਹੀ ਸੰਬੰਧਿਤ ਹੈ। ਇਹਦੇ 'ਚੋਂ ਕੌਮਾਂ ਦਾ ਭਵਿੱਖ ਅੱਗੇ ਚੱਲਦਾ ਹੈ। ਅੱਜ ਜਦੋਂ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦੇ ਹਾਂ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਦੀ ਤਸਵੀਰ ਹਰੇਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਤੇ ਖਾਸ ਕਰਕੇ ਨੌਜਵਾਨਾਂ ਦੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਹੈ, ਔਰ ਸਾਧ ਸੰਗਤ ਦਾਸ ਬਹੁਤਾ ਸਮਾਂ ਨਹੀਂ ਲਵੇਗਾ ਕਿਉਂਕਿ ਮੇਰੇ ਨਾਲ ਬਾਬਾ ਮਹਿਤਾ ਕਾਲੂ ਜੀ ਸੇਵਾ ਸੁਸਾਇਟੀ ਡੇਰਾ ਸਾਹਿਬ ਪੱਠੇ ਵਿੰਡਪੁਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਿਤਾ ਪੁਰਖੀ ਨਗਰ ਹੈ ਅਤੇ ਉੱਥੇ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਸੱਚਖੰਡ ਵਾਸੀ ਉਹਨਾਂ ਤੋਂ ਵਰੋਸ ਆਏ ਹੋਏ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਮਹਾਂਪੁਰਖ ਸੇਵਾਵਾਂ ਕਰਵਾ ਰਹੇ ਨੇ। ਉਹਨਾਂ ਨੇ 1-2-3 ਨਵੰਬਰ ਨੂੰ ਸ਼ਤਾਬਦੀ ਬਹੁਤ ਵੱਡੇ ਪੱਧਰ 'ਤੇ ਉੱਥੇ ਮਨਾਉਣੀ ਹੈ, ਔਰ ਉਸੇ ਲੜੀ ਤਹਿਤ ਹੀ ਹਰ ਰੋਜ਼ ਉਸ ਇਲਾਕੇ ਦੇ ਵਿੱਚ ਇੱਕ ਵੱਡਾ ਗੁਰਮਤਿ ਸਮਾਗਮ ਹੁੰਦਾ ਹੈ। ਮੈਂ ਪ੍ਰਚਾਰਕ ਹੋਣ ਦੇ ਨਾਂ 'ਤੇ 6 ਜੂਨ ਦੇ ਸਮਾਗਮ ਵਾਸਤੇ ਜਿੱਥੇ ਉਹ ਧਰਮ ਪ੍ਰਚਾਰ ਦੇ ਪ੍ਰੋਗਰਾਮਾਂ ਵਿੱਚ ਸੰਗਤਾਂ ਨੂੰ ਸ਼ਮੂਲੀਅਤ ਕਰਨ ਵਾਸਤੇ ਬੇਨਤੀ ਕਰਾਂਗਾ, ਉੱਥੇ ਮੇਰੇ ਨਾਲ ਜਿਹੜੇ ਨੌਜਵਾਨ ਆਏ ਨੇ
ਇਹ ਜਿਹੜੇ 20 ਫਲੈਕਸ ਬੋਰਡ ਨੇ ਉਹ ਇਹਨਾਂ ਨੇ ਸੇਵਾ ਲਈ ਹੈ ਕਿ ਅਸੀਂ ਗੋਇੰਦਵਾਲ ਟੂ ਜਿਹੜਾ ਫਤਿਹਾਬਾਦ ਹੈ ਜਾਂ ਚੋਲਾ ਸਾਹਿਬ ਤੱਕ ਇਹ ਸਾਰੀ ਜਿਹੜੀ ਸੇਵਾ ਕਰਾਂਗੇ ਕਿਉਂਕਿ ਉਹ ਇਲਾਕਾ ਸਤਿਕਾਰਯੋਗ ਪੰਥ ਦੇ ਮਹਾਨ ਪ੍ਰਚਾਰਕ ਬਾਬਾ ਬੰਤਾ ਸਿੰਘ ਜੀ, ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਮਹਾਂਪੁਰਖ, ਉਹਨਾਂ ਦਾ ਇਲਾਕਾ ਹੈ। ਔਰ ਅਸੀਂ ਉਹਨਾਂ ਨਾਲ ਸਾਰਾ ਸੰਪਰਕ ਕਰਕੇ ਜਿਹੜੀਆਂ ਬੱਸਾਂ ਇਹਨਾਂ ਸਾਡੇ ਵੀਰਾਂ ਨੇ ਲੈ ਕੇ ਆਉਣੀਆਂ ਨੇ, 5 ਕੁ ਬੱਸਾਂ ਲੈ ਕੇ ਆਉਣਗੇ, ਔਰ ਇਹਦੇ ਨਾਲ ਨਾਲ ਜਿਹੜੇ ਫਲੈਕਸ ਬੋਰਡਾਂ ਦੀ ਸੇਵਾ ਉਹ ਵੀ ਅਸੀਂ ਕਰਾਂਗੇ। ਅਤੇ ਹਰੇਕ ਪੱਖ ਤੋਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਖ ਉਹਨਾਂ ਨਾਲ ਤਨ ਮਨ ਧਨ ਕਰਕੇ ਵੱਧ ਤੋਂ ਵੱਧ ਜਿਹੜੀ ਸੇਵਾ ਉਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਮਹਾਂਪੁਰਖਾਂ ਦੀਆਂ ਸੀਸਾਂ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ ਵਿਸ਼ੇਸ਼ ਕੰਟਰੀਬਿਊਸ਼ਨ ਦੇ ਲਈ ਸੰਤ ਬਾਬਾ ਜੋਗਿੰਦਰ ਸਿੰਘ ਜੀ, ਡੇਰਾ ਬਾਬਾ ਸੁਲੱਖਣ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਉਹਨਾਂ ਵੱਲੋਂ ਮਾਸਟਰ ਬਲਬੀਰ ਸਿੰਘ ਜੀ ਇੱਥੇ ਪਹੁੰਚੇ ਨੇ। 2 ਮਿੰਟ ਦਾ ਸਮਾਂ ਮਹਾਂਪੁਰਖਾਂ ਦੇ ਵੱਲੋਂ ਮਾਸਟਰ ਬਲਬੀਰ ਸਿੰਘ ਜੀ ਵੀ ਲੈਣਗੇ ਅਤੇ ਆਪਣੀ ਕੰਟਰੀਬਿਊਸ਼ਨ ਬਾਰੇ ਦੱਸਣਗੇ। ਘੱਲੂਘਾਰੇ ਦਿਵਸ ਦੀ ਤਿਆਰੀ ਦੇ ਸੰਬੰਧ ਵਿੱਚ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਬੁਲਾਏ ਗਏ ਮੀਟਿੰਗ ਸਮਾਗਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੰਤ ਗਿਆਨੀ ਬਾਬਾ ਜੋਗਿੰਦਰ ਸਿੰਘ ਜੀ ਕਾਰ ਸੇਵਾ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਇਹ ਆਸ਼ਵਾਸਨ ਦਿੰਦਾ ਹੈ ਕਿ ਅਸੀਂ ਉਸ ਦਿਨ 6 ਜੂਨ ਵਾਲੇ ਦਿਨ, ਘੱਲੂਘਾਰ ਵਾਲੇ ਦਿਵਸ ਵਾਲੇ ਦਿਨ ਵੱਧ ਤੋਂ ਵੱਧ ਸੰਗਤ ਲੈ ਕਰਕੇ ਸੰਤ ਬਾਬਾ ਗਿਆਨੀ ਜੋਗਿੰਦਰ ਸਿੰਘ ਜੀ ਦੀ ਸਮੁੱਚੀ ਅਗਵਾਈ ਹੇਠ ਸੰਗਤਾਂ ਨੂੰ ਪ੍ਰੇਰਨਾ ਕਰਕੇ ਲੈ ਕਰਕੇ ਆਵਾਂਗੇ। ਵੱਧ ਤੋਂ ਵੱਧ ਸੰਗਤ ਜਿਹੜੀ ਹਰ ਸਾਲ ਲੈ ਕੇ ਆਉਂਦੇ ਹਾਂ, ਇਸੇ ਤਰ੍ਹਾਂ ਹੀ ਸੰਗਤ ਜਿਹੜੀ ਲੈ ਕੇ ਆਵਾਂਗੇ। ਔਰ ਇਸ ਤੋਂ ਇਲਾਵਾ ਅਸੀਂ ਸੰਤ ਗਿਆਨੀ ਹਰਨਾਮ ਸਿੰਘ ਜੀ ਹੋਣਾ ਦੇ ਜੋ ਉਪਰਾਲੇ ਕਰ ਰਹੇ ਨੇ ਉਹਨਾਂ ਦੇ ਨਾਲ, ਜਿਵੇਂ ਉਹਨਾਂ ਨੇ ਕੇਂਦਰੀ ਸਥਾਨ ਇਹਦੇ ਵਿੱਚ ਬਹੁਤ ਵੱਡਾ ਅੱਗੇ ਤਰੱਕੀ ਕੀਤੀ ਹੈ, ਔਰ ਸ਼ਹੀਦੀ ਯਾਦਗਾਰ ਜੋ ਅੰਮ੍ਰਿਤਸਰ ਬਣਾਈ ਹੈ, ਜੋ ਕਾਰ ਸੇਵਾ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਉੱਥੇ ਕਰਵਾਈ ਹੈ, ਸੰਤਾਂ ਦੀ ਤਸਵੀਰ, ਸੰਤ ਬਾਬਾ ਠਾਕਰ ਸੋਹਣਾ ਤਸਵੀਰ, ਜੋ ਇੰਨੇ ਉਪਰਾਲੇ ਕੀਤੇ ਹਨ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਅੱਗੇ ਤੋਂ ਵੀ ਜੋ ਸਾਡੇ ਇਹ ਕੇਂਦਰੀ ਸਥਾਨ ਦਮਦਮੀ ਟਕਸਾਲ ਦੇ ਵਿੱਚ ਜੋ ਵੀ ਹੈ ਜਿਸ ਤਰ੍ਹਾਂ ਅੱਗੇ ਚੱਲਦਾ ਸੀ ਉਸੇ ਤਰ੍ਹਾਂ ਕਾਰ ਚੱਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੰਘ ਸਾਹਿਬ ਜੀ ਦਾ। ਮੈਂ ਬੇਨਤੀ ਕਰਨ ਜਾ ਰਿਹਾ ਇਹਨਾਂ ਤੋਂ ਬਾਅਦ ਸੰਤ ਬਾਬਾ ਸਤਨਾਮ ਸਿੰਘ ਜੀ ਬਲੀਆਂ ਵਾਲੇ, 2-2 ਮਿੰਟ ਦਾ ਸਮਾਂ ਹੈ ਜ਼ਰੂਰੀ ਕਿਉਂਕਿ ਚੱਲ ਕੇ ਆਏ ਨੇ ਬਹੁਤ ਦੂਰੋਂ ਅਤੇ ਸਮਾਂ ਵੀ ਸੰਕੋਚਣਾ ਬਹੁਤ ਜ਼ਰੂਰੀ ਆ। ਸੰਤ ਬਾਬਾ ਸਤਨਾਮ ਸਿੰਘ ਜੀ ਬਲੀਆਂ ਵਾਲੇ, ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸੱਦੇ 'ਤੇ 6 ਜੂਨ 1984 ਦਾ ਜੋ ਘੱਲੂਘਾਰਾ ਹੋਇਆ ਉਹਦੇ ਸੰਬੰਧ ਦੇ ਵਿੱਚ ਜੋ ਮੀਟਿੰਗ ਦਾ ਦਿਹਾੜਾ ਅੱਜ 71 ਹੋਈ ਸੰਗਤ ਦੇ ਵਿੱਚ
ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਅਤੇ ਬਾਬਾ ਸੁੱਖਾ ਸਿੰਘ ਜੀ ਜੰਡਿਆਲੇ ਵਾਲੇ, ਬਾਬਾ ਮੇਜਰ ਸਿੰਘ ਜੀ, ਬਾਬਾ ਇਸੇ ਤਰ੍ਹਾਂ ਬਾਬਾ ਬੋਧ ਸਿੰਘ ਜੀ ਅਤੇ ਸਮੂਹ ਸਾਧ ਸੰਗਤ ਜੀਓ, ਆਪਣੀ ਤੇ ਦਾਦ ਦੀ ਹਾਜ਼ਰ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ ਕਿ ਅੱਜ ਦਾ ਦਿਹਾੜਾ ਬਾਬਾ ਜੀ ਵੱਲੋਂ ਮੀਟਿੰਗ ਦਾ ਦਿਹਾੜਾ ਰੱਖਿਆ ਗਿਆ ਕਿ ਹਰ 20 ਮਈ ਨੂੰ 6 ਜੂਨ 1984 ਦੇ ਸੰਬੰਧ ਦੇ ਵਿੱਚ ਜੋ ਸਮਾਗਮ ਕੀਤੇ ਜਾਂਦੇ ਹਨ ਉਹਨਾਂ ਸੰਬੰਧੀ ਮੀਟਿੰਗ ਕੀਤੀ ਜਾਂਦੀ ਹੈ। ਸੋ ਜਿਸ ਤਰ੍ਹਾਂ ਵੱਖ ਵੱਖ ਬੁਲਾਰਿਆਂ ਤੋਂ ਆਪਾਂ ਸਰਵਣ ਕੀਤਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਸ ਤਰ੍ਹਾਂ ਕਿ ਆਪਾਂ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਆ, ਘੱਲੂਘਾਰਾ ਦਿਵਸ ਮਨਾਉਣੇ, ਬੜੇ ਸ਼ਾਂਤੀਪੂਰਵਕ ਮਨਾਉਣੇ ਆ, ਪਰ ਕਈਆਂ ਵੱਲੋਂ ਆਪਣੇ ਸ਼ੋਸ਼ੇ ਛੱਡਣੇ ਜਾਂ ਆਪਣੇ ਆਪ ਨੂੰ ਜੀਰੋ ਤੋਂ ਹੀਰੋ ਬਣਾਉਣ ਵਾਸਤੇ, ਆਪੋ ਆਪਣੀਆਂ ਰੋਟੀਆਂ ਸੇਕਣ ਵਾਸਤੇ ਕਿਸੇ ਨੇ ਕਹਿ ਦੇਣਾ ਕਿ ਅਸੀਂ ਪੁਤਲੇ ਸਾੜਾਂਗੇ, ਫੋਟੋਆਂ ਸਾੜਾਂਗੇ। ਮੈਂ ਸਮੂਹ ਸੰਤ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਕਿਉਂਕਿ ਦਾਸ ਨੂੰ ਸਿੰਘ ਸਾਹਿਬ ਜੀਆਂ ਨੇ ਪੰਜਾਬ ਦੀ ਸੇਵਾ ਬਖਸ਼ੀ ਆ ਮੁਖੀ ਹੋਣ ਦੀ, ਤਾਂ ਮੈਂ ਇੰਟਰਨੈਸ਼ਨਲ ਪੰਥਕ ਦਲ ਦੀ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਇੱਕ ਬੇਨਤੀ ਕਰਦਾ ਕਿ ਸਮੂਹ ਸਾਧ ਸੰਗਤ ਜੀ, ਆਪਾਂ ਇਹ ਸ਼ਹੀਦੀ ਦਿਹਾੜਾ ਬੜਾ ਸ਼ਾਂਤੀਪੂਰਵਕ ਮਨਾਉਂਦੇ ਹਾਂ, ਪਰ ਇਹ ਸ਼ਹੀਦੀ ਦਿਹਾੜਾ ਹੈ, ਸ਼ਹੀਦੀ ਦਿਹਾੜਿਆਂ ਦੇ ਨਾਲ ਜੇ ਕੋਈ ਛੇੜਛਾੜ ਕਰਦਾ ਆ, ਜੇ ਕੋਈ ਪੁਤਲੇ ਸਾੜਦਾ, ਤਕੜੇ ਹੋ ਕੇ ਰਹਿਣਾ, ਇੰਟਰਨੈਸ਼ਨਲ ਪੰਥਕ ਦਲ ਉਹਨਾਂ ਦੇ ਨਾਲ ਹੈ। ਕਿਉਂਕਿ ਜੇ ਕੋਈ ਸਾਨੂੰ ਸ਼ਾਂਤੀਪੂਰਵਕ ਮਨਾਉਂਦਿਆਂ ਦਿਹਾੜਿਆਂ ਦੇ ਨਾਲ ਕੋਈ ਛੇੜਛਾੜ ਕਰਦਾ ਕੋਈ, ਤੇ ਫਿਰ ਅਸੀਂ ਚੂੜੀਆਂ ਵੀ ਨਹੀਂ ਪਾਈਆਂ। ਮੇਰੀ ਬੇਨਤੀ, ਸਾਡੇ ਇਲਾਕੇ ਦੇ ਵਿੱਚ ਕੰਮ ਹੋ ਚੁੱਕਾ, ਅਸੀਂ ਡੱਕਿਆ। ਸੋ ਦੂਸਰੀ ਬੇਨਤੀ, ਜੋ ਸਾਰੀਆਂ ਸੰਗਤਾਂ ਨੇ ਆਪੋ ਆਪਣੀ ਹਾਜ਼ਰੀ ਲਵਾਈ ਆ ਕਿ ਗੱਡੀਆਂ ਦੀ ਸੇਵਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਾਡੇ ਨਾਲ ਬਾਬਾ ਰਿਸ਼ਪਾਲ ਸਿੰਘ ਜੀ ਝੋਕ ਮੋੜੇ, ਉਹ ਵੀ ਸਹਿਯੋਗ ਕਰ ਰਹੇ ਨੇ। 6 ਗੱਡੀਆਂ ਦੀ ਸੇਵਾ ਜਿਹੜੀ ਆ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਲਈ ਆ। ਅਤੇ ਇੱਕ ਹੋਰ ਬੇਨਤੀ ਕਰਾਂ, ਬਾਬਾ ਜੀ ਦੇ ਹੁਕਮ ਅਨੁਸਾਰ ਆਗਿਆ ਲਈ ਬਾਬਾ ਜੀ ਤੋਂ ਕਹਿ ਕੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੋ ਸਾਡੀਆਂ ਇਟਲੀ ਅਤੇ ਯੂਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੋਲਡ ਡਰਿੰਕ ਦੀ ਛਬੀਲ ਲਾਈ ਜਾਵੇਗੀ। ਜਿੰਨਾ ਵੀ ਕੋਲਡ ਡਰਿੰਕ ਛਬੀਲ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਵਰਤਿਆ ਜਾਵੇਗਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਟਲੀ ਅਤੇ ਯੂਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਛਬੀਲ ਲਾਈ ਜਾਊਗੀ। ਅਤੇ ਫਿਰੋਜ਼ਪੁਰ ਸ਼ਹਿਰ ਤੋਂ ਲੈ ਕੇ ਗੁਰੂ ਹਰ ਸਾਹਿਬ ਤੱਕ, ਜਿਹਦੇ ਵਿੱਚ ਖਾਈ ਫੇਮੇ ਕੀ ਅਤੇ ਕਿਲੇ ਵਾਲਾ ਚੌਂਕ, ਜੰਗਾਂ ਵਾਲਾ ਮੋੜ, ਸ਼ਾਮ ਸਿੰਘ ਵਾਲਾ, ਥੇ ਗੁੱਜਰ, ਇਸ ਇਲਾਕੇ ਦੇ ਵਿੱਚ ਫਲੈਕਸੀ ਬੋਰਡ ਜਿਹੜੇ ਆ ਜਥੇਬੰਦੀ ਵੱਲੋਂ ਲਾਏ ਜਾਣਗੇ ਗੁਰੂ ਹਰ ਸਾਹਿਬ ਤੱਕ। ਸੋ ਮੈਂ ਬੇਨਤੀ ਕਰਦਾ, ਫਿਰ ਦੁਬਾਰਾ ਬੇਨਤੀ ਇਹੀ ਕਰਦਾ ਹਾਂ ਕਿ ਮਮਦੋੜ ਇਲਾਕੇ ਦੇ ਵਿੱਚ ਵੀ ਜੋ ਫਲੈਕਸੀ ਬੋਰਡ ਜਥੇਬੰਦੀ ਵੱਲੋਂ ਲਾਏ ਜਾਣਗੇ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਆਪਾਂ ਜਿੰਨਾ ਵੀ ਵੱਧ ਚੜ੍ਹ ਕੇ, ਕਿਉਂਕਿ ਅੱਜ ਦਾ ਦਿਹਾੜਾ ਜੋ ਮੀਟਿੰਗ ਦਾ ਦਿਹਾੜਾ ਹੁੰਦਾ ਹੈ,
ਪਰ ਇੱਕ ਛੋਟੇ ਜਿਹੇ ਸਮਾਗਮ ਦਾ ਰੂਪ ਧਾਰਨ ਕਰ ਜਾਂਦਾ ਹੈ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਕਿਉਂਕਿ ਆਗੂ ਸਾਹਿਬਾਨ ਮੇਨ ਆਗੂ ਸਾਹਿਬਾਨ ਜਥੇਬੰਦੀਆਂ ਵੱਖ ਵੱਖ ਸੰਪਰਦਾਇਆਂ ਦੇ ਮੁਖੀ ਇੱਥੇ ਪਹੁੰਚੇ ਨੇ। ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੂੰਗਾ ਕਿ ਹਰੇਕ ਦਾ ਫਰਜ਼ ਬਣਦਾ ਕਿ ਆਪਾਂ ਪ੍ਰੇਰ ਕੇ ਵੱਧ ਤੋਂ ਵੱਧ ਸ਼ਹੀਦੀ ਦਿਹਾੜਾ ਜਿਹੜਾ ਆ, ਕਿਉਂਕਿ ਪਿਛਲੀ ਵਾਰੀ ਤੋਂ ਪਿਛਲੀ ਵਾਰੀ ਐਤਕੀ ਸੰਗਤ ਨੂੰ ਪੈਰ ਰੱਖਣ ਨੂੰ ਥਾਂ ਨਹੀਂ ਸੀ ਅਤੇ ਐਤਕੀ ਵਾਰ ਮੈਨੂੰ ਜਾਪਦਾ ਕਿ ਐਦੋਂ ਉਦੋਂਣਾ ਫਿਰ ਇਕੱਠ ਹੋ ਜਾਵੇਗਾ ਸੰਗਤਾਂ ਦੇ ਇਕੱਠ ਨੂੰ ਵੇਖਦਿਆਂ। ਸੋ ਮੇਰੀ ਬੇਨਤੀ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਪਾਰਕਿੰਗ ਦਾ ਪ੍ਰਬੰਧ ਜਿਹੜਾ ਖੁੱਲ੍ਹੇ ਆਮ ਲੈ ਜਾ ਕੇ ਅਤੇ ਵਧੀਆ ਪ੍ਰਬੰਧ, ਜਿਸ ਤਰ੍ਹਾਂ ਅੱਜ ਨਵੇਂ ਸਟੇਜ ਦਾ ਜਿਹੜਾ ਵੇਖੋ ਪ੍ਰਬੰਧ ਹੋ ਗਿਆ ਆ ਅਤੇ ਬਾਬਾ ਜੀ ਬਹੁਤ ਹੀ ਵਧਾਈ ਦੇ ਪਾਤਰ ਨੇ। ਸੋ ਇਹਨਾਂ ਬੇਨਤੀਆਂ ਦੇ ਨਾਲ ਭੁੱਲ ਚੁੱਕ ਦੀ ਖਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਲਾ ਸਭ ਤੋਂ ਬਾਅਦ ਬੇਨਤੀ ਕਰਾਂਗਾ, ਇਹ ਬੱਲੀਆਂ ਵਾਲੇ ਬੁੱਲ ਕੇ ਗਏ ਨੇ, ਹੁਣ ਬੁਲਾ ਰਿਹਾ ਹੈ ਭਾਈ ਸੁਖਚੈਨ ਸਿੰਘ ਜੀ ਅਤਲਾ, ਉਹਨਾਂ ਨੂੰ ਬੇਨਤੀ ਆ ਸਟੇਜ 'ਤੇ ਆਉਣ। ਨਾਲ ਹੀ ਮੈਂ ਇਹ ਵੀ ਚੇਤਾ ਕਰਾ ਦਾਂ ਕਿ ਭਾਈ ਜਗਦੀਸ਼ ਸਿੰਘ ਜੀ ਬੰਬਰਾ ਸਪੈਸ਼ਲ ਇਸ਼ੂ ਕੱਢ ਰਹੇ ਆ, ਸਪਲੀਮੈਂਟ ਕੱਢ ਰਹੇ ਆ, ਇਹ ਬਹੁਤ ਵੱਡੀ ਸੇਵਾ। ਆਪਣੀਆਂ ਐਡਵਰਟਾਈਜਮੈਂਟਸ, ਆਪਣੇ ਜੋ ਇਸ਼ਤਿਹਾਰ, ਜੋ ਮਹਾਂਪੁਰਖਾਂ ਬਾਰੇ ਜੋ ਵਲਵਲੇ, ਇਹ ਸਭ ਕੁਛ ਛਾਪਣ ਵਾਸਤੇ ਭਾਈ ਜਗਦੀਸ਼ ਸਿੰਘ ਜੀ ਬੰਬਰਾ ਅਜੀਤ ਦੇ ਸਪੈਸ਼ਲ ਪੱਤਰਕਾਰ ਨੇ ਮਹਿਤੇ ਚੌਂਕ ਤੋਂ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ। ਆਓ ਅਤਲਾ ਸਾਹਿਬ ਦੇ ਵਿਚਾਰ ਸੁਣੀਏ। ਪਰਮ ਸਤਿਕਾਰਯੋਗ ਸਟੇਜ 'ਤੇ ਬਿਰਾਜਮਾਨ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਨਿਹੰਗ ਸਿੰਘ ਫੌਜਾਂ, ਸਿੰਘ ਸਾਹਿਬਾਨ, ਵੱਖੋ ਵੱਖ ਜਥੇਬੰਦੀਆਂ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਸੀਸ ਝੁਕਾ ਕੇ ਗੁਰਫਤਿਹ ਪ੍ਰਵਾਨ ਕਰਨੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਮਦਮੀ ਟਸਕਾਲ ਦਾ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਂ 'ਤੇ ਦਾਸ ਨੂੰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਮਾਨਸਾ ਜ਼ਿਲ੍ਹੇ ਦੀ ਸੇਵਾ ਸੌਂਪੀ ਗਈ ਅਤੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਅਸੀਂ ਜਾਣੀ ਕਿ ਪਿੱਛੇ ਸੱਜਤਾ ਨਹੀਂ ਬਣਾਉਣਾ, ਅਸੀਂ ਇੱਕ ਜੁੱਤੇ ਝਾੜਨ ਵਾਲੀ ਸੇਵਾ ਦਾ ਜ਼ਰੂਰ ਲਿਖਾ ਲਾਂਗੇ। ਅਤੇ ਮਹਾਂਪੁਰਸ਼ਾਂ ਨੂੰ ਅਸੀਂ ਬੇਨਤੀ ਕਰਦਿਆਂ ਦਾਸ ਨੂੰ ਮਾਨਸਾ ਹਲਕੇ ਦੇ ਵਿੱਚੋਂ ਬੱਸਾਂ ਲਿਆਉਣ ਦਾ ਅਤੇ ਫਲੈਕਸ ਲਾਉਣ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ। ਸਰਦੂਲਗੜ੍ਹ ਹਲਕਾ, ਜੋਗਾ ਹਲਕਾ, ਭੀਖੀ ਹਲਕਾ, ਹੈਲੋ ਜੋਗਾ ਹਲਕਾ, ਭੀਖੀ ਹਲਕਾ, ਹਾਂਜੀ, ਅਸੀਂ ਮਾਨਸਾ ਜ਼ਿਲ੍ਹੇ ਦੇ ਵੱਲੋਂ ਵੱਡੇ ਪੱਧਰ 'ਤੇ ਬੱਸਾਂ ਲੈ ਕੇ ਆਵਾਂਗੇ ਅਤੇ ਉਹਨਾਂ ਦੇ ਨਾਲ ਜੋ 1984 ਦੇ ਸਿੰਘ ਸ਼ਹੀਦ ਨੇ ਉਹਨਾਂ ਦੇ ਨਾਲ ਪਰਿਵਾਰਾਂ ਨੂੰ ਵੀ ਲੈ ਕੇ ਆਵਾਂਗੇ, ਉਹਨਾਂ ਦੀ ਸ਼ਮੂਲੀਅਤ ਇੱਥੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕਰਾਵਾਂਗੇ। ਸਾਡੇ ਲਵੇ ਲਵੇ ਬੜੇ ਪਖੰਡੀਆਂ ਦੇ ਡੇਰੇ ਖੁੱਲ੍ਹੇ ਨੇ, ਜਿਹੜੇ ਕਹਿੰਦੇ ਨੇ ਸਾਡੇ ਫਲੈਕਸਾਂ ਦੇ ਉੱਤੇ ਪਾੜਦੇ ਨੇ, ਫਲੈਕਸ ਪਾੜਦੇ ਨੇ ਜਾਂ ਕਿਸੇ ਤਰ੍ਹਾਂ ਦੀ ਹਰਕਤ ਕਰਦੇ ਨੇ,
ਜਾਂ ਸਾਡੀਆਂ ਬੱਸਾਂ ਦੀ ਘੇਰ ਘਰਾਈ ਕਰਕੇ ਉਹਨਾਂ ਨੂੰ ਮੋੜਨ ਅਤੇ ਸੰਗਤਾਂ ਨੂੰ ਵਾਪਸ ਕਰਨ ਵਾਸਤੇ ਜਾਣ ਟਕਰਾਵ ਦਾ ਜ਼ੋਰ ਲਾਉਂਦੇ ਨੇ। ਅਸੀਂ ਮਹਾਂਪੁਰਸ਼ਾਂ ਨੂੰ ਇਹ ਵੀ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਉਹਨਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਵੀ ਦੇਵਾਂਗੇ, ਪਰ ਅਸੀਂ ਨਾ ਤਾਂ ਕਿਸੇ ਤੋਂ ਦਮਦਮੀ ਟਕਸਾਲ ਦੇ ਵਿਦਿਆਰਥੀ ਹੋਣ ਦੇ ਨਾਂ 'ਤੇ ਡਰੇ ਹਾਂ ਅਤੇ ਨਾ ਹੀ ਡਰਨਾ ਗਾ। ਅਤੇ ਮਹਾਂਪੁਰਸ਼ਾਂ ਨੂੰ ਅਸੀਂ ਇਹ ਵੀ ਯਕੀਨ ਦਿਵਾਉਂਦੇ ਹਾਂ, ਨਾਲ ਪਰਿਵਾਰਾਂ ਨੂੰ ਲਿਆ ਕੇ ਸ਼ਹੀਦਾਂ ਨੂੰ ਅਸੀਂ ਉਹਨਾਂ ਦੀ ਸ਼ਮੂਲੀਅਤ ਤੋਂ ਇੱਥੋਂ ਤੱਕ ਕਰਾਵਾਂਗੇ। ਦਾਸ ਦੀ ਜਿਵੇਂ ਸੇਵਾ ਲਾਉਣਗੇ ਮਹਾਂਪੁਰਸ਼ ਅਤੇ ਜਥੇ ਦੇ ਸਿੰਘ, ਉਵੇਂ ਸੇਵਾ ਨਿਭਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਹੈ ਕਿ ਸਮਾਂ ਸੰਕੋਚ ਹੋਇਆ ਹੈ, ਜਿੱਥੇ 2 ਮਿੰਟ ਦਾ ਸਮਾਂ 1 ਮਿੰਟ ਦਾ ਸਮਾਂ ਸਮਝ ਲਿਆ ਜਾਵੇ। 1 ਮਿੰਟ ਦਾ ਸਮਾਂ 60 ਸਕਿੰਟ, ਵੈਰੀ ਸ਼ੋਰਟ। ਮੈਂ ਆਪ ਵੀ ਬਹੁਤ ਸਮਾਂ ਨਾ ਲਵਾਂ। ਹਰ ਬੁਲਾਰਾ ਸਿਰਫ ਅਤੇ ਸਿਰਫ 1 ਮਿੰਟ ਬੋਲੇ, ਦਰਸ਼ਨ ਜ਼ਰੂਰ ਦੇਵੇ। ਹੁਣੇ ਇਨਫੋਰਮੇਸ਼ਨ ਮਿਲੀ ਹੈ ਮਹਾਂਪੁਰਖਾਂ ਰਾਹੀਂ, ਬੰਬੇ ਤੋਂ 3 ਡੱਬੇ ਟ੍ਰੇਨ ਦੇ ਭਰ ਕੇ ਆ ਰਹੇ ਨੇ ਸੰਗਤ ਦੇ। ਇਸੇ ਤਰ੍ਹਾਂ ਛੋਟੀਆਂ ਗੱਡੀਆਂ ਦਾ ਕਾਫਲਾ ਆ ਰਿਹਾ। ਦੇਖੋ ਉਤਸ਼ਾਹ, ਦੇਖੋ ਵਲਵਲਾ, ਦੇਖੋ ਬਾਹਰਲੀ ਸੰਗਤ ਵਿੱਚ ਇੱਥੇ ਆਉਣ ਦੀ ਫਿਰ ਫਿਤਰਤ। ਆਓ, ਅਸੀਂ ਤਕੜੇ ਹੋਈਏ। ਬੰਬੇ ਤੋਂ 3 ਡੱਬੇ ਟ੍ਰੇਨ ਦੇ ਅਤੇ ਛੋਟੀਆਂ ਗੱਡੀਆਂ ਦਾ ਕਾਫਲਾ। ਬਹੁਤ ਧੰਨਵਾਦ ਉਹਨਾਂ ਦਾ। ਬਾਬਾ ਬਲਵਿੰਦਰ ਸਿੰਘ ਜੀ ਫਿਰੋਜ਼ਪੁਰ, ਉਹਨਾਂ ਨੂੰ ਬੇਨਤੀ ਕਰਾਂ 1 ਮਿੰਟ ਲਈ ਸਟੇਜ 'ਤੇ ਆਉਣ। ਸਰਪੰਚ ਮਲਕੀਅਤ ਸਿੰਘ ਜੀ, ਮਲਕ ਜਗਰਾਓ, ਫਲੈਕਸ ਲਾਉਣਗੇ 27 ਫਲੈਕਸ। ਭਾਈ ਸੁਖਪਾਲ ਵੀਰ ਸਿੰਘ ਜੀ ਜਲਾਲਾਬਾਦ ਵੱਲ, ਉਹਨਾਂ ਦੇ ਨਾਲ ਹਨ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਤਥਾ ਸਾਰੇ ਮਹਾਂਪੁਰਸ਼ ਸਾਧੂ ਅਤੇ ਸਮੂਹ ਪਤਵੰਤੇ ਸੱਜਣ ਸਿੰਘ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀਓ, ਡਿਊਟੀਆਂ ਦੀ ਗੱਲ ਆਪ ਜੀ ਸਾਰੇ ਵਿਦਵਾਨ ਬੈਠੇ ਹੋ। ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਫਿਰੋਜ਼ਪੁਰ 'ਤੇ ਬਹੁਤ ਮਾਣ ਕਰਿਆ ਕਰਦੇ ਸੀ, ਇਸ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦੀ ਆਪਣੇ ਦਮਦਮੀ ਟਕਸਾਲ ਦੇ ਡੇਰੇ ਵੀ ਆ। ਬਾਬਾ ਸੁਖਦੇਵ ਸਿੰਘ ਜੀ, ਬਾਬਾ ਚਮਕੌਰ ਸਿੰਘ ਜੀ, ਸਾਰਾ ਜ਼ਿਲ੍ਹਾ ਇਹਨਾਂ ਦੇ ਆਪਣੇ ਘਰ ਆ। ਅਸੀਂ ਹਰੀਕੇ ਤੋਂ ਲੈ ਕੇ ਮੱਲਾਂ ਵਾਲਾ, ਮਖੂ, ਆਰਫ ਕੇ ਸੰਤ ਬਾਬਾ ਰਾਮ ਲਾਲ ਜੀ ਦਾ ਸਥਾਨ ਆ, ਜਿੱਥੇ ਸੰਤ ਜਰਨੈਲ ਸਿੰਘ ਜੀ ਲੰਬਾ ਸਵਾਸਣ ਲਾਇਆ ਕਰਦੇ ਸਨ, ਉੱਥੇ ਸੇਵਾ ਕਰ ਰਹੇ ਸੰਤ ਬਾਬਾ ਦਿਲਬਾਗ ਸਿੰਘ ਜੀ ਇੱਥੇ ਹਾਜ਼ਰ ਹਨ। ਤਥਾ ਫਿਰੋਜ਼ਪੁਰ ਸ਼ਹਿਰ ਵੱਲੋਂ ਦਾਸ ਸਰਦਾਰ ਅਮਰ ਸਿੰਘ ਜੀ ਮਧਰੇ, ਸੰਤ ਬਾਬਾ ਦਿਲਬਾਗ ਸਿੰਘ ਜੀ ਤਥਾ ਹੋਰ ਇਲਾਕੇ ਦੀਆਂ ਸੰਗਤਾਂ, ਫਿਰੋਜ਼ਪੁਰ ਤੋਂ ਜਿਹੜਾ ਪਰਲਾ ਪਾਸਾ ਹੈ ਖਾਈ ਵਾਲਾ, ਉਹ ਵੱਲੀਆਂ ਵਾਲੇ ਬਾਬਾ ਜੀ ਅਤੇ ਜਥੇਦਾਰ ਇਸ਼ਪਾਲ ਸਿੰਘ ਹੋਰੀ ਉਹ ਸਾਂਭਣਗੇ। ਫਿਰੋਜ਼ਪੁਰ ਤੋਂ ਬਾਰਡਰ
ਵਾਲਾ ਪਾਸਾ ਅਤੇ ਇੱਧਰੋਂ ਹਰੀਕਿਆਂ ਤੱਕ ਜੀਰਾ ਮਖੂ ਮੱਲਾਂ ਵਾਲਾ ਆਰ ਕੇ ਫਿਰੋਜ਼ਪੁਰ ਜਲਾਲਾਬਾਦ ਵਾਲੇ ਬੰਨੇ ਬਾਬਾ ਜੱਜ ਸਿੰਘ ਜੀ ਅਤੇ ਸਾਡੇ ਮੈਦਾਨ ਸਾਹਿਬ ਸਰਦਾਰ ਪੂਰਨ ਸਿੰਘ ਜੀ ਸੇਵਾ ਨਿਭਾ ਰਹੇ ਆ। ਇਸ ਇਲਾਕੇ ਤੋਂ ਸਾਡਾ ਜਿਹੜਾ ਜਥਾ ਹੈ ਕੋਈ 20-25 ਬੱਸਾਂ ਦਾ ਸੰਤ ਬਾਬਾ ਰਾਮ ਲਾਲ ਜੀ ਦੇ ਅਸਥਾਨਾਂ ਤੋਂ ਅਤੇ ਕੋਈ 100 ਦੇ ਕਾਰਾਂ ਦਾ ਇੱਕ ਕਾਫਲਾ ਆਵੇਗਾ, ਕਿਉਂਕਿ ਇਸ ਇਲਾਕੇ ਦੀਆਂ ਸੰਗਤਾਂ ਦਮਦਮੀ ਟਕਸਾਲ ਨਾਲ ਜੁੜੀਆਂ ਹੋਈਆਂ। ਜਿਹੜੀ ਫਲੈਕਸ ਬੋਰਡਾਂ ਦੀ ਗੱਲ ਹੈ ਜਿਹੜੇ ਇਲਾਕਿਆਂ 'ਚ ਲੱਗ ਜਾਣਗੇ, ਜਿਵੇਂ ਬਾਬਾ ਜੀ ਹੋਰਾਂ ਨੇ ਕਿਹਾ, ਬੱਲੀਆਂ ਰਿਛਪਾਲ ਸਿੰਘ ਹੋਰਾਂ, ਬਾਕੀ ਸਾਰੇ ਕਿਰਪਾ ਵਾਲੇ ਸਿੰਘ ਆ, ਕੋਈ 2-5-10 ਹਜ਼ਾਰ ਨਾਲ, ਕੋਈ ਇੱਧਰ ਉੱਧਰ ਨਹੀਂ, ਅਤੇ ਜਿੰਨੀ ਵੀ ਲੋੜ ਹੋਊਗੀ ਉੱਥੇ 20-50-100 ਦੀ ਸਾਰੇ ਫਲੈਕਸ ਵੀ ਲਾਵਾਂਗੇ। ਹੋਰ ਵੀ ਜੋੜਿਆਂ ਦੀ ਸੇਵਾ ਮਕੰਦੇ ਵਾਲੀ ਤੋਂ ਇੱਕ ਸਿੰਘ ਲੈ ਕੇ ਆਉਂਦੇ ਆ, ਉਹ ਵੀ ਆਉਣਗੇ। ਹੋਰ ਵੀ ਜਿਹੜੀਆਂ ਕੋਈ ਸੇਵਾਵਾਂ ਜਥੇਬੰਦੀ ਵਾਂਗੂੰ ਲਾਈਆਂ ਜਾਣਗੀਆਂ। ਅਸੀਂ ਫਿਰੋਜ਼ਪੁਰ ਦੀਆਂ ਸੰਗਤਾਂ ਵੱਲੋਂ ਅਤੇ ਸੰਤ ਬਾਬਾ ਰਾਮ ਲਾਲ ਜੀ ਦੇ ਅਸਥਾਨ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਵਾਂਗੇ। ਇਹਨਾਂ ਕੁ ਯਕੀਨ ਦਿਵਾਉਂਦਾ ਹੋਇਆ ਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮਿੰਟ ਦਾ ਸਮਾਂ ਹੁੰਦਾ ਹੈ ਹਰ ਬੁਲਾਰੇ ਦਾ, 1 ਮਿੰਟ ਦਾ ਮੀਨ 60 ਸਕਿੰਟ ਦਾ। ਮੈਂ ਭਾਈ ਪਲਵਿੰਦਰ ਸਿੰਘ ਜੀ ਢੀਂਗਰਾ, ਫੈਡਰੇਸ਼ਨ ਪ੍ਰਧਾਨ ਜਲੰਧਰ, ਉਹਨਾਂ ਨੂੰ ਬੇਨਤੀ ਕਰਾਂਗਾ 60 ਸਕਿੰਟਾਂ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਮੀਟਿੰਗ ਦਾ ਪ੍ਰੋਗਰਾਮ ਲਿਖਿਆ ਗਿਆ 6 ਜੂਨ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ, ਮੈਂ ਬਾਬਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ 6 ਜੂਨ ਦਾ ਜੋ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਉਸ ਤੋਂ ਪਹਿਲਾਂ ਜੋ ਅਨੰਦਪੁਰ ਸਾਹਿਬ ਦਾ ਮੋਰਚਾ ਲੱਗਾ, ਜੋ ਮੁੱਖ ਮੰਗ ਸੀ ਉਸ ਮੋਰਚੇ ਨੂੰ ਬਾਅਦ ਦੇ ਵਿੱਚ ਮੰਗ ਨੂੰ ਮੋਰਚੇ ਵਿੱਚ ਤਬਦੀਲ ਕੀਤਾ ਗਿਆ। ਜਿਹੜੀ ਮੰਗ ਸੀ ਅੱਜ ਤੱਕਰ ਵੀ ਉਸੇ ਤਰ੍ਹਾਂ ਖੜ੍ਹੀ ਹੈ, ਔਰ ਜਿਹੜੀਆਂ ਮੰਗਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਰੱਖੀਆਂ, ਅੱਜ ਪੂਰੇ ਦੇਸ਼ ਦੀਆਂ ਖੇਤਰੀ ਪਾਰਟੀਆਂ ਉਸ ਮੋਰਚੇ ਦੇ ਮੁਤਾਬਕ ਮੰਗਾਂ ਦੀ ਮੰਗ ਕਰਦੀਆਂ ਨੇ ਕੇਂਦਰ ਸਰਕਾਰ ਤੋਂ। ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਵਾਂ ਕਿ ਇੱਕ ਕਿਤਾਬਜਾ ਛਪਾਇਆ ਜਾਵੇ ਔਰ 6 ਜੂਨ ਨੂੰ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦਿੱਤਾ ਜਾਵੇ, ਸੋਸ਼ਲ ਮੀਡੀਏ 'ਤੇ ਪਹਿਲਾਂ ਉਹਦਾ ਪ੍ਰਚਾਰ ਕੀਤਾ ਜਾਵੇ ਕਿ 6 ਜੂਨ ਦਾ ਜੋ ਘੱਲੂਘਾਰਾ ਵਾਪਰਿਆ, ਜੋ ਸਮੇਂ ਦੀ ਹਕੂਮਤ ਨੇ ਜਾਣ ਬੁੱਝ ਕੇ ਸਿੱਖਾਂ ਦੇ ਗੁਰਧਾਮਾਂ 'ਤੇ ਹਮਲਾ ਕੀਤਾ, ਇੱਕ ਸਾਜਿਸ਼ ਅਧੀਨ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਦਾਨੇ ਆ, ਉਹੀਓ ਮੰਗ ਅੱਜ ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਕਰ ਰਹੀਆਂ ਨੇ। ਇਹਦੇ ਨਾਲ ਹੀ ਜੋ 35ਵਾਂ ਸ਼ਹੀਦੀ ਦਿਹਾੜਾ 6 ਜੂਨ ਨੂੰ ਮਨਾਇਆ ਜਾਣਾ, ਮੈਂ ਮੰਗ ਕਰਦਾ ਵਾਂ ਪੰਜਾਬ ਸਰਕਾਰ ਤੋਂ ਕਿ 35ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਛੁੱਟੀ ਦਾ ਐਲਾਨ ਕਰੇ, ਔਰ ਉਹਦੀ ਜੋ ਸ਼ੁਰੂਆਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਅਦਾਰਿਆਂ ਨੂੰ ਬੰਦ ਕਰਕੇ ਇਸ ਦਾ ਐਲਾਨ ਕਰੇ, ਤਾਂ ਜੋ ਇਸ ਜੋ 6 ਜੂਨ ਦਾ ਸ਼ਹੀਦੀ ਦਿਹਾੜਾ, ਇਹਦੀ ਜਿਹੜੀ ਗੂੰਜ ਹੈ ਉਹ ਸਰਕਾਰੀ ਅਦਾਰਿਆਂ ਤੱਕ ਪਹੁੰਚ ਸਕੇ। ਜਿਹੜੀਆਂ ਸਰਕਾਰਾਂ ਹਰ ਸਮੇਂ ਸਿੱਖਾਂ ਦੇ ਖਿਲਾਫ ਵਿਰੋਧ ਭਾਵਨਾ ਰੱਖਦੀਆਂ ਨੇ, ਸੋ ਜੋ ਸੰਗਤਾਂ ਲਿਆਉਣ ਦੀ ਗੱਲ ਹੈ, ਮੈਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਭਿੰਡਰਾਂ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਦੇ ਚਰਨਾਂ 'ਚ ਕਿ ਲੁਧਿਆਣੇ ਤੋਂ ਜਿੱਥੋਂ ਜਲੰਧਰ ਤੋਂ ਸੰਗਤਾਂ ਆਉਣਗੀਆਂ, ਉੱਥੇ ਲੁਧਿਆਣੇ ਤੋਂ, ਇਆਲੀ ਤੋਂ ਔਰ ਜਸਪਾਲ ਬਾਂਗਰ ਤੋਂ,
ਅਤੇ ਉਹਦੇ ਨਾਲ ਹੀ ਮੁੰਡੀਆਂ ਪਿੰਡ ਤੋਂ ਵੀ ਸੰਗਤਾਂ ਇੱਥੇ ਸ਼ਹੀਦੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨਗੀਆਂ। ਜੋ ਫਲੈਕਸ ਬੋਰਡ ਨੇ ਉਹ ਜਲੰਧਰ ਦੇ ਨਾਲ ਨਾਲ ਦੇ ਹਲਕਿਆਂ ਵਿੱਚ ਲਾਏ ਜਾਣਗੇ। ਇੰਨੀਆਂ ਬੇਨਤੀਆਂ ਕਰਦਾ ਖਮਾਂ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਬੇਨਤੀ ਕਰ ਰਿਹਾ ਭਾਈ ਸੁਖਜਿੰਦਰ ਸਿੰਘ ਜੀ ਮਾਨਸਾ, ਮਾਨਸਾ ਤੋਂ ਆਏ ਨੇ ਹਰਿਆਣੇ ਦੇ ਲਾਗੋਂ ਸਟੇਜ 'ਤੇ ਆਉਣ। ਭਾਈ ਸੁਖਜਿੰਦਰ ਸਿੰਘ ਮਾਨਸਾ, ਸਮੁੱਚੀਆਂ ਸੰਗਤਾਂ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਜੋ ਅੱਜ ਮੀਟਿੰਗ ਦੇ ਰੂਪ ਵਿੱਚ ਇੱਥੇ ਪਹੁੰਚੀਆਂ ਨੇ, ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾਸ ਨੂੰ ਇੱਥੇ ਪਹਿਲੀ ਵਾਰੀ ਮੌਕਾ ਮਿਲਿਆ ਹੈ ਸਟੇਜ 'ਤੇ ਤੁਹਾਡੇ ਨਾਲ ਵਿਚਾਰਾਂ ਕਰਨ ਦਾ। ਸੋ ਪਿਛਲੀ ਵਾਰੀ ਵੀ ਦਾਸ ਨੂੰ ਇੱਥੇ ਸੰਗਤ ਲਿਆਉਣ ਦਾ ਮੌਕਾ ਮਿਲਿਆ ਸੀ, ਪਰ ਮੈਂ ਅੱਜ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਸਮੁੱਚੀ ਸਿੱਖ ਸੰਗਤ ਨੂੰ ਯਕੀਨ ਦਿਵਾਉਣਾ ਹੈ ਕਿ ਸਰਦੂਲਗੜ੍ਹ ਤੋਂ ਲੈ ਕੇ ਜਿੰਨੇ ਵੀ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਘੱਟੋ ਘੱਟ 15 ਬੱਸਾਂ ਤਕਰੀਬਨ ਛੱਤ ਦੇ ਉੱਪਰ ਵੀ ਸੰਗਤ ਬਹਿ ਕੇ ਆਵੇਗੀ। ਇੰਨੀ ਸੰਗਤ, ਕਿਉਂਕਿ ਮੈਂ ਪਹਿਲਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਿਹਾ, ਹਰ ਰੋਜ਼ ਜਾ ਰਿਹਾ, ਅੱਜ ਤੋਂ 20 ਦਿਨ ਪਹਿਲਾਂ ਦਾ ਮੀਟਿੰਗਾਂ ਕਰ ਰਿਹਾ। ਨੌਜਵਾਨਾਂ ਵਿੱਚ ਬੀਬੀਆਂ ਭੈਣਾਂ ਨੇ ਜੋ ਵੀਰ ਬਜ਼ੁਰਗ ਨੇ ਸਾਰਿਆਂ ਵਿੱਚ ਉਤਸ਼ਾਹ ਵੀ ਅਸੀਂ ਚੌਂਕ ਮਹਿਤਾ ਵਿਖੇ ਜਾਈਏ। ਸੋ ਮੈਂ ਇੱਕ ਬੇਨਤੀ ਕਰਦਾ ਕਿ ਸਰਦੂਲਗੜ੍ਹ ਤੋਂ ਲੈ ਕੇ ਵੱਖ ਵੱਖ ਪਿੰਡਾਂ ਦੇ ਵਿੱਚ ਹਰਿਆਣੇ ਦੇ ਬਾਰਡਰ ਤੱਕ ਇੱਕ ਫਲੈਕਸ ਬੋਰਡ ਲਗਾਏ ਜਾਣਗੇ, ਜੋ ਕਿ ਹਰ ਪਿੰਡ ਦੇ ਵਿੱਚ ਹੀ ਫਲੈਕਸ ਬੋਰਡ ਲਗਾਇਆ ਜਾਵੇਗਾ। ਅਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਹੁੰਮ ਹਮਾ ਕੇ ਜੋ ਸੰਗਤਾਂ ਚੌਂਕ ਮਹਿਤਾ ਵਿਖੇ 5 ਜੂਨ ਨੂੰ ਹੀ ਇੱਥੇ ਪਹੁੰਚ ਜਾਣਗੀਆਂ, ਅਤੇ 10-15 ਗੱਡੀਆਂ ਦਾ ਕਾਫਲਾ ਲੈ ਕੇ ਇੱਥੇ ਪਹੁੰਚੇਗਾ। ਨਾਲ ਹੀ 50 ਫਲੈਕਸ ਬੋਰਡਾਂ ਦੀ ਦਾਸ ਵੱਲੋਂ ਬੇਨਤੀ ਆ ਵੀ 50 ਫਲੈਕਸ ਬੋਰਡ ਸਰਦੂਲਗੜ੍ਹ ਹਲਕੇ ਦੇ ਵਿੱਚ ਲਗਾਏ ਜਾਣਗੇ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਚਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਧੰਨਵਾਦ ਕਰਦਾ ਹੋਇਆ ਬਿਨੈ ਕਰ ਰਿਹਾ ਸਟੇਜ 'ਤੇ ਆਉਣ ਲਈ ਭਾਈ ਅਮਰਵੀਰ ਸਿੰਘ ਜੀ ਢੋਟ, ਫੈਡਰੇਸ਼ਨ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਾਹਿਬ। ਇੱਕ ਇਹ ਵੀ ਚੇਤਾ ਕਰਾ ਦੇਵਾਂ, ਇਹ ਸਾਰੇ ਫਲੈਕਸ 28-29 ਤੱਕ ਲੱਗ ਜਾਣੇ ਚਾਹੀਦੇ ਨੇ। ਥੋੜ੍ਹਾ ਜਿਹਾ ਨੈੱਟ ਵੇਖ ਲਿਓ, ਮੌਸਮ ਵੇਖ ਲਿਓ, 28 ਜਾਂ 29 ਮਈ ਤੱਕ ਲੱਗ ਜਾਣ, ਤਾਂ ਕਿ 6 ਜੂਨ ਤੱਕ ਡਿਊ ਐਡਵਰਟਾਈਜਮੈਂਟ ਹੋ ਸਕੇ। ਆਓ ਢੋਟ ਸਾਹਿਬ ਜੀ ਦੇ ਵਿਚਾਰ ਸੁਣੀਏ। ਦਮਦਮੀ ਟਕਸਾਲ ਦੀ ਕੇਂਦਰੀ ਸਥਾਨ ਵਿਖੇ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਦਮਦਮੀ ਟਕਸਾਲ ਵਿਖੇ ਸ਼ਹੀਦਾਂ ਨੂੰ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਗਮ ਕਰਵਾਏ ਜਾਂਦੇ ਹਨ, ਅੱਜ ਉਸ ਦੀ ਮੀਟਿੰਗ ਦੇ ਵਿੱਚ ਸਮੂਹ ਜਥੇਬੰਦੀਆਂ ਪਹੁੰਚੀਆਂ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਪਹੁੰਚੇ ਹਨ, ਹੋਰ ਵੀ ਸੰਤ ਮਹਾਂਪੁਰਸ਼ ਪਹੁੰਚੇ ਹਨ। ਮੈਂ ਸਾਰਿਆਂ ਨੂੰ ਇੱਥੇ ਆਉਣ 'ਤੇ ਜਿਉਂ ਆਖਦਾ ਹਾਂ ਅਤੇ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਿੱਖ ਸਕੂਲ ਫੈਡਰੇਸ਼ਨ ਦਾ ਦਮਦਮੀ ਟਕਸਾਲ ਦੇ ਨਾਲ ਹਮੇਸ਼ਾ ਹੀ ਗਹਿਰਾ ਸੰਬੰਧ ਰਿਹਾ ਹੈ, ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਜਾਂਦੇ ਹਨ।
ਅਤੇ ਜਦੋਂ ਵੀ ਸਿੱਖ ਕੌਮ ਨੂੰ ਕੋਈ ਭੀੜ ਪੈਂਦੀ ਹੈ ਬਾਬਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਗਵਾਈ ਕੀਤੀ ਹੈ। ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਫੈਡਰੇਸ਼ਨ ਮਹਿਤਾ ਹਮੇਸ਼ਾ ਹੀ ਦਮ ਦਮ ਟਕਸਾਲ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਬਾਬਾ ਜੀ ਵੱਲੋਂ ਜੋ ਹੁਕਮ ਲਾਏ ਗਏ ਹਨ ਫੈਡਰੇਸ਼ਨ ਮਹਿਤਾ ਵੱਲੋਂ ਨੌਜਵਾਨਾਂ ਵੱਲੋਂ ਪੰਜਾਬ ਭਰ ਦੇ ਵਿੱਚੋਂ 50 ਗੱਡੀਆਂ ਦਾ ਜਾਂ ਕਾਫਲਾ ਇੱਥੇ ਪਹੁੰਚੇਗਾ ਅਤੇ 50 ਦੇ ਗਰੀਬ ਜੀ ਬੋਰਡਾਂ ਦੀ ਸੇਵਾ ਕੀਤੀ ਜਾਵੇਗੀ ਅਤੇ ਮੈਂ ਸ਼ਰਾਰਤੀ ਅੰਸਰਾਂ ਨੂੰ ਵੀ ਤਾੜਨਾ ਕਰਦਾ ਹਾਂ। ਪਿਛਲੇ ਸਮੇਂ ਦੌਰਾਨ ਵੀ ਕੋਈ ਸ਼ਰਾਰਤੀ ਅੰਸਰ ਜਦੋਂ ਇਸੇ ਕੌਮ ਦਾ ਇਹ ਦਿਹਾੜਾ ਮਨਾਉਂਦੇ ਹਾਂ ਅਤੇ ਕੋਈ ਸ਼ਿਵ ਸੈਨਾ ਦੇ ਅੰਸਰ ਜਿਹੜੇ ਨੇ ਉਹ ਕੋਝੀਆਂ ਚਾਲਾਂ ਚੱਲਦੇ ਹਨ। ਪਿਛਲੇ ਸਮੇਂ ਦੌਰਾਨ ਵੀ ਸ਼ਿਵ ਸੈਨਾ ਦਾ ਜਿਹੜਾ ਸੁਧੀਰ ਸੂਰੀ ਸੀ ਫੈਡਰੇਸ਼ਨ ਮਹਿਤਾ ਵੱਲੋਂ ਉਸ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਸੀ ਅਤੇ ਹੁਣ ਵੀ ਤਾੜਨਾ ਕਰਦੇ ਹੋਏ ਸ਼ਰਾਰਤੀ ਅੰਸਰਾਂ ਨੂੰ ਜੇ ਕਿਸੇ ਨੇ ਵੀ ਕੋਈ ਕੋਝੀ ਚਾਲ ਚੱਲੀ ਫੈਡਰੇਸ਼ਨ ਮਹਿਤਾ ਵੱਲੋਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਅਖੀਰ ਵਿੱਚ ਮੈਂ ਸਮੁੱਚੀਆਂ ਸੰਗਤਾਂ ਦਾ ਸਿਉਂ 'ਤੇ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਸ਼ੋਰਟ ਐਂਡ ਵੈਰੀ ਇਫੈਕਟਿਵ ਬੇਨਤੀ ਕਰਨ ਜਾ ਰਿਹਾ ਹੁਣ ਬਾਬਾ ਸੱਜਣ ਸਿੰਘ ਜੀ ਅਲਗੋਂ ਕੋਠੀ ਵਾਲੇ, ਬਾਬਾ ਸੱਜਣ ਸਿੰਘ ਜੀ ਅਲਗੋਂ ਕੋਠੀ। ਵਾਹਿਗੁਰੂ ਜੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਵੱਖ ਵੱਖ ਬੁਲਾਰਿਆਂ ਨੇ, ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ 6 ਜੂਨ ਦੇ ਸੰਬੰਧ ਵਿੱਚ ਇਕੱਤਰਤਾ ਹੋ ਰਹੀ ਹੈ, ਜਿਹਦੇ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਉਹ ਸਮਾਗਮ ਜੋ ਉਹਨਾਂ ਦੀ ਅਗਵਾਈ ਵਿੱਚ ਹੁੰਦਾ ਹੈ, ਦੇਸ਼ ਦੇ ਕੋਨਿਆਂ ਵਿੱਚ ਨਾਮ ਪਤਾ ਹੈ, ਅੱਜ 6 ਜੂਨ ਦਾ ਸਮਾਗਮ ਹੈੱਡਕੁਆਟਰ ਵਿਖੇ ਹੋਣਾ ਹੈ, ਜੋ ਮਹਾਂਪੁਰਖਾਂ ਦੇ ਆਸ਼ੀਰਵਾਦ ਦੇ ਨਾਲ ਜੋ 21 ਬੱਸਾਂ ਦੀ ਸੇਵਾ ਜੋ ਲਾਈ ਹੈ, ਜੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਉਹ ਸੰਗਤਾਂ ਵੱਧ ਚੜ੍ਹ ਕੇ ਆਉਣਗੀਆਂ, ਉਹਦੇ ਵਿੱਚ ਬਹੁਤ ਵੱਡਾ ਸਹਿਯੋਗ ਜੋ ਦਮਦਮੀ ਟਕਸਾਲ ਦੇ ਪ੍ਰਾਤਨ ਵਿਦਿਆਰਥੀ ਅਤੇ ਸਰਦਾਰ ਜਿੰਦਰ ਸਿੰਘ ਜੀ ਮਹਿਤਾ ਸਾਹਿਬ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਜਾ ਸੱਜਣ ਸਿੰਘ ਜੀ ਬਜਮਾਨ, ਭਾਈ ਰਾਮ ਸਿੰਘ ਜੀ, ਇਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਕਿਉਂਕਿ ਮੈਂ ਇਹਨਾਂ ਦਾ ਮੁਲਾਜ਼ਮ ਹਾਂ ਅਤੇ ਇਹਨਾਂ ਨੇ ਮੈਨੂੰ ਛੁੱਟੀ ਛਾਟੀ ਦੇਣੀ, ਸੰਗਤਾਂ ਫੇਰ ਹੀ ਆਉਣੀਆਂ, ਇਹ ਵੀ ਤੁਹਾਡਾ ਵੱਡਾ ਵੱਡਾ ਸਹਿਯੋਗ ਹੈ। ਸੋ ਇਸ ਕਰਕੇ ਮੈਂ ਇੱਕ ਬਾਬਾ ਜੀ ਨੂੰ ਵਧਾਈ ਦਿੰਦਾ ਹੈ ਕਿ ਸੂਸਾ ਨਗਰ ਹੁਸ਼ਿਆਰਪੁਰ ਦੇ ਵਿੱਚ ਜੋ ਸੰਤ ਬਾਬਾ ਜੀਵਾ ਸਿੰਘ ਜੀ ਮਹਾਂਪੁਰਖਾਂ ਨੇ ਦੱਸਿਆ ਕਿ ਬਹੁਤ ਵੱਡੇ ਸਮਾਗਮ ਉੱਥੇ ਹੋਏ, ਸੋ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਵਧਾਈ ਹੈ ਜਿਨ੍ਹਾਂ ਨੇ ਦਮਦਮੀ ਟਕਸਾਲ ਨੂੰ ਇਹ ਸੇਵਾ ਸੌਂਪੀ। ਨਾਲ ਨਾਲ ਜਿਹੜਾ ਕਈ ਸਿੰਘਾਂ ਨੇ ਦਾਸ ਨੂੰ ਕਿਹਾ ਕਿ ਸਾਡਾ ਦੀਵਾਨ ਹਾਲ ਛੋਟਾ ਹੈ, ਉਹ ਮਹਾਂਪੁਰਖਾਂ ਨੇ ਬਹੁਤ ਵੱਡਾ ਕਰਤਾ ਅਤੇ ਆਹ ਜੋ ਦਰਸ਼ਨੀ ਡਿਉੜੀ ਇਹ ਬਣਾਉਂਦੀ ਹੈ, ਇਹ ਬਹੁਤ ਵੱਡੇ ਸੋਹਣੇ ਕਾਰਜ ਕੀਤੇ ਨੇ। ਜਿੱਥੇ ਜਿੱਥੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਗਰ ਕੀਰਤਨ, ਉੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਇਹਨਾਂ ਮਹਾਂਪੁਰਖਾਂ ਨੇ ਗੁਰਦੁਆਰਾ ਗੁਰਦਰਸ਼ਨ ਪੁਰਖ ਚੌਂਕ ਮਹਿਤਾ ਦੀ ਜਾਇਦਾਦ ਬੜੀ ਬਣਾਉਂਦੀ ਹੈ। ਜਿੱਥੇ ਵੀ ਜਾਓ ਇਹ ਦਮਦਮੀ ਟਕਸਾਲ ਦਾ ਡੇਰਾ ਹੈ, ਜਾਂ ਇੱਥੇ ਬਹੁਤ ਵੱਡੇ ਸੋਹਣੇ ਲੰਗਰ ਹਾਲ ਆ ਕਮਰੇ ਸਿੰਘਾਂ ਵਿਦਿਆਰਥੀਆਂ ਵਾਸਤੇ ਬਣ ਰਹੇ ਨੇ, ਜੋ ਮਹਾਂਪੁਰਖਾਂ ਦਾ ਇਹ ਸਦਾ ਆਸ਼ੀਰਵਾਦ ਸਾਡੇ ਨਾਲ। ਉੱਥੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬੜਾ ਵੱਡਾ ਸਹਿਯੋਗ ਹੈ। ਸੋ ਆਪ ਜੀ ਨਾਲ ਨਾਲ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਜਿਵੇਂ ਆਪਾਂ ਇੱਥੇ ਸਮਾਗਮ 6 ਜੂਨ ਦਾ ਮਨਾਉਂਦੇ ਹਾਂ, ਉੱਥੇ ਵੱਡੇ ਵੱਡੇ ਪੱਧਰ 'ਤੇ ਮਾਝੇ 'ਚ ਜਿਵੇਂ ਦੁਆਬੇ 'ਚ ਆਪ ਜੀ ਨੇ ਮਨਾਇਆ,
ਇੱਕ ਮਾਲਵੇ 'ਚ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਵਿੱਚ ਮੈਨੂੰ ਬਾਬਾ ਜੀਵਾ ਸਿੰਘ ਜੀ ਮਹਾਂਪੁਰਖ ਕਹਿ ਰਹੇ ਸੀ ਕਿ ਉੱਥੇ ਵੀ ਆਪਾਂ ਵੱਡੇ ਪੱਧਰ 'ਤੇ ਸਮਾਗਮ ਮਨਾਇਆ ਕਰੀਏ, ਜੋ ਅੰਮ੍ਰਿਤ ਸੰਚਾਰ ਦੇ ਵੱਡੇ ਵੱਡੇ ਇਹ ਪ੍ਰਬੰਧ ਆਪਾਂ ਕਰਿਆ ਕਰੀਏ। ਜੋ ਇੰਨੀਆਂ ਬੇਨਤੀਆਂ ਕਰਦਾ ਮੈਂ ਦਾਸ, ਇਹ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਜੀ ਭਾਈ ਰਾਮ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਵੀ ਕਿ ਬੜੇ ਹੀ ਇਸ ਦਮਦਮੀ ਤੱਕ ਸਾਲ ਨਾਲ ਅਟੈਚਡ ਨੇ, ਬੜਾ ਪਿਆਰ ਰੱਖਦੇ ਨੇ, ਹਮੇਸ਼ਾ ਅਗਵਾਈ ਕਰਦੇ ਨੇ ਬਹੁਤ ਕਾਰਜਾਂ ਦੇ ਵਿੱਚ। ਮੁਕਤਸਰ ਬਹੁਤ ਵੱਡੇ ਵੱਡੇ ਸਮਾਗਮ ਮਨਾ ਰਹੇ ਨੇ, ਆਓ ਉਹਨਾਂ ਪਾਸੋਂ ਵੀ ਵਿਚਾਰ ਸੁਣੀਏ। ਪਰਮ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਜੁੜ ਮਿਲ ਬੈਠੇ ਸੰਤ ਮਹਾਂਪੁਰਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਸਮੁੱਚੇ ਇਲਾਕੇ ਦੇ ਵਿੱਚੋਂ ਆਏ ਹੋਏ ਮੁਖੀ ਸੱਜਣ ਸਾਹਿਬਾਨ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 6 ਜੂਨ ਦਾ ਦਿਨ ਜੋ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਹਰ ਸਾਲ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਉਸ ਨੂੰ ਕਾਮਯਾਬ ਕਰਨ ਵਾਸਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਪ ਸਭ ਸੱਜਣ ਆਏ ਹੋ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਸਰਵਣ ਕੀਤੇ ਹੈ। ਦਾਸ ਨੂੰ ਹੁਕਮ ਹੋਇਆ ਮਹਾਂਪੁਰਖਾਂ ਦਾ, ਮੈਂ ਬੇਨਤੀ ਕੀਤੀ ਸੀ ਮਹਾਂਪੁਰਖਾਂ ਨੂੰ, ਮੈਂ ਤਾਂ ਤੁਹਾਡਾ ਵਿਦਿਆਰਥੀ ਹੈ ਔਰ ਸਾਨੂੰ ਜੋ ਹੁਕਮ ਮਹਾਂਪੁਰਖ ਸਾਨੂੰ ਕਰਨਗੇ ਅਸੀਂ ਉਸ ਦੇ ਉੱਪਰ ਪਹਿਰਾ ਦੇ ਕਰਕੇ ਆਪਣਾ ਜੀਵਨ ਸਫਲਾ ਕਰਾਂਗੇ। ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਜੋ ਵਿਚਾਰ ਇੱਥੇ ਆਏ ਨੇ, ਜੋ ਸੇਵਾ ਮਹਾਂਪੁਰਖ ਸਾਡੇ ਜੁੰਮੇ ਲਾਉਣਗੇ, ਦਾਸ ਦੇ ਜੁੰਮੇ ਲਾਉਣਗੇ, ਉਸ ਵਾਸਤੇ ਉਹਨਾਂ ਦਾ ਹੁਕਮ ਜਿਹੜਾ ਉਹ ਸਿਰ ਮੱਥੇ ਪ੍ਰਵਾਨ ਕਰਕੇ ਸੇਵਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਇਸ ਤਰ੍ਹਾਂ ਦੀਆਂ ਸੀਡੀਜ਼ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਇਹ ਸਾਰੇ ਫਿਗਰ ਹੋਣਗੇ। ਇਹ ਹੁਣ ਨਹੀਂ ਉੱਠਣਾ, ਜਾਣ ਲੱਗਿਆ ਆਪ ਜੀ ਨੇ ਇਹ ਸੀਡੀਜ਼ ਪ੍ਰਾਪਤ ਕਰ ਲੈਣੀਆਂ ਨੇ। ਇੱਥੇ ਟੇਬਲ ਲੱਗਾ ਹੋਇਆ, ਇਹਦੇ ਵਿੱਚ ਬਕਾਇਦਾ ਅਸੀਂ ਅਨਅਥੈਂਟਿਕ ਫਿਗਰ, ਅਨਅਥੈਂਟਿਕ ਵਰਗਰ ਆਪਣੀ ਫੋਟੋ ਹੇਠਾਂ ਲਾ ਸਕਦੇ ਹਾਂ। ਮੇਨ ਫੋਟੋ ਜਿਵੇਂ ਇੱਥੇ ਆ ਮਹਾਂਪੁਰਖਾਂ ਦੀ, ਜਿਵੇਂ ਇੱਥੇ ਹੋਰਨਾਂ ਸਭ ਮਹਾਂਪੁਰਖਾਂ ਦੇ ਨਾਲ ਜੋ ਕੰਸਰਨ, ਮੈਂ ਲੰਮਾ ਸਮਾਂ ਨਾ ਲਵਾਂ, ਇਹ ਸਭ ਫੋਟੋ ਨੇ ਦਰਬਾਰ ਸਾਹਿਬ ਦੀ ਕਿਵੇਂ ਵੀ, ਪਰ ਇਹੀ ਰਹੇ ਇਹੀ ਸੀ ਡੀ ਲੈ ਕੇ ਜਾਣਾ। ਹੁਣ ਹੀ ਉੱਠ ਕੇ CD ਮਿਲ ਜਾਏਗੀ ਅਤੇ ਆਪਣੀ ਫੋਟੋ ਹੇਠਾਂ ਤੁਸੀਂ ਅੰਕਿਤ ਕਰ ਸਕਦੇ ਹੋ, ਲਾਕਾ ਲਿਖ ਸਕਦੇ ਹੋ, ਇਹ ਬਹੁਤ ਜ਼ਰੂਰੀ ਹੈ। ਮੈਂ ਹੁਣ ਬੇਨਤੀ ਕਰਾਂ ਸੰਤ ਬਾਬਾ ਸੁਧ ਸਿੰਘ ਜੀ ਹੇਮਕੁੰਟ ਸਾਹਿਬ ਲੰਗਰਾਂ ਵਾਲੇ, ਉਹ ਵੀ ਪਹੁੰਚੇ ਨੇ। ਸੰਤ ਬਾਬਾ ਸੁਧ ਸਿੰਘ ਜੀ ਹੇਮਕੁੰਟ ਸਾਹਿਬ ਲੰਗਰਾਂ ਵਾਲੇ ਮਹਾਨ ਮਹਾਨ ਸੇਵਾ ਪਏ ਕਰਦੇ ਨੇ। ਉਹ 2 ਮਿੰਟ ਸਮਾਂ ਬਹੁਤ ਜ਼ਿਆਦਾ, 1 ਮਿੰਟ ਦੇ ਸਮੇਂ ਲਈ ਦਰਸ਼ਨ ਦਦਾਤ ਦੇ। ਪਰਮ ਸਤਿਕਾਰ
ਗੁਰੂ ਸਰੂਰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਸਿੰਘਾਂ ਦੀ ਯਾਦ 1984 6 ਜੂਨ ਖਾਲਸਾ ਪੰਥ ਦਮਦਮੀ ਟਕਸਾਲ ਹੈੱਡਕੁਆਟਰ ਮਹਿਤਾ ਚੌਂਕ ਵਿਖੇ ਦਮਦਮੀ ਟਕਸਾਲ ਦੇ ਸਾਰੇ ਵਿਦਿਆਰਥੀ, ਸ੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਵੱਡੀਆਂ ਵੱਡੀਆਂ ਸੇਵਾਵਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ ਜੋ ਕਬੂਲੀਆਂ ਅਤੇ ਕਬੂਲਦੇ ਹੈ। ਮੇਰੇ ਤੋਂ ਪਹਿਲਾਂ ਬਾਬਾ ਰਾਮ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਬੜੀ ਵਧੀਆ ਗੱਲ ਕਹਿ ਰਹੇ ਸੀ ਕਿ ਅਸੀਂ ਤਾਂ ਇੱਕ ਨਿਮਾਣੇ ਵਿਦਿਆਰਥੀ ਹਾਂ ਇਸ ਟਕਸਾਲ ਦੇ, ਜੋ ਵੀ ਮਹਾਂਪੁਰਸ਼ਾਂ ਦਾ ਹੁਕਮ ਹੈ ਉਹ ਸਿਰ ਮੱਥੇ ਹੈ, ਚਾਹੇ ਉਹ ਸੰਗਤ ਲਿਆਉਣ ਦਾ ਹੋਵੇ, ਚਾਹੇ ਉਹ ਲੰਗਰ ਲਾਉਣ ਦਾ ਹੋਵੇ, ਕੋਈ ਵੀ ਮਹਾਂਪੁਰਸ਼ਾਂ ਦਾ ਹੁਕਮ ਪ੍ਰਚਾਰ ਦਾ ਉਹ ਸਿਰ ਮੱਥੇ ਸਦਾ ਹੀ ਰੀਣੀ। ਅਸੀਂ ਤਾਂ ਇੰਨਾ ਵੇਖ ਕੇ ਖੁਸ਼ ਹੋ ਰਹੇ ਹਾਂ ਕਿ ਜਿਹੜਾ ਸਾਡਾ ਇਹ ਵੱਡਾ ਅਸਥਾਨ ਹੈ, ਇਹ ਸਾਡਾ ਹੈੱਡਕੁਆਟਰ ਹੈ, ਦਿਨ ਦੁੱਗਣੀਆਂ ਰਾਤ ਚੁੱਗਣੀਆਂ ਸੇਵਾਵਾਂ ਇੱਥੋਂ ਕੌਮ ਨੂੰ ਪ੍ਰਚਾਰ ਦੀਆਂ ਮਿਲ ਰਹੀਆਂ ਨੇ। ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੀ ਚਲਾਈ ਹੋਈ ਇਹ ਟਕਸਾਲ ਦਿਨ ਰਾਤ ਪ੍ਰਚਾਰ ਵਾਸਤੇ, ਪ੍ਰਸਾਰ ਵਾਸਤੇ ਔਰ ਵੱਡੀਆਂ ਵੱਡੀਆਂ ਬੁਲੰਦੀਆਂ ਨੂੰ ਛੋਹ ਰਹੀ ਹੈ। ਇਹਨੂੰ ਵੇਖ ਕੇ ਹੀ ਖੁਸ਼ ਹੁੰਦੇ ਹਾਂ ਕਿਉਂਕਿ ਅਸੀਂ ਤਾਂ ਨਿਮਾਣੇ ਵਿਦਿਆਰਥੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 60 ਸਕਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਭਾਈ ਸੰਦੀਪ ਸਿੰਘ ਜੀ AR, ਉਹਨਾਂ ਨੂੰ ਬੇਨਤੀ ਕਰਾਂਗਾ ਕਿ 60 ਸਕਿੰਟ ਸੰਗਤਾਂ ਦੇ ਦਰਸ਼ਨ ਕਰਨ ਅਤੇ ਯੰਗ ਬਲੱਡਡ ਹੋਣ ਦੇ ਨਾਤੇ ਆਪਣੀ ਕੰਟਰੀਬਿਊਸ਼ਨ ਆਪਣੇ ਪਿਤਾ ਜੀ ਵੱਲੋਂ ਵੀ ਕੰਟਰੀਬਿਊਸ਼ਨ ਦੱਸਣ। ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ ਬਿਰਾਜਮਾਨ ਬਾਬਾ ਹਰਨਾਮ ਸਿੰਘ ਜੀ ਖਾਲਸਾ ਅਤੇ ਵੱਖ ਵੱਖ ਸਿੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਅਤੇ ਇਲਾਕੇ ਦੇ ਮੋਹਤਬਰ ਸੱਜਣੋ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਇੱਕ ਛੋਟਾ ਨਿਮਾਣਾ ਜਿਹਾ ਇੱਕ ਵਰਕਰ ਹੈ, ਇਸ ਤੋਂ ਪਹਿਲਾਂ ਇੱਥੇ ਬਹੁਤ ਜ਼ਿਆਦਾ ਸਿੱਖ ਜਿਹੜੇ ਜਥੇਬੰਦੀਆਂ ਦੇ ਜਿਹੜੇ ਪ੍ਰਮੁੱਖ ਨੇ ਸਾਡੇ ਸੰਤ ਮਹਾਂਪੁਰਖ, ਉਹਨਾਂ ਨੇ ਆਪਣੇ ਵਿਚਾਰ ਰੱਖੇ ਆ। ਮੈਂ ਦਾਸ 'ਤੇ ਇਹੋ ਗੱਲ ਕਹੂੰਗਾ ਕਿ ਜੋ ਬਾਬਾ ਜੀ ਨੇ ਉਪਰਾਲਾ ਕੀਤਾ ਹੈ, ਜੋ ਸਿੰਘਾਂ ਨੇ ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਬਚਾਉਣ ਵਾਸਤੇ ਜੋ ਜੰਗ ਲੜੀ ਸੀਗੀ, ਉਸ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਦੀ ਯਾਦ ਵਿੱਚ ਜੋ ਇਹ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਦੇ ਨੇ, ਮੈਂ ਆਪਣੇ ਵੱਲੋਂ ਸਰਦਾਰ ਮਲਕੀਅਤ ਸਿੰਘ AR ਸਾਹਿਬ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਖਾਲਸਾ ਬਾਬਾ ਜੀ ਜੋ ਵੀ ਹੁਕਮ ਲਾਉਣਗੇ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਇੰਨਾ ਹੀ ਕਹਿੰਦਾ ਖੇਮਾ ਦਾ ਜਾਜੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਉੱਠਣਾ ਨਹੀਂ, ਉੱਠਣਾ ਨਹੀਂ, ਪੰਡਾਲ 'ਚ ਸੁਸ਼ੋਭਿਤ ਹੋਵੋ। ਸ਼ਹੀਦਾਂ ਦੀ ਯਾਦ 'ਚ ਬੈਠੇ ਹਾਂ, ਸਮਾਂ ਬਿਤਾਤੇ ਹਾਂ, ਅਰਜੋਈ ਹੈ। ਜਲ ਛੱਕ ਲਿਆ ਛਬੀਲ ਵਾਲੇ ਸਿੰਘੋ, ਆ ਜਾਓ। ਖਲੋਤੇ ਸਿੰਘੋ ਬੈਠੋ, ਜਾਣ ਵਾਲੇ ਸਿੰਘੋ ਵਾਸਤਾ ਰੱਬ ਦਾ ਕਹਿ ਦੇਵਾਂ, ਨਾ ਜਾਓ। ਕਿਉਂਕਿ
ਸ਼ਹੀਦਾਂ ਦਾ ਪੈਰਾ। ਰੀਅਲਾਈਜ਼ ਕਰੋ ਪਲੀਜ਼, ਕੁਝ ਮਿੰਟ ਹੋਰ ਲਵਾਂਗੇ। ਆਓ ਮੈਂ ਬੇਨਤੀ ਕਰਾਂ, ਭਾਈ ਸੁਖਪਾਲ ਵੀਰ ਸਿੰਘ ਜੀ, ਸੁਖਪਾਲ ਵੀਰ ਸਿੰਘ ਜੀ ਜਲਾਲਾਬਾਦ ਵਾਲੇ, ਉਹ ਵੀ ਆ ਕੇ ਸਕਿੰਟਾਂ 'ਚ ਹੀ ਆਪਣੀ ਗੱਲ ਸਮੇਟ ਕੇ ਅਗਲੇ ਬੁਲਾਰੇ ਨੂੰ ਟਾਈਮ ਦੇਣ। ਸਮਾਂ ਬਹੁਤ ਥੋੜ੍ਹਾ, ਸੰਗਤ ਕਾਹਲੀ ਹੈ, ਅਸੀਂ ਸਮੇਟਣਾ ਹੈ ਸਮਾਗਮ ਇਨ ਟਾਈਮ। ਭਾਈ ਸੁਖਪਾਲ ਵੀਰ ਸਿੰਘ ਜੀ ਜਲਾਲਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਲਾਲਾਬਾਦ ਵਿਖੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਾਤਸ਼ਾਹੀ ਦਸਵੀਂ ਫੱਤੂ ਸਮੂਹ ਦੀਆਂ ਟਾਹਲੀਆਂ ਤੋਂ 40 ਗੱਡੀਆਂ ਦਾ ਕਾਫਲਾ ਲੈ ਕੇ 5 ਜੂਨ ਨੂੰ ਮਹਿਤਾ ਸਾਹਿਬ ਵਿਖੇ ਪਹੁੰਚਾਂਗੇ ਅਤੇ ਇਲਾਕੇ ਵਿੱਚ ਜਿੱਥੇ ਵੀ ਫਲੈਕਸ ਬੋਰਡ ਦੀ ਜ਼ਰੂਰਤ ਅਤੇ ਸਾਨੂੰ ਸਹੀ ਜਗ੍ਹਾ ਮਿਲੇਗੀ ਉੱਥੇ ਲਗਾਏ ਜਾਣਗੇ ਅਤੇ ਪ੍ਰਬੰਧ ਵਾਸਤੇ ਅਸੀਂ ਜੋ ਸਾਡੀਆਂ ਸੇਵਾਵਾਂ ਹੋਣਗੀਆਂ ਉਸ ਵਾਸਤੇ ਅਸੀਂ ਸਿੰਘ ਇੱਕ ਦਿਨ ਪਹਿਲੇ ਹੀ ਇੱਥੇ ਭੇਜ ਦਿਆਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਕੈਪਟਨ ਬਲਬੀਰ ਸਿੰਘ ਜੀ ਬਾਠ, ਸਾਬਕਾ ਮੰਤਰੀ ਪੰਜਾਬ ਸਰਕਾਰ, ਸੰਗਤ ਨੂੰ ਮੈਂ ਬੇਨਤੀ ਕੀਤੀ ਹੈ ਮਹਾਂਪੁਰਖਾਂ ਦੇ ਵੀ ਸਮਾਪਤੀ ਕਰਨ ਦੇ ਇਸ ਸਟੇਜ 'ਤੇ ਆ ਗਏ ਨੇ, ਮਹਾਂਪੁਰਖਾਂ ਨੂੰ ਵੀ ਇਹ ਨਸੀਹਤ ਮਿਲ ਗਈ ਆ। ਦੇਖੋ ਸਾਹਮਣੇ ਮੈਨੂੰ ਦਿਸਦੇ ਪਏ ਨੇ, ਜਾਣ ਦੀ ਐਨਕਾਂ ਲਗਾਈਆਂ ਨੇ, ਮੈਂ ਮੇਰੀ ਗਲਤੀ ਆ, ਤੁਸੀਂ ਗਏ ਨਹੀਂ ਪਰ ਗਏ ਲੱਗਦੇ ਹੋ, ਪਲੀਜ਼ 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 ਮੈਂ ਵਾਸਤਾ ਪਾ ਰਿਹਾ, ਮਹਾਂਪੁਰਖ ਕਲੋਜ਼ ਅਪ ਕਰਨ ਲੱਗੇ ਨੇ। ਸੰਗਤ ਜੀ ਤੁਸੀਂ ਪਿੱਛੇ ਖਲੋਤੇ ਹੋ, ਆਓ ਬੈਠੋ ਪੰਡਾਲ 'ਚ ਬੈਠੋ। ਸੰਗਤ ਜੀ ਇੱਕ ਦੋ ਸਿੰਘ ਡਿਊਟੀਆਂ 'ਤੇ ਰਹੋ, ਆਓ ਪੰਡਾਲ 'ਚ ਬੈਠੋ, ਸਕੂਟਰ ਵਾਲੇ ਪਾਸੇ ਔਰ ਥੰਮਾਂ ਲੱਗੇ ਔਰ ਛਬੀਲ ਲੱਗੇ, ਸਮਾਂ ਵੇਸਟ ਹੋ ਰਿਹਾ। ਮੈਂ ਬੇਨਤੀ ਕੀਤੀ ਹੈ ਹੁਣ ਕੁਝ ਮਿੰਟ, ਭਾਵ ਸਵਾ ਮਿੰਟ ਕਹਿ ਦਈਏ, ਕੈਪਟਨ ਬਲਬੀਰ ਸਿੰਘ ਜੀ ਬਾਠ, ਸਾਬਕਾ ਮੰਤਰੀ ਪੰਜਾਬ ਸਰਕਾਰ, ਨਿੱਗਰ ਰਾਏ ਦਿਆ ਕਰਦੇ ਨੇ ਬਾਠ ਸਾਹਿਬ ਜੀ। ਪਰ ਪਰਮ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਬੁੱਧ ਸਿੰਘ ਜੀ, ਸਮੂਹ ਸੰਤ ਜਨ, ਮੈਂਬਰ ਸ਼੍ਰੋਮਣੀ ਕਮੇਟੀ ਸਾਹਿਬਾਨ, ਗੁਰੂ ਰੂਪ ਖਾਲਸਾ ਜੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਵਾਇਤੀ ਸ਼ਬਦ ਨੇ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ, ਔਰ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਦਾ ਇਤਿਹਾਸ ਬਹੁਤ ਲੰਮਾ ਨਹੀਂ ਰਹਿ ਜਾਂਦਾ। ਹੁਣ ਸਵਾਲ ਇਹ ਹੈ ਕਿ ਕੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਕੇਵਲ ਅਤੇ ਕੇਵਲ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਜ਼ਿੰਮੇਵਾਰੀ ਹੈ? ਬਹੁਤ ਵੱਡੀ ਸ਼ਹਾਦਤ ਹੈ ਸਿੱਖ ਕੌਮ ਦੇ ਇਤਿਹਾਸ ਸੰਤ ਬਾਬਾ ਜਰਨੈਲ ਸਿੰਘ ਜੀ ਔਰ ਉਹਨਾਂ ਦੇ ਸਾਥੀਆਂ ਦੀ। ਮੈਂ ਬਾਬਾ ਜੀ ਰਾਹੀਂ ਬੇਨਤੀ ਕਰਦਾ, ਬਾਬਾ ਬੁੱਧ ਸਿੰਘ ਜੀ ਬੈਠੇ ਨੇ, ਆਪਦੇ ਬਹੁਤ ਵੱਡੇ ਵੱਡੇ ਯੂਨਿਟ ਨੇ ਸਾਰੇ ਹਿੰਦੁਸਤਾਨ 'ਚ, ਸਾਰੀ ਦੁਨੀਆ 'ਤੇ
ਤੁਹਾਡੇ ਯੂਨਿਟ ਨੇ, ਗੁਰੂ ਘਰ ਨੇ ਮੈਂ ਬਾਬਾ ਜੀ ਨੂੰ ਬੇਨਤੀ ਦਿਆਂ ਕਰਨ, ਬਾਬਾ ਜੀ ਕਿੱਥੇ ਤੁਹਾਡਾ ਧਿਆਨ ਇੱਧਰ ਲੈਣਾ ਹੈ। ਦਮਦਮੀ ਟਕਸਾਲ ਦੇ ਬਹੁਤ ਵੱਡੇ ਯੂਨਿਟ ਅਤੇ ਗੁਰੂ ਘਰ ਨੇ ਬਾਬਾ ਬੁੱਧ ਸਿੰਘ, ਬਾਬਾ ਹਜ਼ਾਰਾ ਸਿੰਘ ਨਾਲ ਸੰਬੰਧਿਤ ਇਵੇਂ ਗੁਰੂ ਘਰ ਨੇ ਸਾਰੇ ਹਿੰਦੁਸਤਾਨ 'ਤੇ ਔਰ ਸਾਰੇ ਸੰਸਾਰ 'ਤੇ। ਕਿਉਂ ਨਾ ਇਹ ਦਿਹਾੜਾ ਅੱਜ ਦੇ ਦਿਨ ਹੀ ਸ਼ਹੀਦਾਂ ਨੂੰ ਸਮਰਪਿਤ ਸਾਰੀ ਦੁਨੀਆ 'ਤੇ ਮਨਾਇਆ ਜਾਵੇ, ਚੰਗਾ ਲੱਗੇਗਾ। ਮਨਾਉਂਦੇ ਸਾਰੇ ਨੇ ਔਰ ਸਾਰਾ ਸਾਲ ਹੀ ਮਨਾਉਂਦੇ ਰਹਿੰਦੇ ਨੇ, ਔਰ ਉਹਦਾ ਚਾਨਣ ਦਾ ਬਹੁਤਾ ਕੋਈ ਅਸਰ ਨਹੀਂ ਰਹਿ ਜਾਂਦਾ, ਖਿਲਰ ਜਾਂਦਾ ਚਾਨਣ। ਮੈਂ ਬਹੁਤਾ ਵਿਚਾਰ ਨਾ ਰੱਖਾਂ ਸਮੇਂ ਨੂੰ ਮੱਦੇਨਜ਼ਰ ਰੱਖਦਿਆਂ ਬੇਨਤੀ ਕਰਦਾ, ਬਾਬਾ ਜੀ ਜੋ ਡਿਊਟੀ ਸਾਨੂੰ ਤੁਸੀਂ ਬਖਸ਼ੀ ਹੈ ਉਹ ਤੋਂ ਅਸੀਂ ਸੁਚੇਤ ਹਾਂ, ਸਾਡੇ ਸਿਰ 'ਤੇ ਹੱਥ ਰੱਖਿਓ ਔਰ ਉਹ ਡਿਊਟੀ ਅਸੀਂ ਠੀਕ ਕਰ ਸਕੀਏ, ਕਿਰਪਾ ਕਰੋ। ਨੰਬਰ 3 ਬੇਨਤੀ ਹੈ ਕਿ ਸੰਗਤਾਂ ਦੀ ਬੇਨਤੀ ਮੰਨ ਕੇ ਆਪਨੇ GT ਰੋਡ ਤੋਂ ਗੁਰੂ ਘਰ ਤੱਕ ਬਹੁਤ ਸੋਹਣੇ ਦਰਖਤ ਲਗਵਾ ਦਿੱਤੇ ਨੇ, ਬੜੀ ਕਿਰਪਾ ਕੀਤੀ ਹੈ। ਗੁਰੂ ਘਰ ਦਾ ਸ਼ਿੰਗਾਰ ਹੋਰ ਵੀ ਸੋਹਣਾ ਬਣ ਗਿਆ ਹੈ, ਸੱਜੇ ਬੰਨੇ ਘਾਟ ਮਹਿਸੂਸ ਹੁੰਦੀ ਹੈ। ਇੱਕ ਘਾਟ ਵੱਡੀ ਮਹਿਸੂਸ ਹੋ ਰਹੀ ਹੈ ਕਿ ਬਿਜਲੀ ਦੀਆਂ ਤਾਰਾਂ ਕਿਉਂ ਨਾ ਕੇਬਲ ਪਾ ਦਿਓ, ਤੁਹਾਡਾ ਹੁਕਮ ਕਿਸੇ ਨੇ ਮੋੜਨਾ ਨਹੀਂ ਹੈ। ਦੋਵੇਂ ਬੰਨੇ ਕੇਬਲ ਬਣਾ ਦਿਓ ਅਤੇ ਦਰਖਤ ਬਚੇ ਰਹਿਣਗੇ, ਬਾਕੀ ਜੋ ਡਿਊਟੀ ਆਪਨੇ ਬਖਸ਼ਣੀ ਹੁਕਮ ਲਾਓਗੇ। ਸਿਰ ਮੱਥੇ 'ਤੇ ਧੰਨ ਭਾਗ ਸਾਡੇ ਵੱਡੇ ਮਸਤਕ ਨੇ। ਔਰ ਆਖਰੀ ਬੇਨਤੀ ਮੈਂ ਸਿੱਖ ਜਗਤ ਨੂੰ ਕਰਦਾ ਕਿ ਬਾਬਾ ਜੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਇਸ ਮੌਸਮ ਦੇ ਬਾਵਜੂਦ ਵੀ ਸਿਰ 'ਤੇ ਚੁੱਕੀ ਹੈ, ਪਿੰਡ ਪਿੰਡ ਜਾ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਰਹੇ ਨੇ, ਕਰਨ ਗੁਰੂ ਘਰ ਨਾਲ ਜੋੜ ਰਹੇ ਨੇ। ਸਿੱਖ ਕੌਮ ਆਪਦੀ ਰਿਣੀ ਹੈ, ਆਪਦੇ ਧਨਵਾਦੀ ਹੈ। ਇਹਨਾਂ ਸ਼ਬਦਾਂ ਨਾਲ ਆਪਦਾ ਧੰਨਵਾਦ ਕਰਦਾ ਹੋਇਆ ਖਿਮਾ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਮੇਂ ਦੀ ਘਾਟ ਕਾਰਨ ਸੰਗਤ ਰੂਪ ਵਿੱਚ ਬੈਠੇ ਨੇ, ਇਲਾਕੇ ਦੇ ਸੰਤ ਮਹਾਂਪੁਰਖ ਵੀ, ਪਰ ਸਾਰਿਆਂ ਨੂੰ ਬੁਲਾਇਆ ਨਹੀਂ ਜਾਣਾ। ਉਹਨਾਂ ਦੇ ਵੱਲੋਂ ਸੰਤ ਬਾਬਾ ਗੁਰਭੇਜ ਸਿੰਘ ਜੀ ਬੁਲਾਰੇ ਸੰਤ ਸਮਾਗਮ, ਉਹਨਾਂ ਨੂੰ ਬੇਨਤੀ ਕਰ ਰਿਹਾ, ਜਿੰਨੇ ਵੀ ਇਲਾਕੇ ਦੇ ਸਮੁੱਚੇ ਰੂਪ 'ਚ ਸੰਤ ਮਹਾਂਪੁਰਖ ਦਰਜਨ ਤੋਂ ਉੱਪਰ ਇੱਥੇ ਹਾਜ਼ਰ ਨੇ, ਉਹਨਾਂ ਦੇ ਵੱਲੋਂ ਆਪ ਜੀ 2 ਮਿੰਟ ਦੇ ਸਮੇਂ ਤੋਂ ਪਹਿਲੇ ਪਹਿਲੇ ਹਾਜ਼ਰੀਆਂ ਪਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਆਪ ਜੀਆਂ ਨੂੰ ਭਲੀ ਭਾਂਤ ਪਤਾ ਹੈ, ਸਮੁੱਚਾ ਸੰਤ ਸਮਾਜ ਔਰ ਬਹੁਤ ਦੂਰ ਦੂਰਾਂ ਤੋਂ ਤੁਸੀਂ ਮਹਾਂਪੁਰਖਾਂ ਦੇ ਵਿਚਾਰ ਅਤੇ ਉਹਨਾਂ ਦੇ ਡਿਸਟ੍ਰਿਕਟ ਲੈਵਲ ਦੀਆਂ ਗੱਲਾਂ ਸਰਵਣ ਕੀਤੀਆਂ। ਮੈਂ ਅੱਧੇ ਮਿੰਟ ਵਿੱਚ ਸਮਾਪਤੀ ਕਰਾਂਗਾ। ਵਿਸ਼ਵਾਸ ਦਿਵਾਉਂਦੇ ਹਾਂ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲੇ ਬਾਬਾ ਜੀ, ਜੋ ਪਿਆਰ ਆਪ ਜੀ ਤੋਂ ਸੰਗਤ ਨੂੰ ਮਿਲਦਾ ਹੈ, ਠੀਕ ਹੈ ਸਮੇਂ ਸਮੇਂ ਅਨੁਸਾਰ ਸਾਰੇ ਮਹਾਂਪੁਰਖਾਂ ਦੀਆਂ ਡਿਊਟੀਆਂ ਦਮਦਮੀ ਟਕਸਾਲ ਦੇ ਅੰਦਰ ਲੱਗੀਆਂ ਔਰ
ਜੋ ਪਿਆਰ ਦਾ ਕੇਂਦਰ ਦਮਦਮੀ ਟਕਸਾਲ ਦੇ ਐਸ ਪਵਿੱਤਰ ਵਿਹੜੇ ਵਿੱਚ ਮਿਲਦਾ ਹੈ ਉਹ ਕਿਤਿਓਂ ਪ੍ਰਾਪਤ ਨਹੀਂ ਹੁੰਦਾ ਹੈ। ਜੋ ਆਪ ਕੋ ਪਿਆਰ ਦੀ ਐਸੀ ਚੁੰਬਕ ਹੈ, ਮੈਨੂੰ ਐਂ ਜਾਪਦਾ ਹੈ ਕਿ ਜੋ ਆਪ ਜੀ ਦੇ ਦਰਸ਼ਨ ਕਰਦਾ ਹੈ ਉਹ ਇਹੀ ਸਮਝਦਾ ਹੈ ਕਿ ਸਾਰਾ ਪਿਆਰ ਬਾਬਾ ਜੀਆਂ ਨੇ ਸਾਡੀ ਝੋਲੀ 'ਚ ਪਾ ਦਿੱਤਾ ਹੈ। ਹੁਣ ਮੈਂ ਬਹੁਤ ਲੰਮਾ ਨਾ ਸਮਾਂ ਲਵਾਂ। ਬਾਬਾ ਜੀ, ਹਰ ਸਾਲ ਦੀ ਤਰ੍ਹਾਂ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਦੂਰਾਂ ਦੂਰਾਂ ਤੋਂ ਜਿਹੜੇ ਮਹਾਂਪੁਰਖ ਆਏ ਉਹਨਾਂ ਨੇ ਸੇਵਾਵਾਂ ਲਈਆਂ। ਬਾਬਾ ਬੁੱਧ ਸਿੰਘ ਜੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ 100 ਬੱਸ ਦਾ ਕਾਫਲਾ ਔਰ ਬੋਰਡ ਲਾਉਣ ਦੀਆਂ ਸੇਵਾਵਾਂ ਲਈਆਂ। ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਕਿ 250 ਬੱਸ, 250 ਫਲਿਕਸ ਬੋਰਡ ਜਿਹੜਾ ਹੈ ਉਹ ਡਾਕਟਰ ਸਾਹਿਬ ਔਰ ਹਰਸ਼ਦੀਪ ਦਮਦਮੀ ਟਕਸਾਲ ਦੇ ਜ਼ਿੰਮੇਵਾਰ ਸ਼ਖਸ ਜਿੱਥੇ ਉਹਨਾਂ ਨੂੰ ਲੋੜ ਹੋਵੇਗੀ ਉਹ ਦਾਸ ਨੂੰ ਹੁਕਮ ਕਰਨਗੇ ਅਤੇ ਅਸੀਂ ਉਹ ਸੇਵਾਵਾਂ ਖਿੜੇ ਮੱਥੇ ਪ੍ਰਵਾਨ ਕਰਾਂਗੇ। ਹੁਣ ਮੈਂ ਸਮੁੱਚੇ ਸੰਤ ਸਮਾਜ ਮਾਝੇ ਵੱਲੋਂ ਬੇਨਤੀ ਕਰਨ ਚੱਲਿਆ ਹਾਂ, ਜਿਹਦੇ ਵਿੱਚ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ, ਬਾਬਾ ਸੁੱਖਾ ਸਿੰਘ ਜੀ ਜੋਤੀ ਸਾਹਿਬ ਜੰਡਿਆਲਾ ਗੁਰੂ, ਬਾਬਾ ਸੁਖਵੰਤ ਸਿੰਘ ਜੀ ਚੰਨਣਕੇ, ਬਾਬਾ ਗੁਰਦੀਪ ਸਿੰਘ ਜੀ ਚੰਨਣਕੇ, ਬਾਬਾ ਨਵਤੇਜ ਸਿੰਘ ਜੀ ਚੇਲੇਆਣਾ ਸਾਹਿਬ, ਬਾਬਾ ਸਵਰਨ ਸਿੰਘ ਜੀ ਰਸੂਲਪੁਰ, ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ ਸਾਹਿਬ ਔਰ ਬਹੁਤ ਸਤਿਕਾਰਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ। ਬਾਬਾ ਜੀ, ਮੈਨੂੰ ਹੁਣੇ ਮਹਾਂਪੁਰਖ ਕਹਿ ਰਹੇ ਸਨ ਕਿ ਬਾਬਾ ਜੀਆਂ ਦੇ ਚਰਨਾਂ 'ਚ ਬੇਨਤੀ ਕਰੋ ਕਿ ਉਹ ਦਿਨ ਅਸੀਂ ਛੁੱਟੀ ਵੀ ਕਰਾਂਗੇ ਔਰ 250 ਬੱਚਾ ਜਿਹੜਾ ਜਵਾਨ ਹੈ ਸਕੂਲ ਅੰਦਰ ਕਾਲਜ ਅੰਦਰ ਉਹ ਸੇਵਾ ਵਾਸਤੇ ਭੇਜਾਂਗੇ ਅਤੇ ਸਾਰੀਆਂ ਬੱਸਾਂ ਜਿਹੜੀਆਂ ਨੇ ਮਹਾਂਪੁਰਖਾਂ ਦੇ ਚਰਨਾਂ 'ਚ ਸੰਗਤ ਨਾਲ ਭਰ ਕੇ ਹਾਜ਼ਰ ਕਰਾਂਗੇ ਕਿਉਂਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਪਾਵਨ ਸਥਾਨ ਹੈ। ਸਾਡੇ ਸਿਰ 'ਤੇ ਹੱਥ ਰੱਖਿਓ, ਅਸੀਂ ਸਮੁੱਚਾ ਸੰਤ ਸਮਾਜ ਇਕੱਠੇ ਰਹੀਏ ਔਰ ਦੂਰਾਂ ਦੂਰਾਂ ਤੋਂ ਆਈ ਸੰਗਤ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਇਲਾਕਾ ਹੈ, ਸਾਡੇ ਵੱਡੇ ਭਾਗ ਨੇ ਜਿੱਥੇ ਮਹਾਂਪੁਰਖਾਂ ਨੇ ਐਡਾ ਵੱਡਾ ਸਿੱਖੀ ਦਾ ਕੇਂਦਰ ਬਣਾਇਆ ਹੈ। ਅਸੀਂ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦੇ ਹਾਂ। ਤੁਸੀਂ ਦੂਰਾਂ ਦੂਰਾਂ ਤੋਂ ਆਣ ਕੇ ਸਾਡੇ ਮੋਹਰੇ ਹੋ ਕੇ ਸੇਵਾ ਕਰਦੇ ਹੋ। ਬੋਲਿਆ ਚਾਲਿਆ ਮਾਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਬਹੁਤ ਹੋ ਚੁੱਕਾ, ਇਸ ਲਈ ਮੈਂ 30 ਸਕਿੰਟ ਲਈ ਬੇਨਤੀ ਕਰ ਰਿਹਾ ਭਾਈ ਸ਼ਮਸ਼ੇਰ ਸਿੰਘ ਜੇਠੂ ਵੱਲ 30 ਸਕਿੰਟ ਲਈ, ਉਹਨਾਂ ਤੋਂ ਬਾਅਦ ਗਿਆਨੀ ਪਰਮਿੰਦਰਪਾਲ ਸਿੰਘ ਜੀ ਬੁੱਢਰ ਉਹ ਵੀ 30 ਸਕਿੰਟ ਲਈ ਅਤੇ ਫਿਰ ਕਲੋਜ਼ ਅਪ ਕਰਾਂਗੇ। ਇਸ ਲਈ ਬੇਨਤੀ ਪ੍ਰਵਾਨ ਕਰਦੇ ਭਾਈ ਸ਼ਮਸ਼ੇਰ ਸਿੰਘ ਜੀ ਜੇਠੂ ਵੱਲ। ਸ਼ਹੀਦਾਂ ਸੰਤਾਂ ਮਹਾਂਪੁਰਖਾਂ ਹੱਠੀਆਂ ਜੱਪੀਆਂ ਤਪੀਆਂ ਮਹਾਂਪੁਰਖਾਂ ਦੇ ਅਸਥਾਨ 'ਤੇ ਵਿਰਾਜਮਾਨ ਗੁਰੂ ਰੂਪ ਸਾਧ ਸੰਗਤ ਖਾਲਸਾ ਜੀ, ਆਓ ਫਤਿਹ ਨਾਲ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਬਾਬਤ ਫਰੀਦਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਐਸੇ ਮਹਾਂਪੁਰਸ਼
ਜਿਨ੍ਹਾਂ ਨੇ ਆਪਣੀ ਚੰਗਿਆਈ ਦੇ ਨਾਲ ਬੁਰਿਆਈ 'ਤੇ ਫਤਿਹ ਪਾ ਲਈ ਅਤੇ ਉਹਨਾਂ ਦੇ ਵਿਰੁੱਧ 15 ਸਾਲ ਕੂੜ ਪ੍ਰਚਾਰ ਕਰਨ ਵਾਲੇ ਲੋਕ ਵੀ ਪਛਤਾ ਰਹੇ ਨੇ। ਐਸੀ ਸ਼ਖਸੀਅਤ ਦਮਦਮੀ ਟਕਸਾਲ ਦੇ ਇਸ ਮਹਾਨ ਅਸਥਾਨ 'ਤੇ ਅਸੀਂ ਵੱਡੇ ਭਾਗ ਸਮਝਦੇ ਹਾਂ। ਅਸਲ ਇਹ ਕਾਰਜ ਹੈ ਸਿੱਖ ਪੰਥ ਦਾ, ਸੰਗਤ ਨੂੰ ਜੋੜਨਾ, ਬਾਲ ਫੁਲਵਾੜੀ ਨੂੰ ਜੋੜਨਾ ਔਰ ਜੋੜ ਮੇਲੇ ਮਨਾਉਣੇ। ਮਹਾਂਪੁਰਖਾਂ ਨੇ ਇਹ ਬੜਾ ਵੱਡਾ ਕਾਰਜ ਹੈ ਜੋ ਆਪ ਸਭ ਸੰਤਾਂ ਮਹਾਂਪੁਰਖਾਂ ਰਾਜਸੀ ਧਾਰਮਿਕ ਆਗੂਆਂ ਦੀ ਸਹਿਯੋਗ ਸਦਕਾ ਨੇਪਰੇ ਚਾੜ ਰਹੇ ਹਨ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਹਨ ਤਾਰੀਫ ਲਈ। ਮਹਾਂਪੁਰਖਾਂ ਨੇ ਗੁਰੂ ਘਰ ਦੀਆਂ ਦੋਖੀ ਤਾਕਤਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਕਿ ਉਹ ਆਪਣੀ ਮੌਤ 'ਤੇ ਆਪ ਹੀ ਮਰ ਗਏ ਔਰ ਹਰ ਖੇਤਰ ਵਿੱਚ ਬਾਬਾ ਹਰਨਾਮ ਸਿੰਘ ਜੀ ਨੇ ਵਿੱਦਿਅਕ ਖੇਤਰ ਦੇ ਵਿੱਚ, ਧਾਰਮਿਕ ਖੇਤਰ ਦੇ ਵਿੱਚ ਜਿਹੜੀ ਇੱਕ ਨਵੇਂ ਕਿਸਮ ਦੀ ਚਿਣਕ ਪੈਦਾ ਕੀਤੀ, ਹਰ ਸਿੱਖ ਜਿਹੜਾ ਹੈ ਉਹਨੂੰ ਸਿੱਖਣ ਨੂੰ ਮਿਲਿਆ ਮਹਾਂਪੁਰਖਾਂ ਦੇ ਕੋਲੋਂ ਕਿ ਕਿਵੇਂ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਕਰੀ ਜਾਣੀਆਂ ਨੇ। ਜਿਹੜਾ ਜੋ ਬੋਲਦਾ ਹੈ ਉਹਦਾ ਜਵਾਬ ਸਮਾਂ ਦੇਵੇਗਾ ਔਰ ਜਿਹੜੇ ਲੋਕ ਬਰਦਾਸ਼ਤ ਹੀ ਨਹੀਂ ਸੀ ਕਰਦੇ ਟਕਸਾਲ ਨੂੰ, ਅੱਜ ਉਹਨਾਂ ਲੋਕਾਂ ਨੂੰ ਆਪਣੇ ਆਪ ਉੱਤਰ ਮਿਲ ਗਿਆ ਕਿ ਟਕਸਾਲ ਗੁਰੂ ਕਲਗੀਧਰ ਪਾਤਸ਼ਾਹ ਦੀ ਇਹ ਗੱਲਾਂ ਨਾਲ ਗੱਲਾਂ ਕਰਨ ਵਾਲੇ ਗੱਲਾਂ ਜੋਗੇ ਹੀ ਰਹਿ ਗਏ ਨੇ ਔਰ ਅਸੀਂ ਮਹਾਂਪੁਰਖਾਂ ਦਾ ਆਸ਼ੀਰਵਾਦ ਮਿਲਿਆ। ਸਾਡੇ ਵੱਡੇ ਭਾਗ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੇ ਨਾਮ ਆਪਣੇ ਏਰੀਆ ਦੇ ਵਿੱਚ ਨਗਰ ਜੇਠੂਵਾਲ, ਸੋਈਆਂ, ਜਹਾਂਗੀਰ, ਮੁਦਲ ਤੋਂ ਜਿਹੜਾ ਵੇਰਕੇ ਤੱਕ ਦਾ ਏਰੀਆ ਉੱਥੇ ਫਲੈਕਸ ਬੋਰਡ ਦੀ ਸੇਵਾ ਕਰਾਂਗੇ। ਨਾਲ ਬਾਬਾ ਜੀ ਅਜਾਬ ਸਿੰਘ ਜੀ ਮੱਖਣ ਮੰਡੀ ਵਾਲੇ ਮਹਾਂਪੁਰਖ, ਉਹਨਾਂ ਦੇ ਉਦਮ ਨਾਲ 2 ਬੱਸਾਂ ਦੀ ਜਿਹੜੀ ਸੇਵਾ ਉਹ ਨਿਭਾਵਾਂਗੇ। ਇੰਨਾ ਕੁਝ ਕਹਿੰਦਾ ਖਿਮਾ ਦਾ ਜਾਚਕ ਹਾਂ, ਸਾਰੀ ਸੰਗਤ ਦਾ, ਮਹਾਂਪੁਰਖਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਦੀਵਾਨ ਵੀ ਲਵਾਇਆ ਕਰਦੇ ਨੇ, ਐਤਕੀ ਫਿਰ ਇਸ ਹਫ਼ਤੇ ਦੇ ਵਿੱਚ ਹੈ। ਪਰਮਿੰਦਰਪਾਲ ਸਿੰਘ ਜੀ, ਡਾਕਟਰ ਸਾਹਿਬ, ਗਿਆਨੀ ਸਾਹਿਬ ਸਟੇਜ 'ਤੇ ਆ ਗਏ ਨੇ। ਸਾਰਾ ਅਪ੍ਰੈਲ ਦਾ ਮਹੀਨਾ ਜ਼ਿਲ੍ਹਾ ਗੁਰਦਾਸਪੁਰ 'ਚ 30, 35, 40 ਸਮਾਗਮ ਇਹਨਾਂ ਨੇ ਕਰਵਾਏ ਨੇ। ਸੋ ਸਮਾਂ ਸੰਕੋਚ ਕਰਦਿਆਂ ਅਖੀਰ 'ਤੇ ਟਾਈਮ ਦਿੱਤਾ ਗਿਆ ਇਹਨਾਂ ਨੂੰ। ਗਿਆਨੀ ਪਰਮਿੰਦਰਪਾਲ ਸਿੰਘ ਜੀ ਬੁੱਢਰ। ਗੁਰੂ ਕੀ ਸਾਜਨੀਵਾਦ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਤਿਕਾਰਯੋਗ ਸਮੁੱਚੇ ਮਹਾਂਪੁਰਖ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 6 ਜੂਨ ਦਾ ਸ਼ਹੀਦੀ ਜੋੜ ਮੇਲਾ ਵੱਡੇ ਪੱਧਰ 'ਤੇ ਮਨਾਉਣ ਵਾਸਤੇ ਹਰ ਸਾਲ ਇਹ ਜਿਹੜੀ ਅੱਜ ਦੀ ਇਕੱਤਰਤਾ ਹੈ ਇਹ ਬਹੁਤ ਅਹਿਮ ਹੋਇਆ ਕਰਦੀ ਹੈ ਅਤੇ ਸੰਗਤਾਂ ਭਲੀ ਪ੍ਰਕਾਰ ਇਸ ਬਾਰੇ ਜਾਣਦੀਆਂ ਵੀ ਨੇ। ਸਮਾਂ ਨਹੀਂ ਕਿ ਮੈਂ ਸੰਗਤਾਂ ਦੇ ਨਾਲ ਕੋਈ ਬਹੁਤੀ ਵਿਚਾਰ ਕਰ ਸਕਾਂ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮੁੱਖ ਤੌਰ 'ਤੇ ਵੱਡੀਆਂ ਸੇਵਾਵਾਂ ਸਾਡੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਨੇ ਲਈਆਂ ਨੇ ਔਰ ਤਿਨ੍ਹਾਂ ਦੇ ਨਾਲ ਨਾਲ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਸਾਡੇ ਪਰਮ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ ਸਾਹਿਬ ਵਾਲੇ, ਉਹਨਾਂ ਦੇ ਸਪੁੱਤਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ, ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇ ਵਾਹ ਵਾਲੇ ਸੰਗਤ ਵਿੱਚ ਸੁਭਾਏ ਮਾਨ ਹਨ, ਜਥੇਦਾਰ ਬਾਬਾ ਕਿਰਪਾ ਸਿੰਘ ਜੀ, ਜਥੇਦਾਰ ਬਾਬਾ ਭੁਪਿੰਦਰ ਸਿੰਘ ਜੀ ਕਾਲਵਾਂ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਸਤਨਾਮ ਸਿੰਘ ਜੀ ਜੱਫਰਵਾਲ ਵਾਲੇ, ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਸਹਾਏਪੁਰ ਤੋਂ, ਭਾਈ ਦਵਿੰਦਰ ਸਿੰਘ ਜੀ ਤਿੱਬੜ,
ਹੋਰ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਅਨੇਕਾਂ ਹੀ ਸਿੰਘ ਹਨ, ਸਾਰੇ ਹੀ ਤਨ ਮਨ ਧਨ ਦੇ ਨਾਲ ਭਾਈ ਮੋਹਨ ਸਿੰਘ ਜੀ ਕਾਦੀਆਂ ਨੇੜੇ ਨੰਗਲ ਤੋਂ ਉਹ ਵੀ ਹਾਜ਼ਰੀ ਭਰ ਰਹੇ ਨੇ। ਸਮੁੱਚੀਆਂ ਗੁਰਦਾਸਪੁਰ ਜ਼ਿਲ੍ਹਾ ਨਿਵਾਸੀ ਜੋ ਸੰਗਤਾਂ ਹਨ, ਇਹਨਾਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦੀ ਅਗਵਾਈ ਹੇਠ ਜਿੱਥੇ ਵੱਧ ਚੜ੍ਹ ਉਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੀਆਂ, ਉੱਥੇ ਨਾਲ ਹੀ ਨਾਲ ਮਹਾਂਪੁਰਖਾਂ ਦੇ ਵੱਲੋਂ ਜੋ ਜੋ ਵੀ ਸੇਵਾਵਾਂ ਜਿੰਮੇ ਲੱਗਣਗੀਆਂ, ਉਹਨਾਂ ਸੇਵਾਵਾਂ ਨੂੰ ਨਿਭਾਉਣ ਵਾਸਤੇ ਵੀ ਸਾਰੀਆਂ ਸੰਗਤਾਂ ਅਤੇ ਸਾਰੇ ਇਹ ਜ਼ਿੰਮੇਵਾਰ ਸੱਜਣ ਜਿਹੜੇ ਨੇ ਤਤਪਰ ਰਹਿਣਗੇ। ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ, ਸੇਵਾਵਾਂ ਨਿਭਾਉਣ ਦਾ ਬਲ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਇੱਕ ਬੇਨਤੀ ਮੈਂ ਜ਼ਰੂਰ ਕਰ ਦੇਵਾਂ ਸਾਧ ਸੰਗਤ ਜੀ, ਜੋ ਦਮਦਮੀ ਟਕਸਾਲ ਦੇ ਵਿਰੋਧੀ ਹਰ ਸਾਲ ਗੱਲ ਉਠਾਉਂਦੇ ਨੇ, ਸ਼ਾਇਦ ਐਤਕੀ ਵੀ ਉਠਾਉਣ ਕਿ ਦੇਖੋ ਜੀ ਘੱਲੂਘਾਰਾ ਤਾਂ ਅੰਮ੍ਰਿਤਸਰ ਵਾਪਰਿਆ ਅਤੇ ਸਮਾਗਮ ਮਹਿਤੇ ਕਿਉਂ ਕੀਤੇ ਜਾਂਦੇ ਨੇ, ਕੋਈ ਹੋਰ ਗੱਲ ਨਹੀਂ ਲੱਭਦੀ ਤਾਂ ਇਹ ਐਵੇਂ ਸ਼ੋਸ਼ਾ ਜਿਹਾ ਛੱਡ ਦਿੰਦੇ ਨੇ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਜੋ ਸਮਾਗਮ ਹੁੰਦੇ ਨੇ ਅਕਾਲ ਤਖਤ ਸਾਹਿਬ 'ਤੇ, ਸਾਰਿਆਂ ਨੂੰ ਪਤਾ ਕਿ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇ ਦੇ ਸਿੰਘਾਂ ਸਮੇਤ ਉਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀ ਭਰਦੇ ਨੇ, ਅਤੇ ਪਿਛਲਿਆਂ ਸਾਲਾਂ ਵਿੱਚ ਮਹਾਂਪੁਰਖਾਂ ਨੇ ਜੇ ਇਹ ਬਚਨ ਕਹੇ, ਮੈਂ ਸੰਗਤਾਂ ਨੂੰ ਚੇਤੇ ਕਰਾਵਾਂ ਕਿ ਇਹ ਜੋ ਅਸਥਾਨ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਇਹ ਉਹਨਾਂ ਮਹਾਨ ਸਾਰੇ ਸ਼ਹੀਦ ਸਿੰਘਾਂ ਦੀ ਕਰਮ ਭੂਮੀ ਹੈ, ਇਹ ਉਹਨਾਂ ਦਾ ਘਰ ਹੈ, ਅਤੇ ਜੇ ਉਹਨਾਂ ਸ਼ਹੀਦਾਂ ਦੀ ਯਾਦ ਉਹਨਾਂ ਦੇ ਘਰ ਵਿੱਚ ਨਾ ਮਨਾਈ ਜਾਵੇ ਤਾਂ ਭਲਾ ਕਿੱਥੇ ਮਨਾਈ ਜਾਣੀ ਹੈ। ਨਿੰਦਕਾਂ ਨੇ ਆਪਣਾ ਕੰਮ ਕਰੀ ਜਾਣਾ ਹੈ, ਮਹਾਂਪੁਰਖਾਂ ਨੇ ਕੌਮ ਦੀ ਸੇਵਾ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਹੀ ਨਿਭਾਈ ਜਾਣੀ ਹੈ। ਸਤਿਗੁਰੂ ਆਪ ਅੰਗ ਸੰਗ ਸਹਾਈ ਹੋਣਗੇ। ਇੰਨੀਆਂ ਬੇਨਤੀਆਂ ਕਰਦਿਆਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਗਿਆਨੀ ਜੀ ਨੇ ਸ਼ੂਸ਼ਾਂ ਦੇ ਵਿੱਚ ਵੀ ਬਹੁਤ ਬਹੁਤ ਨਿੱਗਰ ਸੇਵਾ ਕੀਤੀ ਹੈ ਅਤੇ ਕਰਦੇ ਆ ਰਹੇ ਆ, ਸਾਲਾਂ ਬੱਧੀ ਆ ਰਹੇ ਨੇ। ਹੁਣ ਅਸੀਂ ਸਿਰਫ ਲਾਸਟ ਅਤੇ ਲਾਸਟ ਵਨ ਦੋ ਹੀ ਬੁਲਾਰੇ ਬੁਲਾਉਣੇ ਨੇ, ਬਾਕੀਆਂ ਕੋਲ ਮਾਫੀ ਹੈ। ਅਤੇ ਲਾਸਟ ਬਟ ਵਨ 'ਚ ਮੈਂ ਬੁਲਾ ਰਿਹਾ ਸਿੰਘ ਸਾਹਿਬ ਜਸਬੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਆਪ ਜੀ ਨੇ ਕਿਤੇ ਜਾਣਾ ਸੀ ਪਰ ਸੰਗਤਾਂ ਦੇ ਪਿਆਰ 'ਚ ਵੱਜੇ ਵੱਜੇ ਦੋ ਘੰਟੇ ਲੇਟ ਹੋ ਗਏ ਨੇ। ਆਓ ਸਿੰਘ ਸਾਹਿਬ ਜੀ ਦੇ ਵਿਚਾਰ ਸੁਣੀਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ, ਸ਼ਹੀਦ ਪਰਿਵਾਰ, ਸ਼ਹੀਦਾਂ ਦੇ ਸੱਜਣ ਮਿੱਤਰ, ਸ਼ਹੀਦਾਂ ਦੇ ਸਹਿਯੋਗੀ, ਸਾਰੇ ਦਮਦਮੀ ਟਕਸਾਲ ਨਾਲ ਸਹਿਯੋਗ ਰੱਖਣ ਵਾਲੇ ਗੁਰੂ ਕੇ ਪਿਆਰੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦੇ ਸੱਦੇ 'ਤੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਹਾਂ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਮੀਟਿੰਗ ਹੈ, ਹਰ ਸਾਲ ਦੀ ਤਰ੍ਹਾਂ ਆਪਾਂ ਇਹ 'ਚ ਕਈ ਫੈਸਲੇ, ਪਿਛਲੇ ਜੋ ਪ੍ਰਬੰਧਾਂ ਦੇ ਵਿੱਚ ਰਹੀਆਂ ਕਮੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਅਤੇ ਵੱਡੀ ਕੋਸ਼ਿਸ਼ ਬਾਬਾ ਜੀ ਦੀ ਇਹ ਹੈ ਕਿ ਪੰਜਾਬ ਦੇ ਘੱਟੋ ਘੱਟ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤ ਆਵੇ, ਉਹ ਇੱਥੇ ਪਹੁੰਚ ਕੇ 6 ਜੂਨ ਦੇ ਘੱਲੂਘਾਰੇ ਬਾਰੇ ਵਿਚਾਰਾਂ ਰੱਖੇ, ਵਿਚਾਰਾਂ ਸੁਣੇ, ਕਿਉਂਕਿ ਨਹੀਂ ਤਾਂ
ਇਕੱਠ ਤਾਂ ਨੇੜੇ ਨੇੜੇ ਪਿੰਡਾਂ 'ਚੋਂ ਹੀ ਬਹੁਤ ਹੋ ਸਕਦਾ, ਪਰ ਤੁਸੀਂ ਸਰਵਣ ਕੀਤਾ ਕੋਈ ਮਾਨਸਾ ਤੋਂ, ਕੋਈ ਬੁਢਲਾਡੇ ਤੋਂ, ਕੋਈ ਜਲਾਲਾਬਾਦ ਤੋਂ, ਕੋਈ ਚੰਦੋ ਕਲਾਂ ਤੋਂ, ਕਿੱਥੋਂ ਕਿੱਥੋਂ ਸੰਗਤਾਂ ਬੱਸਾਂ ਲੈ ਕੇ ਇੱਥੇ ਪਹੁੰਚ ਰਹੀਆਂ। ਮੈਂ ਵੀ ਬੇਨਤੀ ਕਰਾਂ ਕਿ ਤੁਹਾਨੂੰ ਨਜ਼ਰ ਆ ਹੀ ਗਿਆ ਹੋਣਾ ਹੈ ਕਿ ਸੰਗਤਾਂ ਦਾ ਜਿੱਡਾ ਵੱਡਾ ਇਕੱਠ ਹੁੰਦਾ ਇਸ ਪੰਡਾਲ ਦੇ ਸਾਹਮਣੇ। ਸਤਿਸੰਗ ਜੀ, ਜਦੋਂ ਆਪਾਂ 6 ਜੂਨ ਨੂੰ ਇੱਥੇ ਪੰਡਾਲ ਸਜਾਉਂਦੇ ਹਾਂ ਤਾਂ ਇੱਕ ਘੁੱਟਣ ਮਹਿਸੂਸ ਹੁੰਦੀ ਸੀ ਅਤੇ ਪੰਡਾਲ ਦੇ ਸਾਹਮਣੇ ਬਹੁਤ ਵੱਡੀ ਬਿਲਡਿੰਗ ਬਾਬਾ ਜੀ ਨੇ ਢਾ ਦਿੱਤੀ ਆ, ਉਹ ਤਾਂ ਕਿ ਪੰਡਾਲ ਹੋਰ ਖੁੱਲ੍ਹਾ ਹੋ ਜਾਵੇ, ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਸਤਿਸੰਗ ਜੀ, ਜੋ ਆਪਾਂ ਵਿਚਾਰਾਂ ਸੁਣੀਆਂ ਹੈ, ਭਾਵੇਂ ਸਿੱਖ ਕੌਮ ਦੇ ਕੇਂਦਰੀ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਵੇਰੇ ਸਮੂਹ ਸ਼ਹੀਦਾਂ ਦੇ ਅਖੰਡ ਪਾਠ ਸਾਹਿਬ ਰਖਵਾ ਕੇ ਭੋਗ ਪਾ ਦਿੱਤੇ ਜਾਂਦੇ ਨੇ, ਕੀਰਤਨ ਹੁੰਦਾ, ਅਰਦਾਸ ਹੁੰਦੀ ਹੈ, ਉਹ ਵੀ ਇੱਕ ਬਹੁਤ ਵੱਡਾ ਸੰਦੇਸ਼ ਹੈ। ਪਰ ਮੁੱਖ ਤੌਰ 'ਤੇ ਜਿਵੇਂ ਗਿਆਨੀ ਬੁੱਟਰ ਸਿੰਘ ਜੀ ਭਾਈ ਸਾਹਿਬ ਨੇ ਕਿਹਾ ਹੈ ਕਿ ਇਹ ਮਹਾਂਪੁਰਖਾਂ ਦੀ ਕਰਮ ਭੂਮੀ ਹੈ, ਸਮੂਹ ਜਥੇ ਦੇ ਸਿੰਘਾਂ ਦੀ ਔਰ ਸਹਿਯੋਗੀਆਂ ਦੀ। ਇੱਥੇ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹ ਆਪਣਾ ਇੱਕ ਮੁੱਖ ਫਰਜ਼ ਬਣਦਾ ਸੀ, ਇਹਦੇ 'ਤੇ ਹੁਣ ਜਿੰਨੀਆਂ ਤੁਸੀਂ ਵਿਚਾਰਾਂ ਕੀਤੀਆਂ ਹੈ, ਸਾਡੇ ਜਿਹੜੇ ਸਹਿਯੋਗੀ ਨੇ, ਹਮਦਰਦੀ ਨੇ, ਉਹਨਾਂ ਨੇ ਆਲ ਵਰਲਡ ਦੇ ਵਿੱਚੋਂ ਬੜੀ ਸ਼ਰਧਾ ਦੇ ਨਾਲ ਇਹਦੇ 'ਤੇ ਆਸਥਾ ਰੱਖਣੀ ਹੈ। ਆਪਣੇ ਘਰਾਂ ਵਿੱਚ ਛੁੱਟੀਆਂ ਲੈ ਕੇ, ਕੰਮਾਂ ਤੋਂ ਵਿਹਲੇ ਹੋ ਕੇ ਇਹ ਸਾਰਾ ਪ੍ਰੋਗਰਾਮ ਸੁਣਨਾ ਹੈ। ਅਤੇ ਜਿਹੜੇ ਸਾਡੇ ਕੁਝ ਮਤਭੇਦ ਰੱਖਣ ਵਾਲੇ ਆਪਣੇ ਹੀ ਮਨ ਦੇ ਵਿੱਚ ਵਿੰਗੇ ਟੇਢੇ ਹੋਏ ਫਿਰਦੇ ਨੇ, ਉਹਨਾਂ ਨੇ ਵੀ ਬੜੀ ਗੌਹ ਨਾਲ ਵੇਖਣਾ ਹੁੰਦਾ ਵੀ ਕੀ ਕਿੰਨਾ ਇਕੱਠ ਹੁੰਦਾ, ਕੀ ਕਰਦੇ ਨੇ, ਭਾਵੇਂ ਉਹ ਆਪਣੇ ਖਿਆਲ ਨਾਲ ਵੇਖਣ ਪਰ ਵੇਖਦੇ ਜ਼ਰੂਰ ਨੇ। ਇਸ ਵਾਸਤੇ ਇਹਦੇ ਨਾਲ ਨਾਲ ਹਿੰਦੁਸਤਾਨ ਦੀ ਗੌਰਮੈਂਟ ਨੂੰ ਵੀ ਇੱਕ ਚੈਲੰਜ ਆਉਂਦਾ ਹੈ, ਜਿਹੜੇ ਸਾਨੂੰ ਆਏ ਦਿਨ ਕਹਿੰਦੇ ਨੇ ਕਿ ਹੁਣ ਬਲੂ ਸਟਾਰ ਭੁੱਲ ਜਾਣਾ ਚਾਹੀਦਾ ਹੈ, ਘੱਲੂਘਾਰੇ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ। ਇੱਥੇ ਜਦੋਂ ਸਮਾਗਮ ਹੁੰਦਾ ਹੈ ਤਾਂ ਇੱਕ ਬਹੁਤ ਵੱਡਾ ਸੰਦੇਸ਼ ਜਾਂਦਾ ਦੁਨੀਆ ਵਿੱਚ, ਅਤੇ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਿੱਖ ਕੌਮ ਦੇ ਦਿਲਾਂ ਦੇ ਉੱਪਰ ਜੋ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਦਿਲਾਂ ਦੇ ਉੱਪਰ ਜ਼ਖਮ ਕੀਤੇ ਨੇ ਉਸ ਨੂੰ ਸਿੱਖ ਕੌਮ ਭੁੱਲ ਨਹੀਂ ਸਕਦੀ। ਆਏ ਸਾਲ ਸਾਨੂੰ ਇਸ ਦੀ ਯਾਦ ਆਉਂਦੀ ਹੈ, ਔਰ ਮੈਂ ਬੇਨਤੀ ਕਰਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰ ਕੇ ਆਪਾਂ ਨੂੰ ਲਿਆਉਣਾ ਚਾਹੀਦਾ। ਅੱਜ ਕੱਲ੍ਹ ਦਾ ਜਿਹੜਾ ਆ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹਦੇ 'ਤੇ ਬੜੀਆਂ ਵੱਡੀਆਂ ਗੱਲਾਂ ਚੱਲ ਪਈਆਂ ਵੀ ਨਹੀਂ ਜੀ ਕੁਛ ਨਹੀਂ ਹੋ ਰਿਹਾ, ਪਰ ਜਿੰਨਾ ਪ੍ਰਚਾਰ ਹੋ ਰਿਹਾ ਹੈ ਸਤਿਸੰਗ ਜੀ, ਕੇਵਲ ਗੱਲਾਂ ਕਰ ਲੈਣੀਆਂ ਸੌਖੀਆਂ ਹੈ। 2 ਮਹੀਨਿਆਂ ਤੋਂ ਇੰਨੀ ਗਰਮੀ ਦੇ ਵਿੱਚ 2-2, 3-3 ਪ੍ਰੋਗਰਾਮ ਕਰਕੇ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਇਕੱਲਿਆਂ ਹੀ ਇੰਨੇ ਪ੍ਰੋਗਰਾਮ ਤਾਂ ਉਹਨੇ ਇਕੱਲਿਆਂ ਹੀ ਕੀਤੇ ਨੇ,
ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਬੁੱਟਰ ਹੋਣਾ ਨੇ ਇਹਨਾਂ ਵੱਖਰੇ ਕੀਤੇ ਨੇ। ਹੋਰ ਕਿੰਨੇ ਸਥਾਨਾਂ 'ਤੇ ਦਮਦਮੀ ਟਕਸਾਲ ਦੇ ਜੋ ਸਾਧ ਸੰਗਤ ਜੀ ਬ੍ਰਾਂਚਾਂ ਹਨ ਉਹਨਾਂ 'ਤੇ ਵੱਖਰਾ ਪ੍ਰਚਾਰ ਹੋ ਰਿਹਾ, ਉਹਨਾਂ ਤੋਂ ਵੱਖਰੇ ਤੌਰ 'ਤੇ ਸੰਗਤਾਂ ਆਉਣੀਆਂ। ਮੈਂ ਬੇਨਤੀ ਕਰਾਂ ਕਿ ਮਹਾਂਪੁਰਖਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਤੋਂ ਬਾਬਾ ਜੀ ਵੱਲੋਂ ਸੇਵਾ ਨਿਭਾ ਰਹੇ ਹਿੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਜੀ, ਭਾਈ ਸੁਖਰਪ੍ਰੀਤ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਇਸੇ ਤਰ੍ਹਾਂ ਬਾਬਾ ਗੁਰਦਿਆਲ ਸਿੰਘ ਜੀ ਲੰਗੇਆਣਾ, ਹੋਰ ਨਗਰ ਦੀਆਂ ਬਹੁਤ ਸਾਰੀਆਂ ਸੰਗਤਾਂ ਨਾਲ ਇੱਥੇ ਪਹੁੰਚੇ ਨੇ, ਜਿਹੜੇ ਲਗਭਗ 45-50 ਬੱਸਾਂ ਲੈ ਕੇ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਥੇ ਹਰ ਸਾਲ ਹੀ ਪਹੁੰਚਦੇ ਨੇ। ਸੋ ਇਸ ਤਰ੍ਹਾਂ ਮੈਂ ਬੇਨਤੀ ਕਰਾਂ ਕਿ ਵੱਖ ਵੱਖ ਭਾਈ ਜੱਜ ਸਾਹਿਬ ਬੈਠੇ ਨੇ ਫਿਰੋਜ਼ਪੁਰ ਤੋਂ, ਹੋਰ ਬਹੁਤ ਸਾਰੇ ਗੁਰੂ ਕੇ ਪਿਆਰੇ ਨੇ, ਇਸ ਨੂੰ ਆਪਾਂ ਹੋਰ ਵੀ ਅੱਗੇ ਤੱਕ ਵਧਾਈਏ। ਜਿਹੜੇ ਜਿੱਥੋਂ ਤੱਕ ਆਪਣਾ ਸਰਕਲ ਹੈ, ਭਾਵੇਂ ਇੱਕ ਵਾਰੀ ਘੱਟ ਵੀ ਸੰਗਤ ਆਵੇ ਪਰ ਪੰਜਾਬ ਦੇ ਕੋਨੇ ਕੋਨੇ ਤੋਂ ਆਵੇ, ਤਾਂ ਕਿ ਇੱਥੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸਲੀਅਤ ਕੀ ਹੈ, ਸਮਾਗਮ ਕਿਵੇਂ ਹੁੰਦੇ ਨੇ। ਸੋ ਇਸ ਵਾਸਤੇ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਾ ਹੋਇਆ, ਜਿਵੇਂ ਐਰਕੀ ਬਾਬਾ ਸਤਨਾਮ ਸਿੰਘ ਜੀ ਬਲੀਆ, ਜਿਹੜੇ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਹਨ ਪੰਜਾਬ ਦੇ, ਇਹਨਾਂ ਨੇ ਐਰਕੀ ਵੱਖਰਾ ਉਪਰਾਲਾ ਕੀਤਾ ਹੈ ਕਿ ਅਸੀਂ ਕੋਲਡ ਡਰਿੰਕ ਦੀ ਸਬੀਲ ਲਾਉਣੀ ਹੈ। ਮੈਂ ਕਿਹਾ ਬਾਬਾ ਜੀ ਨੂੰ ਪੁੱਛ ਲਓ, ਭਾਈ ਆਗਿਆ ਲੈ ਲਓ, ਬਾਬਾ ਜੀ ਨੇ ਆਗਿਆ ਦਿੱਤੀ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਪੂਰੀ ਚੜ੍ਹਦੀ ਕਲਾ ਦੇ ਨਾਲ ਪਹਿਲਾਂ ਹੀ ਸਥਾਨ ਲੈ ਕੇ ਕਿੱਥੇ ਪ੍ਰਬੰਧਕਾਂ ਨੂੰ ਪੁੱਛ ਕੇ ਕਿ ਕਿੱਥੇ ਸ਼ਬੀਲ ਲੱਗਣੀ ਹੈ, ਉਹਦਾ ਕੀ ਸਾਰਾ ਅਰੇਂਜਮੈਂਟ ਕਰਨਾ, ਪਹਿਲਾਂ ਹੀ ਸਾਰਾ ਕਰਨਾ ਚਾਹੀਦਾ। ਸੋ ਨਾਲ ਹੀ ਮੈਂ ਬੇਨਤੀ ਕਰਾਂ ਕਿ ਜਿਵੇਂ ਆਪਾਂ ਪਹਿਲਾਂ ਗੱਡੀਆਂ ਦਾ ਪ੍ਰਬੰਧ ਕਰਦੇ ਦੂਰ ਐਰਕੀ ਸੜਕ ਦੇ ਉੱਪਰ ਜੇ ਟਾਟ ਵਿਸ ਜਾਣ, ਪਿਛਲੀ ਵਾਰੀ ਸੰਗਤਾਂ ਨੇ ਕਿਹਾ ਸੀ ਕਿ ਪਾਣੀ ਤਾਂ ਛਿੜਕਿਆ ਸੀ ਆਪਾਂ, ਪਰ ਗਰਮੀ ਦੇ ਨਾਲ ਨਾਲ ਫਿਰ ਸੜਕ ਗਰਮ ਹੋ ਜਾਂਦੀ ਹੈ, ਐਰਕੀ ਟਾਟ ਵੀ ਵਿਛਾਵਾਂਗੇ ਕਿਉਂਕਿ ਸੰਗਤਾਂ ਜੋੜੇ ਤਾਰ ਆਉਂਦੀਆਂ ਬੱਸਾਂ ਦੇ ਵਿੱਚ ਹੀ, ਗਰਮੀ ਬਹੁਤ ਹੁੰਦੀ ਹੈ, ਇਹ ਪ੍ਰਬੰਧ ਵੀ ਕਰਾਂਗੇ ਆਪਾਂ। ਸੋ ਸਾਧ ਸੰਗਤ ਇਸੇ ਤਰ੍ਹਾਂ ਹੋਰ ਵੀ ਕਿਸੇ ਗੁਰਮੁਖ ਦਾ ਸੁਝਾਅ ਹੋਵੇ, ਜ਼ਰੂਰੀ ਨਹੀਂ ਸਟੇਜ ਤੋਂ ਹੀ ਦੇਣਾ, ਵੱਖਰੇ ਤੌਰ 'ਤੇ ਵੀ ਆਪਣਾ ਸੁਝਾਅ ਰੱਖ ਸਕਦੇ ਹਾਂ, ਦੇ ਸਕਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ। ਵੈਸੇ ਤਾਂ ਅੱਜ ਇੱਕ ਕਾਨਫਰੰਸ ਆ ਸਾਧ ਸੰਗਤ ਜੀ, ਇਹ ਮੀਟਿੰਗ ਥੋੜ੍ਹੀ ਆ, ਮੀਟਿੰਗਾਂ ਹੁੰਦੀਆਂ 10-20 ਬੰਦਿਆਂ ਦੀਆਂ, ਆਪਾਂ ਉਨੇ ਕੁ ਸੱਦ ਕੇ ਕਰ ਲਏ, ਪਰ ਦਮਦਮੀ ਟਕਸਾਲ ਦਾ ਸਰਕਲ ਹੀ ਐਡਾ ਵੱਡਾ ਹੈ ਕਿ ਇੱਕ ਖਬਰ ਦੇਣ ਦੇ ਨਾਲ ਹੀ ਕਿ 20 ਤਰੀਕ ਨੂੰ ਮੀਟਿੰਗ ਹੈ, ਇਹ ਮੀਟਿੰਗ ਹੀ ਕਾਨਫਰੰਸ ਦਾ ਰੂਪ ਧਾਰਨ ਕਰ ਜਾਂਦੀ ਹੈ। ਅਤੇ ਆਪਾਂ ਹਿਸਾਬ ਲਾਈਏ ਕਿ ਇੰਨੀਆਂ ਸੰਗਤਾਂ ਨੇ ਇੱਥੋਂ ਜ਼ਿੰਮੇਵਾਰੀਆਂ ਲੈ ਕੇ ਜਾਣੀਆਂ, ਬਾਬਾ ਬੁੱਧ ਸਿੰਘ ਜੀ ਵਰਗੇ ਮਹਾਂਪੁਰਖ 100-100 ਗੱਡੀਆਂ, ਸਾਧ ਸਿੰਘ ਜੀ ਬਾਬਾ ਗੁਰਭੇਜ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ 200-200 ਗੱਡੀਆਂ, ਇਹ ਕਾਫਲੇ ਕਿਤੇ ਰੁਕਣ ਵਾਲੇ ਨੇ, ਇਹ ਵੱਧਦਾ ਜਾਣਾ ਹੈ ਸਾਧ ਸੰਗਤ ਜੀ। ਇਸ ਵਾਸਤੇ ਆਪਾਂ ਨੂੰ ਓਨੀ ਚੜ੍ਹਦੀ ਕਲਾ 'ਤੇ ਓਨੀ ਖੁਸ਼ੀ ਮਹਿਸੂਸ ਹੋਵੇਗੀ, ਜਿੰਨਾ ਵੱਧ ਇਕੱਠ ਹੋਵੇਗਾ ਉਹਨਾਂ ਨਿੰਦਕਾਂ ਨੂੰ ਵੀ ਭੱਜਣਾ ਪੈਣਗੀਆਂ, ਉਹਨਾਂ ਨੂੰ ਵੀ ਰੋਕਥਾਮ ਪਵੇਗੀ। ਤੁਸੀਂ ਵੇਖਿਆ ਹੋਣਾ ਹੈ ਕਿ ਪਿਛਲੇ ਸਾਲਾਂ ਨਾਲੋਂ ਉਹਨਾਂ ਦੀਆਂ ਜ਼ਬਾਨਾਂ ਬੰਦ ਹੋਈਆਂ ਨੇ, ਜੋ ਲਗਾਤਾਰ ਇੱਕ ਪਾਸੜੀ ਲੱਗੇ ਹੋਏ ਸੀ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿੰਨਾ ਕੁ ਚਿਰ ਝੂਠ ਬੋਲਾਂਗੇ, ਕਿੰਨਾ ਕੁ ਚਿਰ ਦੁਨੀਆ ਨੂੰ ਗੁੰਮਰਾਹ ਕਰਾਂਗੇ, ਲੋਕ ਬੜੇ ਸਿਆਣੇ ਨੇ। ਇਸ ਕਰਕੇ ਸੱਚਾਈ ਇੱਕ ਦਿਨ ਸਾਹਮਣੇ ਆਉਂਦੀ ਹੁੰਦੀ, ਉਹ ਆ ਰਹੀ ਆ। ਸੋ ਮੈਂ
ਆਪ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਹੜੇ 200-200 ਕਿਲੋਮੀਟਰ ਤੋਂ ਚੱਲ ਕੇ ਇੱਥੇ ਬਾਬਾ ਜੀ ਦੇ ਸੱਦੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋ, ਸਭ ਦਾ ਧੰਨਵਾਦ। ਅਤੇ ਜਿੱਥੇ ਜਿੱਥੇ ਆਪਾਂ ਜ਼ਿੰਮੇਵਾਰੀਆਂ ਲਈਆਂ, ਪਿਛਲੇ ਵਾਰੀ ਮੈਂ ਵੇਖਿਆ ਮੈਨੂੰ ਹਬੋਰ ਜਾਣ ਦਾ ਮੌਕਾ ਮਿਲ ਗਿਆ, ਬਾਬਾ ਜੀ ਹਬੋਰ ਤੱਕ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਸੀ, ਹਬੋਰ ਤੱਕ ਬੜਾ ਮਾਣ ਖੁਸ਼ ਹੋਇਆ ਵੀ ਇੱਥੋਂ ਤੱਕ ਸਿੰਘਾਂ ਨੇ ਐਡੇ ਵੱਡੇ ਵੱਡੇ ਫਲੈਕਸ ਬੋਰਡ ਲਾਏ ਨੇ। ਐਰਕੀ ਵੀ ਆਪਾਂ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਣਾ, ਬੇਸ਼ੱਕ ਤਾਲਮੇਲ ਰੱਖੋ ਇੱਕ ਦੂਜੇ ਨਾਲ। ਮੈਂ ਵੀ ਬੇਨਤੀ ਕਰਾਂ ਕਿ ਜਿਹੜੀ ਇਹ ਸਾਈਡ ਹੈ ਨਾ ਦਰਿਆ ਤੋਂ ਪਰਲੇ ਪਾਸੇ ਹੋਰ ਮੁਕਤਸਰ ਵੱਲ ਤੱਕ, ਇੱਧਰ ਫਲੈਕਸ ਬੋਰਡ ਕੋਈ ਨਹੀਂ ਪਾੜਦਾ, ਬਲਕਿ ਜੇ ਕੋਈ ਸੰਗਤ ਲੰਘਦੀ ਹੈ ਨਾ ਜਿੱਥੇ ਸੰਤਾਂ ਦੀ ਫੋਟੋ ਵੇਖਦੇ ਹੈ ਨਮਸਕਾਰ ਕਰਕੇ ਲੰਘਦੇ ਆ। ਸੋ ਇਸ ਕਰਕੇ ਵੱਡੀ ਪੱਧਰ 'ਤੇ ਆਪਾਂ ਨੂੰ ਇਸ ਪਾਸੇ ਵੀ ਇੱਧਰ ਦੁਆਬੇ 'ਚ ਮਾਝੇ 'ਚ ਸਾਰੀਆਂ ਸੰਗਤਾਂ ਨੇ ਜ਼ਿੰਮੇਵਾਰੀਆਂ ਲਈਆਂ, ਦੁਆ ਮਾਲਵੇ ਵਾਲੇ ਪਾਸੇ 'ਚ ਮੈਨੂੰ ਘੱਟ ਹੀ ਆਵਾਜ਼ ਹੀ ਸੁਣੀ ਆ। ਸੋ ਇਸ ਕਰਕੇ ਆਪਾਂ ਨੂੰ ਉਸ ਪਾਸੇ ਵੀ ਪੂਰੇ ਦੂਰ ਤੱਕ ਗੰਗਾਨਗਰ ਤੱਕ ਆਪਾਂ ਨੂੰ ਪੂਰੀ ਪਹੁੰਚ ਕਰਨੀ ਚਾਹੀਦੀ ਆ। ਸੋ ਆਪਾਂ ਕਰਾਂਗੇ, ਮੈਂ ਭਾਈ ਇੱਕ ਮਿੰਟ ਭਾਈ ਮੈਂ ਬੇਨਤੀ ਕਰੂੰਗਾ ਕਿ ਆਪਾਂ ਜ਼ਿੰਮੇਵਾਰ ਟਕਸਾਲ ਦੇ ਸਿੰਘ 4-5 ਜਿਨ੍ਹਾਂ ਨਾਲ ਮੈਂ ਆਪ ਹੀ ਸੰਪਰਕ ਕਰ ਲਵਾਂਗਾ, ਇਹਨਾਂ ਨਾਲ ਆਪਣੇ ਜਿਹੜੇ ਸਿੰਘ ਦੂਰ ਤੱਕ ਬੈਠੇ ਆ ਮੁਕਤਸਰ ਮਲੋਟ ਅਬੋਹਰ ਤੱਕ, ਉਹਨਾਂ ਨਾਲ ਜਿਹੜੇ ਅੱਜ ਨਹੀਂ ਪਹੁੰਚ ਸਕੇ ਇੱਥੇ, ਉਹਨਾਂ ਨਾਲ ਸੰਪਰਕ ਕਰਕੇ ਵੀ ਆਪਾਂ ਫਲੈਕਸ ਬੋਰਡ ਵੀ ਅਤੇ ਉਹਨਾਂ ਨੂੰ ਗੱਡੀਆਂ ਲਿਆਉਣ ਦਾ ਵੀ ਉਹਨਾਂ ਦਾ ਪ੍ਰਬੰਧ ਕਰਾਂਗੇ, ਉਹਨਾਂ ਨੂੰ ਉਤਸ਼ਾਹਿਤ ਕਰਾਂਗੇ, ਉਹਨਾਂ ਨੂੰ ਸੱਦਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ। ਸਾਰੀਆਂ ਸੰਗਤਾਂ ਨੇ ਦੂਰ ਦੂਰ ਤੋਂ ਜਿਹੜੇ ਬੈਠੇ ਆ ਉਹ ਨੇੜੇ ਆ ਜਾਓ ਅਤੇ ਗੱਜ ਕੇ ਜਕਾਰਾ ਬੁਲਾਓ, ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਦਾ। ਸੰਗਤ ਜੀ ਮੈਂ ਦੱਸ ਦੇਵਾਂ ਜਾਣਕਾਰੀ ਲਈ, ਲੋਕਲ ਸਿੰਘਾਂ ਨੂੰ ਨਹੀਂ ਬੁਲਾਇਆ ਗਿਆ, ਮੀਟਿੰਗ 30 ਮਈ ਨੂੰ ਹੈ, ਲੋਕਲ ਸਿੰਘਾਂ ਦੇ ਨਾਂ ਨਹੀਂ ਲਏ ਜਾ ਸਕੇ ਸਮੇਂ ਦੀ ਘਾਟ ਕਰਕੇ, ਮੀਟਿੰਗ 30 ਮਈ ਨੂੰ ਆ, ਕੋਈ ਰੰਜਿਸ਼ ਨਾ ਕਰਿਓ। 30 ਮਈ ਨੂੰ 12 ਵਜੇ ਜਿਤਨੀ ਲੋਕਲ ਸੰਗਤ ਹੈ, ਜਿਹੜੀ ਲੋਕਲ ਸੰਗਤ ਸੇਵਾ ਕਰਦੀ ਆ, ਹਰ ਇੱਕ ਦਾ ਨਾਂ ਲਵਾਂਗੇ, ਹਰ ਇੱਕ ਨੂੰ ਜੀਆਂ ਕਰਾਂਗੇ, ਡਿਊਟੀਆਂ ਵੰਡਾਂਗੇ, ਪਰ 30 ਮਈ ਨੂੰ। ਸੋ ਅੱਜ ਦੀ ਮਾਫੀ ਚਾਹਾਂਗਾ ਲੋਕਲ ਸੰਗਤ ਦੇ ਨਾਮ ਤੋਂ, ਲੋਕਲ ਸੰਗਤ ਦੀਆਂ ਸੇਵਾਵਾਂ ਤੋਂ, ਬੜੇ ਬੜੇ ਦਿਸਣ ਡੇ ਨੇ ਬੈਠੇ, ਇਹ ਮਾਫੀ ਮੰਗਣੀ ਸੀ। ਸਟੇਜ ਕੰਡਕਟ ਕਰਦਿਆਂ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਮੈਨੂੰ ਮਾਫ ਕਰ। ਆਓ ਜੀ ਬੋਲ ਦਿਓ ਜੀ, ਬੋਲ ਦਿਓ, ਆਓ ਜੀ ਵੋਟਰ ਜੀ ਬੋਲੋ, ਲਿਸਟ ਜੋ ਕੁਝ ਡਿਸਾਈਡ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਵੀ ਪ੍ਰਮੁੱਖ ਸਿੰਘਾਂ ਨੇ ਸੇਵਾਵਾਂ ਲਈਆਂ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ, ਬਾਬਾ ਜਸ ਸਿੰਘ ਜੀ, ਭਾਈ ਪੂਰਨ ਸਿੰਘ ਜੀ, ਭਾਈ ਸੁਖਪਾਲ ਵੀਰ ਸਿੰਘ ਜੀ ਜਲਾਲਾਬਾਦ ਤੋਂ 40 ਬੱਸਾਂ ਸੰਗਤ ਅਤੇ ਲੋੜ ਅਨੁਸਾਰ ਇਲਾਕੇ ਵਿੱਚ ਫਲੈਕਸ ਬੋਰਡਾਂ ਦੀ ਸੇਵਾ, ਬਾਬਾ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ 40 ਫਲੈਕਸ ਬੋਰਡ 20 ਬੱਸਾਂ ਸੰਗਤ ਦੀ ਸੇਵਾ, ਭਾਈ ਪਰਮਜੀਤ ਸਿੰਘ ਮਨਿਆਲਾ ਪ੍ਰਚਾਰਕ, ਭਾਈ ਹੀਰਾ ਸਿੰਘ ਮਨਿਆਲਾ
10 ਬੱਸਾਂ ਸੰਗਤ। ਭਾਈ ਸਤਨਾਮ ਸਿੰਘ ਅਰਗਨ ਮਾਂਗਾ, ਬਿਜਲੀ ਘਰ ਮਹਿਤਾ ਚੌਂਕ ਲਾਗੇ ਛਬੀਲ ਅੰਮ੍ਰਿਤਸਰ ਰੋਡ 'ਤੇ, ਗੁਰਦੁਆਰਾ ਸੰਤ ਖਾਲਸਾ ਰੋਡੇ ਅਤੇ ਲੰਘਿਆਣਾ ਪੁਰਾਣਾ, ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਗੁਰਦਿਆਲ ਸਿੰਘ ਜੀ, 20 ਫਲੈਕਸ ਬੋਰਡ, 50 ਬੱਸਾਂ, ਬਾਬਾ ਭਜਨ ਸਿੰਘ ਔਲਖ ਫਰੀਦਕੋਟ, 5 ਫਲੈਕਸ ਬੋਰਡ ਔਲਖ ਤੋਂ ਕੋਟਕਪੂਰਾ ਤੱਕ, ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਬਘੇਲ ਸਿੰਘ ਜੀ ਭੁੱਸੇ, ਸਰਦਾਰ ਹਰਭਜਨ ਸਿੰਘ ਜੀ, 5 ਫਲੈਕਸ ਬੋਰਡ, 1 ਵੱਡੀ ਬੱਸ ਸੰਗਤ, ਜਥੇਦਾਰ ਹਰਦੇਵ ਸਿੰਘ ਨੰਬਰਦਾਰ ਹੁਸ਼ਿਆਰਪੁਰ ਸੁਹਾਬਪੁਰ, 1 ਬੱਸ ਸੰਗਤ, 2 ਕਾਰਾਂ ਸੰਗਤ, ਭਾਈ ਸੁਖਵਿੰਦਰ ਸਿੰਘ ਜੀ ਸੂਸ ਹੁਸ਼ਿਆਰਪੁਰ ਤੋਂ, 4 ਬੱਸਾਂ ਸੰਗਤ, ਸਰਦਾਰ ਮੇਹਰ ਸਿੰਘ ਜੀ ਮੋਰਾਂ ਵਾਲੀ, 50 ਫਲੈਕਸ ਬੋਰਡ, 5 ਬੱਸਾਂ ਸੰਗਤ, ਸਰਦਾਰ ਕਿਰਪਾਲ ਸਿੰਘ ਜੀ ਪਾਲ, ਪਾਲ ਆਟੋਜ਼ ਬਟਾਲਾ, 5 ਫਲੈਕਸ ਬੋਰਡ, ਭਾਈ ਗੁਰਦੇਵ ਸਿੰਘ ਜੀ ਬਡਿਆਣਾ, 10 ਫਲੈਕਸ ਬੋਰਡ, 1 ਬੱਸ ਸੰਗਤ, ਗੰਨੇ ਦੇ ਰਸ ਦਾ ਲੰਗਰ, ਬਾਬਾ ਸਵਰਨ ਸਿੰਘ ਜੀ ਰਸੂਲਪੁਰ ਕਲਾਂ, 2 ਬੱਸਾਂ ਸੰਗਤ, ਭਾਈ ਤੇਜਵੀਰ ਸਿੰਘ ਜੀ ਭਲਾਈਪੁਰ ਪੂਰਬਾਂ, ਨਾਸ ਦੀ ਖੂਹੀ ਤੋਂ ਰਈਏ ਤੱਕ ਜਿੰਨੇ ਵੀ ਫਲੈਕਸ ਬੋਰਡ ਲੱਗ ਜਾਣ ਲਗਾਉਣਗੇ, 2 ਟਰਾਲੀਆਂ, 3 ਛੋਟੀਆਂ ਗੱਡੀਆਂ, 2 ਕਾਰਾਂ ਸੰਗਤ ਅਤੇ ਛਬੀਲ ਦੀ ਸੇਵਾ, ਗਿਆਨੀ ਬਚਨ ਸਿੰਘ ਜੀ ਮੱਲਣ ਸ਼੍ਰੀ ਮੁਕਤਸਰ ਸਾਹਿਬ, 10 ਫਲੈਕਸ ਬੋਰਡ, 4 ਵੱਡੀਆਂ ਬੱਸਾਂ ਸੰਗਤ, 65 ਸੀਟਾਂ ਵਾਲੀਆਂ, ਭਾਈ ਸੁਖਮੰਦਰ ਸਿੰਘ ਜੀ ਸਰਪੰਚ ਪਿੰਡ ਸੁਖਨਾ ਅਬਲੂ, 10 ਫਲੈਕਸ ਬੋਰਡ, 60 ਸੀਟਡ, 4 ਵੱਡੀਆਂ ਬੱਸਾਂ, ਖੱਬੇ ਰਾਜਪੂਤਾਂ ਦੀ ਸਮੂਹ ਸੰਗਤ ਵੱਲੋਂ ਜਲੇਬਾਂ ਦਾ ਲੰਗਰ, ਜਥੇਦਾਰ ਗੁਰਧਿਆਨ ਸਿੰਘ ਸਰਪੰਚ ਮਹਿਤਾ, ਦਮਦਮੀ ਟਕਸਾਲ ਮੋੜ ਦੇ ਉੱਪਰ ਛਬੀਲ ਦੀ ਸੇਵਾ, ਭਾਈ ਕੇਵਲ ਸਿੰਘ ਪ੍ਰਧਾਨ ਮਹਿਤਾ ਚੌਂਕ ਲੰਗਰ ਦੀ ਸੇਵਾ ਸਮੁੱਚੀ ਹੋਲਾ ਮਹੱਲਾ ਲੰਗਰ ਕਮੇਟੀ ਵੱਲੋਂ, ਭਾਈ ਭੁਪਿੰਦਰ ਸਿੰਘ ਜੀ ਸ਼ੇਖੂਪੁਰ ਪਟਿਆਲਾ, ਪਟਿਆਲਾ ਘਨੌਰ ਰਾਜਪੁਰਾ, 50 ਫਲੈਕਸ ਬੋਰਡ, 20 ਤੋਂ 25 ਗੱਡੀਆਂ ਸੰਗਤ, ਸਰਦਾਰ ਮਨਜਿੰਦਰ ਸਿੰਘ ਮੰਨਾ ਰਜਧਾਨ, 3 ਫਲੈਕਸ ਬੋਰਡ, 2 ਗੱਡੀਆਂ ਸੰਗਤ, ਬਾਬਾ ਲੱਖਾ ਸਿੰਘ ਜੀ ਖਜਾਲਾ ਮਨੇਸ਼, 10 ਫਲੈਕਸ ਬੋਰਡ, 8 ਬੱਸਾਂ, 5 ਛੋਟੀਆਂ ਗੱਡੀਆਂ ਸੰਗਤ ਅਤੇ ਜਲ ਜੀਰਾ ਦੀ ਛਬੀਲ, ਸਰਦਾਰ ਸਵਿੰਦਰ ਸਿੰਘ ਜੀ ਬਾਸਰਪੁਰ, 1 ਬੱਸ ਸੰਗਤ, ਜਥੇਦਾਰ ਮੰਗਲ ਸਿੰਘ ਬਟਾਲਾ, 2 ਫਲੈਕਸ ਬੋਰਡਾਂ ਦੀ ਸੇਵਾ, 5 ਬੱਸਾਂ ਸੰਗਤ, ਜਥੇਦਾਰ ਹਰਦਿਆਲ ਸਿੰਘ ਭਾਮ, 2 ਫਲੈਕਸ ਬੋਰਡਾਂ ਦੀ ਸੇਵਾ, 2 ਬੱਸਾਂ ਸੰਗਤ, ਭਾਈ ਅਮਰਵੀਰ ਸਿੰਘ ਢੋਟ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਫਲੈਕਸ ਬੋਰਡ 50 ਗੱਡੀਆਂ ਸੰਗਤ, ਸਮੁੱਚੇ ਪੰਜਾਬ ਤੋਂ ਫੈਡਰੇਸ਼ਨ ਦੇ ਕਾਰਕੁਨ ਜਿਹੜੇ ਇਹਨਾਂ ਦੀ ਅਗਵਾਈ ਹੇਠ ਪਹੁੰਚਣਗੇ, ਭਾਈ ਬਲਵਿੰਦਰ ਸਿੰਘ ਸ਼ਿਸ਼ਰਾ, 20 ਫਲੈਕਸ ਬੋਰਡ, 10 ਬੱਸਾਂ ਸੰਗਤ।
ਬਾਬਾ ਭਜਨ ਸਿੰਘ ਜੀ ਔਲਖ, 5 ਫਲੈਕਸ ਬੋਰਡ, 5 ਬੱਸਾਂ ਸੰਗਤ। ਭਾਈ ਕਪਤਾਨ ਸਿੰਘ ਯੂਕੇ, ਪਿੰਡ ਖਜ਼ਾਨੇ ਕੋਟ, 4 ਬੱਸਾਂ ਸੰਗਤ। ਡੇਰਾ ਬਾਬਾ ਜਵਾਹਰਦਾਸ ਜੀ ਸੂਸਾਂ ਅਤੇ ਗੁਰਦੁਆਰਾ ਬਾਬੇ ਸ਼ਹੀਦਾਂ ਸਮਸਤਪੁਰ, 100 ਫਲੈਕਸ ਬੋਰਡ, 30 ਬੱਸਾਂ ਸੰਗਤ। ਬੰਬੇ ਦੀ ਸੰਗਤ ਵੱਲੋਂ 3 ਰੇਲ ਦੇ ਡੱਬੇ, 10 ਗੱਡੀਆਂ ਛੋਟੀਆਂ ਸੰਗਤ। ਇੱਕ ਛਬੀਲ ਹਰ ਸਾਲ ਦੀ ਤਰ੍ਹਾਂ ਅਕਾਲ ਜੋਤ ਸੇਵਕ ਸੰਸਥਾ ਮੁੰਬਈ ਵੱਲੋਂ ਵੱਡੇ ਪੱਧਰ 'ਤੇ ਲਗਾਈ ਜਾਵੇਗੀ। ਪ੍ਰਿੰਸੀਪਲ ਵੀਰਪਾਲ ਸਿੰਘ, ਸੰਤ ਕਰਤਾਰ ਸਿੰਘ ਜੀ ਖਾਲਸਾ ਸਕੂਲ ਝੋਕ ਮੋੜੇ ਫਿਰੋਜ਼ਪੁਰ ਵੱਲੋਂ 50 ਫਲੈਕਸ ਬੋਰਡ, ਛਬੀਲ ਬ੍ਰਹਮੀ, 8 ਬੱਸਾਂ ਸੰਗਤ। ਭਾਈ ਸੁਰਜੀਤ ਸਿੰਘ ਜੀ ਫੌਜੀ ਜੇਠੂਵਾਲ, 10 ਫਲੈਕਸ ਬੋਰਡ, 1 ਬੱਸ ਸੰਗਤ। ਗਿਆਨੀ ਪਾਲ ਸਿੰਘ ਜੀ ਪਟਿਆਲਾ, 50 ਫਲੈਕਸ ਬੋਰਡ, 11 ਬੱਸਾਂ ਸੰਗਤ। ਭਾਈ ਬੂਟਾ ਸਿੰਘ ਜੀ ਡੇਰਾ ਮੋਇਆਂ ਦੀ ਮੰਡੀ, ਬੁੰਗਾ ਦਮਦਮੀ ਟਕਸਾਲ ਸ਼੍ਰੀ ਫਤਿਹਗੜ੍ਹ ਸਾਹਿਬ, 30 ਬੱਸਾਂ ਸੰਗਤ। ਤਾਪਸਥਾਨ ਗੁਰਦੁਆਰਾ ਜੋਤੀਸਰ ਸਾਹਿਬ ਬਾਬਾ ਸੁੱਖਾ ਸਿੰਘ ਜੀ ਵੱਲੋਂ ਜੰਡਿਆਲਾ ਗੁਰੂ ਤੋਂ, 50 ਫਲੈਕਸ ਬੋਰਡ, 5 ਬੱਸਾਂ ਸੰਗਤ। ਭਾਈ ਨਿਰਮਲਜੀਤ ਸਿੰਘ ਚੇਅਰਮੈਨ ਪਟਿਆਲਾ ਤੋਂ, 40 ਤੋਂ 50 ਫਲੈਕਸ ਬੋਰਡ, 11 ਬੱਸਾਂ ਸੰਗਤ। ਭਾਈ ਰਛਪਾਲ ਸਿੰਘ ਜੀ ਪ੍ਰਿੰਸੀਪਲ ਵੀਰਪਾਲ ਸਿੰਘ ਜੀ ਝੋਕ ਮੋੜੇ ਤੋਂ, 50 ਫਲੈਕਸ ਬੋਰਡ, ਬ੍ਰਹਮੀ ਦੀ ਛਬੀਲ, 8 ਬੱਸਾਂ ਸੰਗਤ। ਭਾਈ ਤਰਸੇਮ ਸਿੰਘ ਡੇਰਾ ਸਾਹਿਬ ਲੁਹਾਰਾ, 10 ਫਲੈਕਸ ਬੋਰਡ, 2 ਕਾਰਾਂ। ਪ੍ਰਧਾਨ ਸਾਹਿਬ ਸਿੰਘ, ਪੱਤਰਕਾਰ ਜਗਦੀਸ਼ ਸਿੰਘ ਬਮਰਾਹ, ਪਿੰਡ ਸਦਾ ਰੰਗ, 1 ਬੱਸ ਸੰਗਤ। ਭਾਈ ਸੁਖਜਿੰਦਰ ਸਿੰਘ ਝੰਡੂਕੇ, 50 ਫਲੈਕਸ ਬੋਰਡ, 15 ਬੱਸਾਂ ਸੰਗਤ, ਸਰਦੂਲਗੜ੍ਹ ਦੇ ਇਲਾਕੇ ਤੋਂ। ਭਾਈ ਅਜਮੇਰ ਸਿੰਘ ਧਰਦਿਓ, 5 ਫਲੈਕਸ ਬੋਰਡ ਅਤੇ 1 ਗੁਰੂ ਕਾ ਲੰਗਰ ਬਾਹਰ ਗੁਰਦੁਆਰਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ। ਭਾਈ ਬਲਵਿੰਦਰ ਸਿੰਘ ਸਿੰਘਾਂ ਦੀ ਸਲੌਦੀ, 2 ਫਲੈਕਸ ਬੋਰਡ, 2 ਗੱਡੀਆਂ ਸੰਗਤ ਸਮੇਤ। ਸੰਤ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ, 40 ਫਲੈਕਸ ਬੋਰਡ, 21 ਬੱਸਾਂ ਸੰਗਤ। ਭਾਈ ਸੁਖਵਿੰਦਰ ਸਿੰਘ ਜੀ ਅਗਵਾਣ, 2 ਫਲੈਕਸ ਬੋਰਡ ਅਤੇ 15 ਬੱਸਾਂ ਸੰਗਤ। ਲੋੜ ਅਨੁਸਾਰ ਜਿੰਨੇ ਵੀ ਫਲੈਕਸ ਬੋਰਡ ਲੱਗੇ ਲਗਾਉਣਗੇ ਡੇਰਾ ਬਾਬਾ ਨਾਨਕ ਇਲਾਕੇ 'ਚ। ਸੰਤ ਬਾਬਾ ਮੇਜਰ ਸਿੰਘ ਜੀ ਵਾਂ ਵਾਲੇ, 10 ਫਲੈਕਸ ਬੋਰਡ। ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੋਲਡ ਡਰਿੰਕ ਦੀ ਛਬੀਲ ਦੀ ਸੇਵਾ, 6 ਬੱਸਾਂ ਸੰਗਤ। ਭਾਈ ਰਵਿੰਦਰਪਾਲ ਸਿੰਘ ਸੂਸਾਂ ਤੋਂ, 50 ਫਲੈਕਸ ਬੋਰਡ, 25 ਬੱਸਾਂ ਸੰਗਤ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਗੁਰਮੁਖ ਪਿਆਰੇ ਦੀ ਸਰਵਿਸ ਸੇਵਾ ਬੋਲਣੀ ਰਹਿ ਗਈ ਹੋਵੇ, ਉਹ ਕਿਰਪਾ ਕਰਕੇ ਸਟੇਜ ਦੇ ਪਿੱਛੇ ਦੁਬਾਰਾ ਸਾਨੂੰ ਨੋਟ ਕਰਵਾ ਦੇਣ। ਬਹੁਤ ਬਹੁਤ ਧੰਨਵਾਦ ਜੀ। ਪਰਮ ਸਨਮਾਨਯੋਗ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਪੰਜਾਬ ਦੇ ਕੋਨੇ ਕੋਨੇ ਵਿੱਚੋਂ
ਬੜੇ ਉਤਸ਼ਾਹ ਨਾਲ, ਭਾਵਨਾ ਨਾਲ, ਸ਼ਰਧਾ ਨਾਲ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਿਆਂ ਦੇ ਸਮਾਗਮਾਂ ਨੂੰ ਸਫਲ ਬਣਾਉਣ ਵਾਸਤੇ ਬਹੁਤ ਸੰਗਤਾਂ 300-300 ਕਿਲੋਮੀਟਰ, 400-400 ਕਿਲੋਮੀਟਰ ਦਾ ਪੰਧ ਤੈਅ ਕਰਕੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਹੁੰਚੇ ਹੋ। ਮੈਂ ਤੁਹਾਡਾ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਰਿਣੀ ਹਾਂ, ਸਵਾਸ ਸਵਾਸ ਕਰਕੇ ਤੁਹਾਡਾ ਧੰਨਵਾਦ ਕਰਦਾ ਹਾਂ। ਸੰਗਤ ਜੀ, ਦਮਦਮੀ ਟਕਸਾਲ ਇੱਕ ਐਸੀ ਮਹਾਨ ਜਥੇਬੰਦੀ ਹੈ ਜਿਸ ਨੇ ਹਮੇਸ਼ਾ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਸੰਗਤ ਅੱਗੇ ਝੋਲੀ ਅੱਡੀ ਹੈ, ਸੰਗਤ ਨੂੰ ਹੀ ਆਪਣਾ ਸਭ ਕੁਝ ਸਮਝਿਆ। ਸੰਗਤ ਹੀ ਸਾਡਾ ਧਨ ਹੈ, ਸੰਗਤ ਹੀ ਸਾਡੀ ਜਾਇਦਾਦ ਹੈ, ਸੰਗਤ ਹੀ ਸਾਡਾ ਸਾਰਾ ਖਜ਼ਾਨਾ ਹੈ, ਔਰ ਗੁਰੂ ਕੀ ਸੰਗਤ ਹੀ ਸਾਡੀਆਂ ਬਾਹਾਂ ਹਨ। ਸੰਗਤ ਤੋਂ ਬਿਨਾਂ ਅਸੀਂ ਇੱਕ ਕਦਮ ਵੀ ਨਾ ਹੀ ਤੁਰ ਸਕਦੇ ਹਾਂ, ਨਾ ਹੀ ਸਾਡੇ ਵਿੱਚ ਕੋਈ ਸਮਰੱਥਾ ਹੈ। ਸਾਡਾ ਸਾਰਾ ਬਲ, ਸਾਡੀ ਸਾਰੀ ਤਾਕਤ, ਸਾਡੀ ਸਾਰੀ ਸਮਰੱਥਾ ਆਪ ਤੁਸੀਂ ਗੁਰੂ ਕੀ ਸੰਗਤ ਹੋ। ਇਸ ਲਈ ਤੁਸੀਂ ਪਿਛਲੇ ਸਮੇਂ ਤੋਂ ਲੈ ਕੇ ਇਹ ਬਹੁਤ ਵੱਡਾ ਉਪਰਾਲਾ ਕੀਤਾ, ਇਸ ਮਹਾਨ ਜਥੇਬੰਦੀ ਨੂੰ ਮਾਣ ਦਿੱਤਾ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਕਤਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਜਥੇਦਾਰ ਬਾਬਾ ਅਠਾਰਾ ਸਿੰਘ ਜੀ ਅਤੇ ਸਮੁੱਚੇ ਸ਼ਹੀਦ ਜੋ ਸ਼ਹੀਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜਿਨ੍ਹਾਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ ਅਤੇ ਪੰਜਾਬ ਦੇ ਹੋਰ ਗੁਰਧਾਮਾਂ ਦੇ ਵਿੱਚ ਵੀ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਜੂਨ 84 ਦੇ ਸਾਕੇ ਦੌਰਾਨ, ਅਸੀਂ ਉਹਨਾਂ ਸਮੁੱਚੇ ਸ਼ਹੀਦਾਂ ਨੂੰ ਇੱਕ ਨਿਮਾਣੀ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਚਰਨਾਂ 'ਚ ਆਪਣਾ ਅਕੀਦਾ, ਆਪਣਾ ਵਿਸ਼ਵਾਸ, ਆਪਣੀ ਸ਼ਰਧਾ, ਆਪਣੀ ਭਾਵਨਾ ਉਹਨਾਂ ਦੇ ਚਰਨਾਂ ਨੂੰ ਭੇਟਾ ਕਰਨ ਵਾਸਤੇ ਆਪਾਂ ਹਰ ਸਾਲ ਇਹ ਬਹੁਤ ਵੱਡਾ ਇਸ ਅਸਥਾਨ 'ਤੇ ਸ਼ਹੀਦੀ ਸਮਾਗਮ ਮਨਾਉਂਦੇ ਹਾਂ। ਬੁੱਟਰ ਸਾਹਿਬ ਜੀ ਨੇ ਔਰ ਸਿੰਘ ਸਾਹਿਬ ਜੀ ਨੇ ਵੀ ਬੇਨਤੀ ਕੀਤੀ ਹੈ, ਮੈਂ ਅਕਸਰ ਹੀ ਬੇਨਤੀ ਕਰਦਾ ਕਿ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦੀ, ਇਹ ਜਿਹੜਾ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ, ਇਹ ਧਰਤੀ ਸਾਡੀ ਕਰਮ ਭੂਮੀ ਹੈ, ਕਿਉਂਕਿ ਸਾਨੂੰ ਮਾਤਾ ਪਿਤਾ ਨੇ ਜਨਮ ਜ਼ਰੂਰ ਦਿੱਤਾ ਪਰ ਇਸ ਧਰਤੀ 'ਚੋਂ ਜੋ ਕੁਝ ਮਿਲਿਆ ਇੱਥੋਂ ਹੀ ਸਾਨੂੰ ਪ੍ਰਾਪਤ ਹੋਇਆ। ਸਾਰੀਆਂ ਬਖਸ਼ਿਸ਼ਾਂ ਇਸ ਧਰਤੀ ਦੀ ਪਵਿੱਤਰ ਖਾਕ ਵਿੱਚੋਂ ਸਾਨੂੰ ਹਾਸਲ ਹੋਈਆਂ। ਇਸ ਕਰਕੇ ਸੰਗਤ ਜੀ, ਮਹਾਂਪੁਰਖਾਂ ਸਮੇਤ ਜਿੰਨੇ ਵੀ ਸਿੰਘ ਸ਼ਹੀਦ ਹੋਏ ਨਾ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਇਹ ਉਹਨਾਂ ਦਾ ਘਰ ਹੈ। ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਮਹਾਂਪੁਰਖਾਂ ਦੇ ਘਰ ਵਿੱਚ ਝਾੜੂ ਫੇਰਨ ਵਾਲੇ ਝਾੜੂ ਬਰਦਾਰ ਹਾਂ। ਦਮਦਮੀ ਟਕਸਾਲ ਦੇ ਹਰ ਵਿਦਿਆਰਥੀ ਦਾ ਇਹ ਘਰ ਹੈ। ਇਸ ਕਰਕੇ ਜਿਵੇਂ ਬੰਦਾ ਆਪਣੇ ਘਰ ਵਿੱਚ ਹਰ ਸਮਾਗਮ ਬੜੇ ਚਾਅ ਨਾਲ, ਬੜੇ ਮਾਣ ਨਾਲ ਕਰਦਾ ਕਿ ਮੈਂ ਆਪਣੇ ਘਰ ਦੀ ਸ਼ੋਭਾ ਨੂੰ ਚਾਰ ਚੰਨ ਲਾਉਣ ਵਾਸਤੇ ਆਪਣਾ ਪੂਰਾ ਤਾਣ ਲਾ ਕੇ ਮੈਂ ਹਰ ਤਰ੍ਹਾਂ ਦਾ ਸਮਾਗਮ ਕਰਾਂ, ਤਾਂ ਉਸ ਦੇ ਮਨ ਨੂੰ ਬੜੀ ਖੁਸ਼ੀ ਔਰ ਪ੍ਰਸੰਨਤਾ ਹੁੰਦੀ ਹੈ। ਜਦੋਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਉਹਨਾਂ ਦੇ ਸਮਾਗਮ ਹੋਣਗੇ ਨਾ, ਤਾਂ ਸਾਨੂੰ ਖਾਲਸਾ ਜੀ ਉਹਨਾਂ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਪ੍ਰਸੰਨਤਾ ਸਾਡੀ ਝੋਲੀ ਵਿੱਚ ਆਏਗੀ, ਉਹਨਾਂ ਦੀਆਂ ਅਪਾਰ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ। ਅਸੀਂ ਮਾਣ ਨਾਲ ਉਹਨਾਂ ਸ਼ਹੀਦਾਂ ਦੇ ਘਰ ਵਿੱਚ ਉਹਨਾਂ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ। ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰ ਦੇਣੀ ਚਾਹੁੰਦਾ, ਪੰਜਾਬ ਸਰਕਾਰ ਨੂੰ ਵੀ ਮੈਂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਅਪੀਲ ਕਰਦਾ। ਮੈਂ ਕੁਛ ਉਹਨਾਂ ਜਥੇਬੰਦੀਆਂ ਨੂੰ ਵੀ ਨਿਮਰਤਾ ਨਾਲ ਹੀ ਅਪੀਲ ਕਰਦਾ, ਸਾਡਾ ਪੰਜਾਬ ਦੀ ਧਰਤੀ 'ਤੇ ਕੋਈ ਵੀ ਵਸਨੀਕ, ਭਾਵੇਂ ਹਿੰਦੂ ਵੀਰ ਹੈ, ਭਾਵੇਂ ਮੁਸਲਮਾਨ ਵੀਰ ਹੈ, ਭਾਵੇਂ ਈਸਾਈ ਹੈ, ਭਾਵੇਂ ਕੋਈ ਬੋਧੀ ਹੈ, ਭਾਵੇਂ ਕੋਈ ਜੈਨੀ ਹੈ, ਅਸੀਂ ਸਾਰਿਆਂ ਦਾ ਤਨੋ ਮਨੋ ਦਿਲੋਂ ਅਤੇ ਜਾਨ ਤੋਂ ਸਤਿਕਾਰ ਕਰਦੇ ਹਾਂ ਔਰ ਸਦਾ ਹੀ ਕਰਦੇ ਰਹਾਂਗੇ। ਇਹ ਪੂਰਨਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪਾਇਆ ਕਿ ਸੱਚਾ ਸੁੱਚਾ ਧਰਮੀ ਹਿੰਦੂ ਸਾਡਾ ਭਰਾ, ਇਹ ਉਹਨਾਂ ਦੇ ਬਚਨ ਹੈ। ਤੋ ਜਿਹੜੇ ਲੋਕ ਹਿੰਦੂ ਭਾਈਚਾਰੇ ਦਾ ਨਾਮ ਵਰਤ ਕੇ ਕੁਝ ਐਸੇ ਅਨਸਰ ਪੰਜਾਬ ਦੀ ਧਰਤੀ ਦੇ ਵਿੱਚ ਜਦੋਂ ਵੀ 6 ਜੂਨ ਆਉਂਦੀ ਹੈ, ਉਹ ਕੋਈ ਨਾ ਕੋਈ ਐਸੀ ਘਟੀਆ ਹਰਕਤ ਕਰਦੇ ਆ ਕਿ ਸਮਾਜ ਦੇ ਅੰਦਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਮਾਹੌਲ ਹੈ ਉਸ ਨੂੰ ਬੜੀ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਆ, ਇੱਕ ਕੁੜੱਤਣ ਪੈਦਾ ਕਰਦੇ ਆ, ਇੱਕ ਜ਼ਹਿਰ ਦੇ ਕੁਝ ਅਨਸਰ ਬੀਜ ਦੇ ਪੰਜਾਬ ਦੀ ਫਿਜ਼ਾ ਵਿੱਚ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਵੀ ਸਾਡੇ ਸ਼ਹੀਦੀ ਸਮਾਗਮਾਂ ਦੇ ਫਲੈਕਸ ਬੋਰਡ ਲੱਗੇ ਜਾਣੇ ਹੈ, ਲਾਏ ਜਾਣੇ ਹੈ, ਸੰਗਤਾਂ ਵੱਲੋਂ ਜਥੇਬੰਦੀਆਂ ਵੱਲੋਂ ਲਾਏ ਜਾਣੇ ਹੈ, ਉਹਨਾਂ ਨੂੰ ਸੁਰੱਖਿਅਤ ਰੱਖਣਾ, ਉਹਨਾਂ ਦਾ ਮਾਨ ਸਨਮਾਨ ਕਰਕੇ ਰੱਖਣਾ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ, ਇਹ ਪਹਿਲਾ ਕਦਮ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਸਰਕਾਰ ਐਸੇ ਅਨਸਰਾਂ ਨੂੰ ਜ਼ਰੂਰ ਨੱਥ ਪਾਉਣ ਦੀ ਕੋਸ਼ਿਸ਼ ਕਰੇ, ਸਖਤੀ ਨਾਲ ਕਾਰਵਾਈ ਕਰੇ ਕਿ ਜਿਹੜੇ ਲੋਕ ਨਿੱਕੀ ਜਿਹੀ ਚੰਗਿਆੜੀ ਸਿੱਟ ਕੇ ਕਦੇ ਕਿਸੇ ਫਲੈਕਸ ਨਾਲ ਛੇੜਖਾਨੀ ਕਰ ਦਿੱਤੀ, ਕਦੇ ਕਿਤੇ ਕਰ ਦਿੱਤੀ, ਖਾਸ ਕਰਕੇ ਫਗਵਾੜੇ ਸ਼ਹਿਰ ਵਿੱਚ, ਕਿਤੇ ਕਿਤੇ ਜਲੰਧਰ ਵਿੱਚ ਵੀ ਜਾਂ ਪਟਿਆਲੇ ਵਿੱਚ ਵੀ ਐਸੀਆਂ ਹਰਕਤਾਂ ਕਈ ਵਾਰੀ ਹੁੰਦੀਆਂ ਔਰ ਮੀਡੀਆ ਵਾਲੇ ਵੀ ਉਸ ਨੂੰ ਇਤਨੀ ਤੂਲ ਦੇ ਦਿੰਦੇ ਹੈ ਕਿ ਲੋਕਾਂ ਦੇ ਮਨਾਂ ਵਿੱਚ ਬੜਾ ਭਾਰੀ ਸਹਿਮ ਪੈਦਾ ਹੁੰਦਾ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਹਰ ਧਰਮ ਦੇ ਇੱਥੇ ਪ੍ਰੋਗਰਾਮ ਹੁੰਦੇ ਹੈ, ਹਰ ਧਰਮ ਦੇ ਸਮਾਗਮ ਹੁੰਦੇ ਹੈ,
ਸਿੱਖ ਸੰਗਤਾਂ ਨੇ ਕਦੇ ਵੀ ਕਿਸੇ ਦੇ ਸਮਾਗਮਾਂ ਦਾ ਅੱਜ ਤੱਕ ਵਿਰੋਧ ਨਹੀਂ ਕੀਤਾ, ਨਾ ਹੀ ਕਿਸੇ ਦੇ ਲੱਗੇ ਫਲੈਕਸਾਂ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਜਿਤਾਇਆ। ਜਿਹੜੇ ਫਲੈਕਸ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਵਾਲੇ ਹੋਣ ਔਰ ਸਾਡੇ ਸਿਧਾਂਤਾਂ ਦਾ ਸਨਮਾਨ ਰੱਖਣ ਵਾਲੇ ਹੋਣ, ਜਾਂ ਆਪੋ ਆਪਣੇ ਧਰਮ ਦੇ ਅਕੀਦੇ ਅਤੇ ਵਿਸ਼ਵਾਸਾਂ ਨਾਲ ਜਿਨ੍ਹਾਂ ਨੇ ਫਲੈਕਸ ਬੋਰਡ ਜਾਂ ਪ੍ਰਚਾਰ ਦੇ ਕੋਈ ਸਾਧਨ ਬਣਾਏ ਹੈ, ਸਾਡੇ ਪਿੰਡਾਂ ਵਿੱਚ ਵੀ ਲੱਗਦੇ ਹੈ, ਸ਼ਹਿਰਾਂ ਵਿੱਚ ਵੀ ਲੱਗਦੇ ਹੈ, ਵੱਡੇ ਸਥਾਨਾਂ ਦੇ ਇਰਦ ਗਿਰਦ ਸੱਚਖੰਡ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਵੀ ਲੱਗਦੇ ਹੈ, ਪਰ ਕਦੇ ਸਿੱਖ ਨੇ ਕੋਈ ਐਸੀ ਹਰਕਤ ਨਹੀਂ ਕੀਤੀ। ਮੈਂ ਇਹ ਪੁਰਜ਼ੋਰ ਅਪੀਲ ਕਰਦਾ ਕਿ ਇਹ ਜਿਹੜੀਆਂ ਹਰਕਤਾਂ ਹੁੰਦੀਆਂ ਇਸ ਨਾਲ ਸਾਡੇ ਹਿਰਦੇ ਹੋਰ ਬਲੁੰਦਰੇ ਜਾਂਦੇ ਆ, ਕਿਉਂਕਿ 35 ਸਾਲ ਹੋ ਗਏ ਸਾਡੇ ਉੱਤੇ ਜੋ ਜਬਰ ਜ਼ੁਲਮ ਅੱਤਿਆਚਾਰ ਕੀਤਾ ਗਿਆ ਕਿ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ ਗਈਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਔਰ ਅਣਗਿਣਤ ਸੰਗਤਾਂ ਜਿਹੜੀਆਂ ਉੱਥੇ ਦਰਸ਼ਨ ਕਰਨ ਗਈਆਂ ਹੋਈਆਂ ਸਨ, ਜਿਨ੍ਹਾਂ ਵਿੱਚ ਦੁੱਧ ਚੁੰਘਦੇ ਛੋਟੇ ਛੋਟੇ ਬੱਚੇ, ਮਾਵਾਂ, ਬਜ਼ੁਰਗ, ਨੌਜਵਾਨ, ਬੀਬੀਆਂ ਸਨ। ਬੜਾ ਬੇਰਹਿਮੀ ਦੇ ਨਾਲ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਅੱਤਿਆਚਾਰ ਕੀਤਾ। ਉਹ ਜਬਰ ਔਰ ਜ਼ੁਲਮ ਅਸੀਂ ਕਿਵੇਂ ਭੁੱਲ ਸਕਦੇ ਹਾਂ? ਸਾਡਾ ਇਤਿਹਾਸ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਉੱਤੇ ਖੜ੍ਹਾ। ਜੇ ਅਸੀਂ ਅੱਜ ਉਹਨਾਂ ਨੂੰ ਭੁੱਲ ਗਏ, ਨਾ ਸਾਡੀ ਅੱਜ ਹੋਂਦ ਰਹੇਗੀ ਨਾ ਕੱਲ੍ਹ ਨੂੰ ਰਹੇਗੀ। ਅਸੀਂ ਆਪਣੀ ਹੋਂਦ ਬਚਾਉਣ ਲਈ ਬੜੇ ਸਬਰ ਨਾਲ, ਬੜੀ ਸ਼ਾਂਤੀ ਨਾਲ ਔਰ ਬੜੇ ਧੀਰਜ ਦੇ ਨਾਲ ਅਸੀਂ ਯਤਨ ਕਰਦੇ ਹਾਂ ਕਿ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਸਾਰਾ ਪੰਥ ਬੜੀ ਸ਼ਾਂਤੀ ਨਾਲ ਮਨਾਵੇ ਔਰ ਇੱਕਜੁੱਟ ਹੋ ਕੇ ਮਨਾਵੇ, ਆਪਣੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ। ਇਸ ਲਈ ਪੰਜਾਬ ਸਰਕਾਰ ਸਖਤੀ ਨਾਲ ਉਹਨਾਂ ਅਨਸਰਾਂ ਦੀ ਨਿਸ਼ਾਨਦੇਹੀ ਵੀ ਕਰੇ ਔਰ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਸਾਡੇ ਉੱਤੇ ਰਹਿਮ ਕਰੋ, ਸਾਡੇ ਸਬਰ ਦੀ ਪਰਖ ਨਾ ਕਰੋ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਿਨਾਂ ਵਿੱਚ ਆ ਕੇ ਤੁਸੀਂ ਐਸੀ ਕੋਈ ਹਰਕਤ ਨਾ ਕਰੋ ਜਿਸ ਨਾਲ ਕੌਮ ਦੀਆਂ ਭਾਵਨਾਵਾਂ ਦੁਖਤ ਹੋਣ, ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੇ। ਤੁਸੀਂ ਸਾਡਾ ਸਹਿਯੋਗ ਦਿਓ ਬਲਕਿ, ਔਰ ਜਿੱਥੇ ਤੁਸੀਂ ਕੋਈ ਦੇਸ਼ ਲਈ, ਕੌਮ ਲਈ, ਧਰਮ ਲਈ, ਕੌਮ ਤੋਂ ਸਹਿਯੋਗ ਮੰਗੋਗੇ ਅਸੀਂ ਵੀ ਦੇਵਾਂਗੇ। ਇਸ ਕਰਕੇ ਇੱਕ ਤਾਂ ਮੇਰੀ ਇਹ ਅਪੀਲ ਹੈ ਕਿ ਜਿੱਥੇ ਜਿੱਥੇ ਵੀ ਫਲੈਕਸ ਲੱਗੇ ਹੈ ਜਾਂ ਲਾਏ ਜਾਣੇ ਹੈ, ਬਲਕਿ ਆਪਾਂ 23 ਤਰੀਕ ਤੋਂ ਬਾਅਦ ਇਹ ਫਲੈਕਸਾਂ ਦੀ ਸੇਵਾ ਪੰਜਾਬ ਦੇ ਕੋਨੇ ਕੋਨੇ ਵਿੱਚ ਸ਼ੁਰੂ ਕਰਨੀ ਹੈ ਔਰ ਨਾਲ ਨਾਲ ਮੈਂ ਜਿਹੜੇ ਜਿਹੜੇ ਜ਼ਿਲ੍ਹਿਆਂ ਵਿੱਚ, ਜਿਸ ਜਿਸ ਇਲਾਕਿਆਂ ਵਿੱਚ ਇਹ ਫਲੈਕਸ ਲਾਏ ਜਾਣੇ ਹੈ, ਉੱਥੇ ਉੱਥੇ ਪ੍ਰਸ਼ਾਸਨ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਪੂਰੀ ਪੂਰੀ ਜ਼ਿੰਮੇਵਾਰੀ ਨਿਭਾਵੇ ਤਾਂ ਕਿ ਕੋਈ ਗਲਤ ਅਨਸਰ, ਕੋਈ ਮਾੜੀ ਹਰਕਤ ਨਾ ਕਰ ਸਕੇ। ਦੂਸਰਾ, ਆਪਾਂ ਸੰਗਤਾਂ ਨੂੰ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਇਹ ਸ਼ਹੀਦੀ ਸਮਾਗਮ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਆਪਾਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਸਕੀਏ। ਔਰ ਸਾਧ ਸੰਗਤ ਜੀ, ਲੰਗਰਾਂ ਦੇ ਇੰਤਜ਼ਾਮ, ਛਬੀਲਾਂ ਦੇ ਇੰਤਜ਼ਾਮ,
ਸੰਗਤਾਂ ਦੀਆਂ ਗੱਡੀਆਂ ਦੇ ਪਾਰਕਿੰਗਾਂ ਦੇ ਇੰਤਜ਼ਾਮ, ਜੋੜੇ ਘਰਾਂ ਦੇ ਇੰਤਜ਼ਾਮ, ਇਹ ਸਾਰੇ ਇਲਾਕੇ ਦੀ ਸੰਗਤ ਵੱਲੋਂ, ਦੂਰ ਦੁਰਾਡੇ ਦੀ ਸੰਗਤ ਵੱਲੋਂ ਇਹ ਕੀਤੇ ਜਾ ਰਹੇ ਹੈ, ਹਰ ਸਾਲ ਹੀ ਕੀਤੇ ਜਾਂਦੇ ਹੈ। ਜਿੰਨੀ ਹੋਰ ਵੀ ਤੁਸੀਂ ਸੇਵਾ ਕਰ ਸਕਦੇ ਹੋ, ਵੱਧ ਚੜ੍ਹ ਕੇ ਤੁਸੀਂ ਸਾਰੇ ਮਿਲ ਕੇ ਸੇਵਾ ਕਰੋ। ਔਰ ਮੈਂ ਆਪ ਜੀ ਦੇ ਸਨਮੁਖ ਅਗਲੇ ਕੁਝ ਪ੍ਰੋਗਰਾਮਾਂ ਦਾ ਵੇਰਵਾ ਦੇ ਦਿਆਂ ਕਿ ਅਸੀਂ ਅਕਤੂਬਰ ਦੇ ਅਖੀਰਲੇ ਹਫ਼ਤੇ 22, 23, 24, 25 ਅਕਤੂਬਰ ਦੇ ਲਗਭਗ ਦਮਦਮੀ ਟਕਸਾਲ ਦੇ ਇਸ ਹੈੱਡਕੁਆਟਰ ਦਾ 50 ਸਾਲਾ ਸਥਾਪਨਾ ਦਿਵਸ ਮਨਾਉਣ ਜਾ ਰਹੇ ਹਾਂ। 50 ਸਾਲ ਹੋ ਗਏ ਇਸ ਅਸਥਾਨ ਦੀ ਸਥਾਪਨਾ ਹੋਈ ਨੂੰ। ਇਹ ਦਮਦਮੀ ਟਕਸਾਲ ਦੇ ਮੁਖੀਆਂ ਦੀ ਮਹਾਨ ਤਪੱਸਿਆ, ਮਹਾਨ ਕੁਰਬਾਨੀ, ਮਹਾਨ ਪਰਉਪਕਾਰ ਹੈ ਕਿ ਉਹਨਾਂ ਦੀ ਮਹਾਨ ਘਾਲਣਾ ਨੇ 50 ਸਾਲਾਂ ਦੇ ਵਿੱਚ ਵਿੱਚ ਇਸ ਹੈੱਡਕੁਆਟਰ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕਰ ਦਿੱਤਾ, ਪੂਰੇ ਵਰਲਡ ਵਿੱਚ। ਇੰਨੇ ਥੋੜ੍ਹੇ ਅਰਸੇ ਵਿੱਚ ਇਸ ਹੈੱਡਕੁਆਟਰ ਦਾ ਨਾਮ ਦੁਨੀਆ ਭਰ ਦੇ ਵਿੱਚ ਸਨਮਾਨ ਵਜੋਂ ਜਾਣਿਆ ਜਾਂਦਾ, ਹਰ ਸਿੱਖ ਦਾ ਹਿਰਦਾ ਸ਼ਰਧਾ ਨਾਲ ਇਸ ਹੈੱਡਕੁਆਟਰ ਲਈ ਝੁਕਦਾ। ਤੋ ਸਾਧ ਸੰਗਤ ਜੀ, ਇਸ ਅਸਥਾਨ ਦਾ ਆਪਾਂ 50 ਸਾਲਾ ਸਥਾਪਨਾ ਦਿਵਸ ਵੀ ਬੜੀ ਚੜ੍ਹਦੀ ਕਲਾ ਨਾਲ ਮਨਾਉਣਾ। ਔਰ ਅਸੀਂ ਜੂਨ ਦੇ ਅਖੀਰ ਵਿੱਚ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਵੀ ਸੱਚਖੰਡ ਪਿਆਨਾ ਦਿਹਾੜਾ, 50 ਸਾਲਾ ਵੀ ਉਹਨਾਂ ਦਾ ਆ ਰਿਹਾ, ਅਸੀਂ ਉਹ ਵੀ ਮਨਾਵਾਂਗੇ। ਔਰ ਇਸ ਤੋਂ ਇਲਾਵਾ ਜਿਹੜਾ ਅਸੀਂ 50 ਸਾਲਾ ਸਥਾਪਨਾ ਦਿਵਸ ਮਨਾਉਣਾ, ਉਹਦੇ ਵਿੱਚ ਵਿਦਵਾਨਾਂ ਵੱਲੋਂ ਚੰਗੇ ਚੰਗੇ ਸੈਮੀਨਾਰ ਵੀ ਕੀਤੇ ਜਾਣਗੇ। ਔਰ ਵਿਦਵਾਨ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਪੰਥ ਲਈ, ਕੌਮ ਲਈ, ਆਪਣੀ ਲੇਖਣੀ ਰਾਹੀਂ ਕੌਮ ਵਿੱਚ ਆਈ ਹੋਈ ਦੁਬਧਾ ਨੂੰ ਦੂਰ ਕਰਨ ਵਾਸਤੇ, ਸਿੱਖੀ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣੀ ਕਲਮ ਦੀ ਸੁਚੱਜੀ ਵਰਤੋਂ ਕਰਦਿਆਂ ਹੋਇਆਂ ਵੱਡੀ ਸੇਵਾ ਕੀਤੀ ਹੈ, ਅਸੀਂ ਉਹਨਾਂ ਪ੍ਰੋਫੈਸਰ ਸਾਹਿਬਾਨਾਂ ਨੂੰ, ਸਿੱਖ ਵਿਦਵਾਨਾਂ ਨੂੰ ਉਸ ਸਮਾਗਮ ਦੇ ਵਿੱਚ ਸਨਮਾਨਿਤ ਵੀ ਕਰਾਂਗੇ। ਔਰ ਸ਼ਹੀਦ ਪਰਿਵਾਰਾਂ ਦਾ ਤਾਂ ਸਨਮਾਨ ਦਮਦਮੀ ਟਕਸਾਲ ਹਮੇਸ਼ਾ ਕਰਦੀ ਹੈ ਔਰ ਸਦਾ ਹੀ ਕਰਦੀ ਰਹੇਗੀ। ਸ਼ਹੀਦਾਂ ਦਾ ਸਾਡੇ ਸਿਰ 'ਤੇ ਬਹੁਤ ਵੱਡਾ ਕਰਜ਼ਾ ਹੈ, ਅਸੀਂ ਸ਼ਹੀਦਾਂ ਦਾ ਦੇਣ ਨਹੀਂ ਦੇ ਸਕਦੇ। ਇਸ ਕਰਕੇ ਸ਼ਹੀਦਾਂ ਦਾ, ਪਰਿਵਾਰਾਂ ਦਾ ਸਨਮਾਨ ਵੀ ਉਹਨਾਂ ਸਮਾਗਮਾਂ ਦੇ ਵਿੱਚ, ਵਿਸ਼ੇਸ਼ ਤੌਰ 'ਤੇ ਕੌਮੀ ਸ਼ਹੀਦ ਪਰਿਵਾਰਾਂ ਦਾ ਸਨਮਾਨ ਔਰ ਸਤਿਕਾਰ ਕੀਤਾ ਜਾਏਗਾ। ਔਰ ਦਮਦਮੀ ਟਕਸਾਲ ਵੱਲੋਂ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮ ਵੀ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਇਸੇ ਹੀ ਤਰ੍ਹਾਂ ਆਪਾਂ 10, 11, 12 ਨਵੰਬਰ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸ਼ਤਾਬਦੀ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਪੰਥ ਉੱਥੇ ਉਹ ਸ਼ਤਾਬਦੀ ਮਨਾ ਰਿਹਾ, ਆਪਾਂ ਵੱਧ ਚੜ੍ਹ ਕੇ ਉਹਦੇ ਵਿੱਚ ਵੀ ਸਾਰਿਆਂ ਨੇ ਸਹਿਯੋਗ ਦੇਣਾ, ਆਪਣਾ ਹਿੱਸਾ ਪਾਉਣਾ। ਜਥੇਬੰਦੀ ਦੇ ਸਿੰਘ ਉਸ ਸੇਵਾ ਦੇ ਵਿੱਚ ਵੀ ਹਰ ਤਰ੍ਹਾਂ ਕਰਕੇ ਤਤਪਰ ਹੋ ਕੇ ਲੱਗੇ ਹੋਏ ਹਨ। ਸੋ ਸਾਧ ਸੰਗਤ ਜੀ, ਮੈਂ ਅੱਜ ਦੇ ਸਮਾਗਮ ਵਿੱਚ ਜਿੰਨੀ ਵੀ ਸੰਗਤ ਆਈ ਹੈ, ਤੁਸੀਂ ਇਸ ਵਿਸ਼ੇਸ਼ ਇਕੱਤਰਤਾ ਵਿੱਚ, ਮੈਨੂੰ ਸੰਤਾਂ ਮਹਾਂਪੁਰਖਾਂ ਦੀ ਲਿਸਟ ਦੇ ਦਿਓ,
ਸੋ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਰੋਮ ਰੋਮ ਕਰਕੇ ਧੰਨਵਾਦ ਕਰਦਾ, ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕਰਦਾ, ਇਸੇ ਤਰ੍ਹਾਂ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਾ, ਜਿੰਨੇ ਵੀ ਸਾਡੇ ਵਿੱਚ ਮਹਾਂਪੁਰਖ ਉਚੇਚੇ ਤੌਰ 'ਤੇ ਪਹੁੰਚੇ ਹੈ, ਜਿਵੇਂ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ ਬੁਲਾਰੇ ਸੰਤ ਸਮਾਜ, ਸੰਤ ਬਾਬਾ ਸੁਖਵੰਤ ਸਿੰਘ ਜੀ ਟੰਨਣਕਿਆਂ ਵਾਲੇ, ਸੰਤ ਬਾਬਾ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ, ਸੰਤ ਬਾਬਾ ਪਾਲ ਸਿੰਘ ਜੀ ਪਟਿਆਲੇ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਖ ਸੇਵਾ ਅਤੇ ਸਾਦਗੀ ਦੇ ਪੁੰਜ, ਸੰਤ ਬਾਬਾ ਅਜੈਬ ਸਿੰਘ ਜੀ ਮੱਖਣ ਬਿੰਡੀ, ਇਸੇ ਹੀ ਤਰ੍ਹਾਂ ਸੰਤ ਬਾਬਾ ਸੁੱਧ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਸੰਤ ਬਾਬਾ ਸਤਨਾਮ ਸਿੰਘ ਜੀ ਜੱਫਰਵਾਲ ਵਾਲੇ, ਗਿਆਨੀ ਹਰਦੀਪ ਸਿੰਘ ਜੀ ਅਨੰਦਪੁਰ ਸਾਹਿਬ, ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਰਦਾਰ ਸੱਜਣ ਸਿੰਘ ਜੀ ਬੱਜੂਮਾਨ, ਸਰਦਾਰ ਅਮਰਵੀਰ ਸਿੰਘ ਜੀ ਢੋਟ, ਭਾਈ ਜਗਤਾਰ ਸਿੰਘ ਜੀ ਰੋਡੇ, ਸਰਦਾਰ ਸੰਦੀਪ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਸੁਵਿੰਦਰ ਸਿੰਘ ਜੀ ਟਾਹਲੀ ਸਾਹਿਬ, ਸੰਤ ਬਾਬਾ ਗੁਰਦਿਆਲ ਸਿੰਘ ਜੀ ਲੰਗੇਆਣਾ, ਸੰਤ ਬਾਬਾ ਜਸਵੰਤ ਸਿੰਘ ਜੀ ਨਾਨਕਸਰ ਸਮਰਾਲੇ ਵਾਲਿਆਂ ਦੇ ਸੇਵਾਦਾਰ ਸਿੰਘ, ਸੰਤ ਬਾਬਾ ਦਿਲਬਾਗ ਸਿੰਘ ਜੀ ਆਰਫਕਿਆਂ ਵਾਲੇ, ਜਥੇਦਾਰ ਬਾਬਾ ਜੱਜ ਸਿੰਘ ਜੀ ਜਲਾਲਾਬਾਦ, ਸੰਤ ਬਾਬਾ ਗੁਰਦੀਪ ਸਿੰਘ ਜੀ ਟੰਨਣਕੇ, ਬਾਬਾ ਜਰਨੈਲ ਸਿੰਘ ਜੀ ਕੰਗਾਂ ਵਾਲੇ, ਜਥੇਦਾਰ ਭਾਈ ਸੁਖਚੈਨ ਸਿੰਘ ਜੀ ਅਤਲਾ, ਸਰਦਾਰ ਸੁਖ ਹਰਪ੍ਰੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਰੋਡੇ, ਸੰਤ ਬਾਬਾ ਜੋਗਿੰਦਰ ਸਿੰਘ ਜੀ ਮਹਿਰੋਂ, ਸੰਤ ਬਾਬਾ ਜੋਗਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ ਵਾਲੇ, ਇਸੇ ਹੀ ਤਰ੍ਹਾਂ ਸੰਤ ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ, ਸੰਤ ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਸੰਤ ਬਾਬਾ ਕਮਲਜੀਤ ਸਿੰਘ ਜੀ ਨਾਗੀਆਣਾ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਜੀ ਜੋਤੀਸਰ ਗੁਰਦੁਆਰਾ ਸਾਹਿਬ, ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇਵਾਹ, ਜਥੇਦਾਰ ਬਾਬਾ ਸਵਰਨਜੀਤ ਸਿੰਘ ਜੀ ਤਰਨਾ ਦਲ ਦੁਆਬਾ, ਇਸ ਤੋਂ ਇਲਾਵਾ ਸਾਧ ਸੰਗਤ ਜੀ ਗਿਆਨੀ ਮੋਹਕਮ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ, ਸੰਤ ਬਾਬਾ ਗੁਰਮੀਤ ਸਿੰਘ ਜੀ ਬੱਦੋਵਾਲ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਰਾਗੀ ਜੀ ਵਜੋਂ ਸਨਮਾਨ ਦਿੰਦੇ ਹਾਂ, ਉਹ ਵੀ, ਔਰ ਸੰਤ ਬਾਬਾ ਮੇਜਰ ਸਿੰਘ ਜੀ ਵਾਂ ਵਾਲੇ, ਔਰ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਸਤਨਾਮ ਸਿੰਘ ਜੀ ਬਲੀਏ ਵਾਲੇ, ਇਸੇ ਹੀ ਤਰ੍ਹਾਂ ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਅਰਮਾਨਪੁਰੇ ਵਾਲਿਆਂ ਵੱਲੋਂ ਸਿੰਘ ਪਹੁੰਚੇ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਉਚੇਚੇ ਤੌਰ 'ਤੇ ਪਹੁੰਚੇ ਹੈ। ਸੋ ਸਾਧ ਸੰਗਤ ਜੀ, ਮੇਰੇ ਕੋਲੋਂ ਕੁਝ ਨਾਮ ਰਹਿ ਹੋ ਸਕਦੇ ਆ ਨਾ ਲਏ ਹੋਣ। ਸੰਤ ਬਾਬਾ ਸਵਰਨ ਸਿੰਘ ਜੀ ਕਿੱਥੋਂ ਵਾਲੇ ਆ ਬਾਬਾ ਜੀ? ਬਾਬਾ ਸਵਰਨ ਸਿੰਘ, ਸੰਤ ਬਾਬਾ ਸਵਰਨ ਸਿੰਘ ਜੀ ਰਸੂਲਪੁਰ ਵਾਲੇ। ਸੋ ਮੈਂ ਸਾਰੀਆਂ ਧਾਰਮਿਕ ਸ਼ਖਸੀਅਤਾਂ ਦਾ, ਇਲਾਕੇ ਦੀਆਂ, ਦੂਰ ਦੁਰਾਡੇ ਦੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਮੈਂ ਸਾਧ ਸੰਗਤ ਜੀ, ਜੋ ਸੰਗਤ ਨਗਰ ਸੂਸਾਂ ਤੋਂ ਆਈ ਹੈ, ਜਿੱਥੇ ਮਹਾਂਪੁਰਖ ਸੰਤ ਬਾਬਾ ਜਵਾਹਰ ਦਾਸ ਜੀ ਨਗਰ ਸੂਸਾਂ ਵਾਲੇ,
ਉਹਨਾਂ ਦੇ ਤਪ ਅਸਥਾਨ ਤੋਂ ਜਿੱਥੋਂ ਦੀ ਸੇਵਾ ਸੰਭਾਲ ਪਿਛਲੇ ਸਾਲ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਨੂੰ ਸੌਂਪੀ ਗਈ ਔਰ ਉੱਥੇ ਸਾਧ ਸੰਗਤ ਦੀ 13, 14, 15 ਮਈ ਨੂੰ ਐਡਾ ਵੱਡਾ ਜੋੜ ਮੇਲਾ ਸੀ, ਲੱਖਾਂ ਦਾ ਹੀ ਇਕੱਠ ਉੱਥੇ ਸੀ ਸੰਗਤਾਂ ਦਾ, ਸਾਰੇ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਹੈ, 150 ਤੋਂ ਉੱਤੇ ਉੱਥੇ ਲੰਗਰ ਲੱਗਾ ਹੋਇਆ ਸੀ। ਐਡਾ ਵੱਡਾ ਜੋੜ ਮੇਲਾ, ਦੁਆਬੇ ਦੀ ਧਰਤੀ ਦਾ ਸਾਧ ਸੰਗਤ ਜੀ ਮੰਨਿਆ ਹੋਇਆ ਜੋੜ ਮੇਲਾ, ਔਰ ਉੱਥੇ ਵੀ 6 ਜੂਨ ਦੇ ਸ਼ਹੀਦੀ ਸਮਾਗਮਾਂ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਔਰ ਉੱਥੋਂ ਵੀ ਉਸ ਇਲਾਕੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ। ਇਸੇ ਤਰ੍ਹਾਂ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਬ੍ਰਾਂਚ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ, ਉੱਥੋਂ ਵੀ ਉਸ ਇਲਾਕੇ ਵਿੱਚ ਫਲੈਕਸ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ, ਸ਼ਹੀਦ ਪਰਿਵਾਰਾਂ ਦਾ ਔਰ ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਜੀ, ਔਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਰੀ ਸਟੇਟ ਦੀ ਸੇਵਾ ਨਿਭਾਈ ਹੈ। ਜਾਣ ਲੱਗਿਆ ਹੁਣ ਕੋਈ ਵੀ ਸੰਗਤ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕੋ, ਜਿਨ੍ਹਾਂ ਨੇ ਠੰਡਾ ਮਿੱਠਾ ਜਲ ਛਕਣਾ ਉਹ ਵੀ ਛਕੋ, ਚਾਹ ਛਕਣ ਵਾਲੇ ਸਿੰਘ ਚਾਹ ਵੀ ਛਕ ਸਕਦੇ ਹੈ, ਗਰਮ ਜਲ ਛਕਣ ਵਾਲੇ ਸਿੰਘਾਂ ਲਈ ਗਰਮ ਜਲ ਵੀ ਤਿਆਰ ਹੈ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਭਾਈ ਗੁਰਪ੍ਰੀਤ ਸਿੰਘ ਜੀ ਦਲਾਲ ਉਸਮਾ, ਉਹ 100 ਫਲੈਕਸ ਲਾਉਣ ਦੀ ਸੇਵਾ ਉਹਨਾਂ ਨੇ ਲਈ ਹੈ, ਉਹਨਾਂ ਵੱਲੋਂ ਭਾਈ ਕਾਰਜ ਸਿੰਘ ਜੀ ਮੋਦਾ ਪਹੁੰਚੇ ਹੈ। ਸੋ ਸਾਧ ਸੰਗਤ ਜੀ, ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਸਾਡਾ ਦਮਦਮੀ ਟਕਸਾਲ ਦਾ ਚੈਨਲ ਭਾਈ ਪਰਮਜੀਤ ਸਿੰਘ ਜੀ ਘਰਿਆਲੇ ਵਾਲੇ ਚਲਾਉਂਦੇ ਹੈ, ਦਮਦਮੀ ਟਕਸਾਲ TV ਚੈਨਲ ਜਿਸ ਦਾ ਨਾਮ ਹੈ, ਉਸ ਉੱਤੇ ਵੀ ਸਾਰਾ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ। ਮੈਂ ਉਹਨਾਂ ਦਾ ਵੀ, ਪੱਤਰਕਾਰ ਵੀਰਾਂ ਦਾ ਵੀ, ਸਭ ਦਾ ਹੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪ ਜੀ ਦਾ ਧੰਨਵਾਦ ਕਰਦਾ। ਸੋ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਸੀਡੀਆਂ ਸਾਹਮਣੇ ਸਿੰਘ ਲੈ ਕੇ ਖੜ੍ਹੇ ਹੈ, ਫਲੈਕਸ ਬੋਰਡਾਂ ਲਈ ਜੋ ਵੀ ਤੁਸੀਂ ਜਿੱਥੇ ਵੀ ਫਲੈਕਸ ਲਾਉਣੇ ਹੈ, ਉੱਤੇ ਮਹਾਂਪੁਰਖਾਂ ਦੀ ਸ਼ਹੀਦਾਂ ਦੀਆਂ ਫੋਟੋਆਂ ਹਨ, ਥੱਲੇ ਤੁਸੀਂ ਆਪਣੀਆਂ ਫੋਟੋਆਂ ਜ਼ਰੂਰ ਲਾਓ ਤਾਂ ਕਿ ਪਤਾ ਲੱਗੇ ਕਿ ਵੱਖ ਵੱਖ ਇਲਾਕਿਆਂ ਵਿੱਚੋਂ ਸੰਗਤਾਂ ਇਹ ਫਲੈਕਸ ਬੋਰਡ ਦੀ ਸੇਵਾ ਕਰ ਰਹੀਆਂ ਹਨ। ਇਸ ਲਈ ਉਹ ਸੀਡੀਆਂ ਇੱਥੋਂ ਤੁਸੀਂ ਆਪ ਲੈ ਸਕਦੇ ਹੋ, ਅਤੇ ਹੋਰ ਜਾਣਕਾਰੀ ਭਾਈ ਹਰਸ਼ਦੀਪ ਸਿੰਘ ਜੀ, ਡਾਕਟਰ ਅਵਤਾਰ ਸਿੰਘ ਜੀ ਬੁੱਢਰ ਪਾਸੋਂ ਵੀ ਆਪ ਸਾਰੀ ਜਾਣਕਾਰੀ ਲੈ ਸਕਦੇ ਹੋ। ਸੋ ਸੰਤ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ ਵਾਲਿਆਂ ਵੱਲੋਂ, ਭਾਈ ਤਰਸੇਮ ਸਿੰਘ ਜੀ ਆਏ ਹੈ, ਗਿਆਨੀ ਮੋਹਕਮ ਸਿੰਘ ਜੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਮੰਤਰ ਦਾ ਪਾਠ ਆਪਾਂ ਕਰਕੇ, ਵਾਹਿਗੁਰੂ ਮੰਤਰ ਦਾ ਪਾਠ ਕਰਕੇ ਫਿਰ ਸੰਪੂਰਨਤਾ ਕਰਾਂਗੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਵਾਹਿਗੁਰੂ 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 ਸਾਧ ਸੰਗਤ ਜੀ ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਂਕ ਜਿਹੜੇ ਸਾਰੀ ਸੇਵਾ ਲੰਗਰ ਦੀ ਕਰ ਰਹੇ ਹੈ ਸ਼ਹੀਦੀ ਜੋੜ ਮੇਲਿਆਂ ਵਿੱਚ ਵੀ ਉਹਨਾਂ ਦੀ ਵੱਡੀ ਸੇਵਾ ਜਥੇਦਾਰ ਭਾਈ ਜਰਨੈਲ ਸਿੰਘ ਜੀ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਗਿਆਨੀ ਦੀਵਾ ਸਿੰਘ ਜੀ ਮੈਂ ਇਹਨਾਂ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ